ਆਪਣੇ ਸੇ ਸਰਦਾਰ ਸਾਹਿਬ ਬਸ ਤੜਕੇ ਲਾਗਾ ਇੱਕ ਕਾਪੀ ਆ ਗਈ ਹਰੇ ਕੈਣਕ ਕਾਪੀ ਵਾਲੀਆਂ ਲੈ ਲੈਂਦੇ 350 ਦੀਆਂ ਲਾ ਕੇ ਬਟੰਡੇ ਬਾਸ ਸਾਡੇ ਜਗੇੜੇ ਕਢਦੇ ਫਿਰਦੇ ਦੱਸੋ ਵੀ ਉੱਥੇ ਕੀ ਹੈ ਜਾਂ ਜੀਤ ਰੋਡ ਤੇ ਉੱਡ ਜਾਂਦੇ ਆ ਕਿ ਉੱਥੇ ਹਾਈਲਾਈਟਸ ਕਿ ਹੁੰਦਾ ਤੇ ਅਗੇ ਉੱਥੇ ਕੋਈ ਦੇ ਪਾਸ ਗੱਲ ਬਣ ਗਈ ਤੇ ਕੋਈ ਕੁੜੀ ਬਾਹਰ ਵਾਲੀ ਨਾਲੀ ਲੂ ਲੂ ਹੋ ਗਈ ਤਾਂ ਬਾਹਰ ਪੱਜਾਂਗੇ ਆਹ ਨਹੀਂ ਨਾ ਗੱਲ ਬੰਦੀ ਹਾਈਲਾਈਟਸ ਤਾਂ ਕਰਨੀ ਪਊਗੀ ਹਾਂ ਮੁੜ ਕੇ ਬਦਨਾਮ ਬਗਾਨੀ ਸੀ ਉਹ ਜਿਹੜੀਆਂ ਤਾਂ ਬਈ ਚੰਗੇ ਇੱਜ਼ਤ ਖਾਨਦਾਨੀ ਘਰਾਂ ਦੀਆਂ ਹੁੰਦੀਆਂ ਉਹ ਤਾਂ ਬਈ ਸੱਦ ਵੀ ਲੈਂਦੀਆਂ ਚਲਦੀਆਂ ਵੀ ਸਹੀ ਐ ਜਿਹੜੀਆਂ ਕੋਈ ਤੁੱਕੀ ਲਾਉਂਦੀਆਂ ਫਿਰਦੀਆਂ ਆਂਦੀਆਂ ਬਈ ਕੇਰਾ ਬਾਹ ਟੱਪ ਜਾਂਦੇ ਬਾਹਰ ਜਾ ਕੇ ਤਾਂ ਚੰਗੇ ਨਾਲ ਹੀ ਵਿਆਹ ਕਰਾਉਂਗੀ ਸਹੀ ਐ ਉਹ ਮੁੜ ਕੇ ਮਗਰ ਉਹ ਇੱਥੇ ਧਰਮਪ੍ਰੀਤ ਦਾ ਗਾਣਾ ਲਾ ਕੇ ਸੁਣੀ ਜਾਂਦੇ ਤੁੱਟੇ ਦਿਲ ਨਹੀਂ ਜੋੜਦੇ ਅੜਗੇ ਥੋੜੀ ਨਾ ਨਾਲਿਆਤ ਨੇ ਦੋ ਖਾਸੇ ਦੇ ਮਾਰ ਲੈਂਦੇ ਆ ਉਬਲੇ ਅੰਡੇ ਨਾਲ ਬਾਹਰ ਜਾ ਕੇ ਮੁੜ ਕੇ ਉਧਰ ਸਟੇਟਸ ਪਾਉਂਦੇ ਆ ਮੈਂ ਤਾਂ ਵਰਕ ਤੇ ਆ ਫਿਰ ਕੰਮ ਤੇ ਨਹੀਂ ਆਦੇ ਮੈਂ ਵਰਕ ਤੇ ਆ ਇਹਦਰ ਨਿਮਾਰਕ ਨਹੀਂ ਕਰਦੇ ਇੱਥੇ ਦਾ ਜੇ ਮੇਰੇ ਵਰਗਾ ਗੋਹ ਦਾ ਬੱਠਲ ਚੱਟੀ ਫਿਰਦਾ ਹੋਵੇ ਆਖਣ ਵੀ ਲੈ ਬਾਦਸ਼ਾਹ ਲੱਗ ਗਿਆ ਦੀਵੀ ਥੱਲੇ ਦੇ ਬਾਹਰ ਦੇ ਆ ਕੇ ਮੈਂ ਜੋ ਟਾਇਲਟਾਂ ਸਾਫ ਕਰਦੇ ਆਂ। ਭਾਈ ਤਿੰਨ ਦਿਨ ਸਿੱਟੇ ਸਾਡੇ ਪਿੰਡਾਂ ਦੇ। ਬੱਸ ਓਏ ਪਰਜਾਈ ਨੂੰ ਚਾਗਾ ਬੱਠਲ। ਪਰਜਾਈ ਦਾ ਮੈਂ ਤੇਰੀ ਘਰੇ ਹੀ ਨਹੀਂ। ਉਹ ਜੋ ਓਏ ਤਾਂ ਤੂੰ ਸਿੱਟੀ ਜਨ ਕੋ ਗੂੜਾ ਲੈ। ਮੈਂ ਕਿਹਾ ਮੈਂ ਕਿਹੜਾ ਮੈਂ ਕਿਹਾ ਅੜਵਾਨੀ ਕਾ ਸ਼ੋਰਾਂ। ਉਹ ਹੀ ਲਾਪੇ ਦਾ ਮੁੰਡਾ ਮੈਂ ਆਂ। ਮੈਂ ਕਿਹਾ ਮੈਂ ਵੀ ਗੂਹਾ ਗੂੜੇ ਜਣ ਤਾ ਸਿੱਟੂਗਾ ਔਰ ਕੀ ਕਰੂੰਗਾ। ਹੈ? ਇਹ ਪੌਂਕਾ ਨਹੀਂ ਪੌਂਕਦਾ ਇਹ ਸੱਚੀਆਂ ਥੋੜੇ ਕੰਮ ਆਉਣਗੀਆਂ। ਸਹੀ ਗੱਲਾਂ। ਮੈਂ ਕਿਹੜਾ ساری ਉਮਰ ਜਾਂਦਾ ਰਹੂੰਗਾ ਮੇਰਾ ਕੀ ਪਤਾ ਹੁਣ ਜਾਂਦੇ ਦਾ ਐਕਸੀਡੈਂਟ ਹੋ ਜੇ ਕਿਤੇ ਤੜਕੇ ਨੂੰ ਸਾਰੇ ਫੋਟੋ ਤੇ ਲਾਈਏ ਆ ਰਾਈਬ ਬ్రో ਲੇਕਿਨ 79 ਕਿਲ ਦਾ ਗਾਣਾ ਬੋਲਉਂਦੇ ਹਰ ਅੱਖ ਚ ਉਹ ਤਾਂ ਹਰੇਕ ਤੇ ਲਾਈ ਦੇਣਾ ਭਵੇਂ ਕੁੱਤਾ ਮਰ ਜੇ ਉਹਦੇ ਤੇ ਵੀ ਲਾ ਲੰਦੇ ਗੇ ਨਾ ਤੜਕੇ ਰਹਿ ਰੇ ਕਿ ਜਿਹਦੇ ਮਰਜੀ ਸਟੇਟਸ ਚ ਚੈੱਕ ਕਰ ਲਈ ਉਹਦੇ ਲਿਖਿਆ ਪਿਆ ਹੁੰਦਾ ਹੈਵ ਸੇਫ ਟੂ ਜਰਨੀ ਪਿੱਗਾ ਇਹ ਤਾਂ ਗਿਆ ਬਾਰ ਇਹ ਨਹੀਂ ਮੁੜਦਾ ਜਿਹੜਾ ਕਰੀ ਜਾਵਾਂ ਮੁਰਦਾਂ ਦੀਆਂ ਆ ਕੀਰਾਂ ਘਰੇ ਨਾਟਕ ਜਿਹਾ ਕਰਦੇ ਜਫਗੀਆਂ ਪਾ ਕੇ ਰੋਂਦੇ ਮੁੜ ਕੇ ਜਦੋਂ ਬੱਸ 에ਰਪੋਰਟ ਨੂੰ ਕਾਰ ਸਿੱਧੀ ਜਾਂਦੀ ਆਂਦੇ ਚੱਲੀ ਆਂ ਪੀਨੇ ਵੀ ਨਾਟਕ ਜਿਹਾ ਕਰ ਜਾਂ ਇੱਕੋ ਕਣੀ ਕਿਹੜੇ ਕਲਾਕਾਰ ਦਾ ਗਾਣਾ ਦਾ ਤੀ ਤੀਆਂ ਬਾਤਾਂ ਨੂੰ ਉਹਦਾ ਪਿੰਡ ਦਿਲ ਚੋਂ ਲਿਖ ਲਿਆ ਮੈਂ ਆ ਇੱਕੋ ਗਾੜਾ ਜਿਹਾ ਲੋਨ ਦੇ ਮਾਰੇ 25 22 22 ਲੱਖ ਲਈ ਆ ਅੱਲਾ ਹੀ ਰੱਬ ਦੇ ਠੀਕ ਆ ਕੋ ਦੂਜਾ ਵੀ ਅੰਦਰ ਦਰਦ ਤਣ ਚੜਦੇ ਨੂੰ ਪਿੰਡ ਹਵਾ ਤੜਕੇ ਉੱਠ ਕੈਨੇਡਾ ਦੇ ਚੜਦੇ ਨੂੰ ਬਹੁਤ ਪਿੰਡ ਆ ਜੇਗਾ ਜਦੋਂ 25 ਲੱਖ ਲਾਇਆ ਤੇ ਬੱਪੂ ਨਹੀਂ ਵੜਨ ਦਿੰਦਾ ਹੁੰਦਾ ਮੇਰੇ ਪੂਰੇ ਘਰ ਮੇਰੇ ਪੂਰੇ ਘਰ ਮੇਰੀ ਤਾਂ ਕਿੱਲੇ ਜੋ ਵੱਟ ਪਛਾਹ ਕਰਤੀ ਮਾਂ ਪਿਓ ਨੇ ਆਪਾਂ ਨੂੰ 21 ਤੋਂ 22 ਸਾਲ 25 ਸਾਲ ਪਾਲਿਆ ਹੁੰਦਾ ਪਾਲਿਆ ਹੁੰਦਾ ਨਾ ਜਦੋਂ ਆਪਾਂ ਲਵ ਮੈਰਿਜ ਲਿਆ ਕੇ ਬਾਹਰ ਜਾ ਕੇ ਪੀ ਪੀ ਕਰ ਦਿੰਦੇ ਬੇਬੇ ਵਾਰ ਦੇ ਪਾਣੀ ਬੇਬੇ ਦੇ ਤਾਂ ਉਹਦੇ ਸਾਰੇ ਰੁਮਾਨਾ ਤੇ ਪਾਣੀ ਫਿਰ ਜਾਂਦਾ ਵੀ ਆਦਾ ਕਰਿਆ ਇਹ ਕੰਮ ਜਿਹੜਾ ਨਹੀਂ ਕਰਨਾ ਸੀ ਹਾਂ ਠੀਕ ਆ ਲਵ ਮੈਰਿਜ ਜੇ ਤਾਂ 3 ਮਹੀਨਿਆਂ ਚ ਹੋ ਜੇ ਤਾਂ ਠੀਕ ਆ ਉਸ ਤੋਂ ਬਾਅਦ ਇੱਕ ਦੂਜੇ ਦਾ ਭੇਤ ਆਉਣ ਲੱਗ ਪੈਂਦਾ ਮੁੜ ਕੇ ਤਾਂ ਇੱਕ ਦੂਜੇ ਨੂੰ ਹਡਾਉਂਦੀ ਹੁੰਦੇ ਆ ਨਹੀਂ ਮਗਰੋਂ ਤਾਂ ਉਹ ਉਹਨੂੰ ਛੱਡ ਜਾਂਦੀ ਆਂਦੀ ਬੇਕੂਪ ਸਟਿਪਡ ਦਾ ਮਾਰਦੇ ਜਦੋਂ ਹੋਣ ਤੋਂ ਪਹਿਲਾਂ ਤਾਂ ਜੇ ਉਹਦਾ ਨਹ ਵੀ ਟੁੱਟ ਜਾ ਤੈਨਵੇਰੀ ਪੁੱਛਦਾ ਹੈ ਕਿ ਆਨੂੰ ਜਿਹੜਾ ਤੁਹਾਡਾ ਨੇਲ ਟੁੱਟੇ ਸੀਗੇ ਸੈਟ ਆ ਉਹ ਉਂਗਲੀ ਤੇ ਜਦੋਂ ਵਿਆਹ ਹੋ ਜਾਂਦਾ ਫੇਰ ਭੋਵੇਂ ਗਿੱਟਾ ਮੋਚਿਆ ਜਾਵੇ ਫੇਰ ਆ ਤਾਂ ਕੋਈ ਸਵੇਰੇ ਚੱਲਾਂਗੇ ਡਾਕਟਰ ਦੇ ਏਡੀ ਜੇ ਦੀ ਤੈਨੂੰ ਕੋਈ ਗੋਲੀ ਨਹੀਂ ਪੈਂਦੀ ਪਹਿਲਾਂ ਤਾਂ ਉਹਨੂੰ ਮੋਲਾ ਚ ਘੁਮਾਉਂਦਾ ਫਿਰਦਾ ਹੁੰਦਾ ਕਦੇ ਸ਼ਾਪਿੰਗ ਕਰਾਦੀ ਕਦੇ ਕੁਸ਼ ਕਰਾਤਾ ਉਹ ਹੋ ਤੁਸੀਂ ਆ ਵੇਖਿਓ ਆ ਇਸਤੇ ਲਾ ਕੇ ਐਨਕਾ ਬਣਾਤਾ ਆਇ ਕਰੀ ਜਾਂਦਾ ਹਨ ਤੇ ਮਗਰੋਂ ਉਹਨੂੰ ਲਿਆ ਕੇ ਬੱਠਲ ਭਾਂਡਿਆਂ ਤੇ ਠਲਮ ਦਿੰਦਾ ਵਾਸ਼ਵੇਸ਼ਨ ਜੀ ਤੇ ਆਂਦਾ ਧੋਈ ਚੱਲ ਧੋਈ ਚੱਲ ਫੇਰ ਕਰਦੀ ਹੈ ਜਦ ਵੀ ਜੱਟਾ ਕਿੱਥੇ ਫਸ ਗਈ ਤੇਰੇ ਨਾਲ ਮਗਾ ਵੀ ਸਰਪੰਚ ਚ ਬਾਨਾ ਸੌਖਾ ਹਾਂ ਕਰਨੀ ਬਹੁਤ ਔਖੀ ਹੈ ਸਰਪੰਚ ਦੇ ਘਰੇ ਦਾ ਬਈ ਚਾਹ ਲਈ ਪਤੀਲੀ ਗੈਸ ਤੇ ਪਈ ਰਵੇ ਹਾਂ ਹੁਣ ਖੇਤ ਤਾਂ ਤੇਰੇ ਪਤਾਲ ਵਿਟ ਪਈ ਪਈ ਹੈ ਜੋਂਦੇ ਨੂੰ ਉਧਰੋਂ ਤੂੰ ਕੈਦਾ ਫੈਸਲਾ ਕਰਾਉਣਾ ਸਰਪੰਚ ਸਾਹਿਬ ਆਥਰੇ ਢੀਣਾ ਮਾਰਦਾ ਹੁੰਦੇ ਆ ਹਾਂ ਉਧਰੋਂ ਥਾਣੇ ਚ ਫੋਨ ਆਈ ਜਾਂਦੇ ਹੈਲੋ ਹਾਂਜੀ ਸਰਪੰਚ ਸਾਹਿਬ ਕੀ ਆਲਾ ਉਹ ਭਲਾ ਨਾਰਾਜੀ ਨਾਆਂ ਜਿਆ ਕਰਾ ਦਿੰਦੇ ਤੇ ਸਰਪੰਚ ਦੇ ਮੂੰਹ ਤੋਂ ਆਪ ਦੇ ਨਹੀਂ ਮੱਖੀ ਉੱਡਦੀ ਵੀ ਯਾਰ ਪਤਲ ਲਵੇਟ ਪੈ ਗਈ ਜਿਹੜੇ ਆਚਾਰ ਮੰਦਾਂ ਨੇ ਸੀਗੇ ਚਾਰ ਮੰਦਾਂ ਕਾਲੀਆਂ ਦੇ ਸਰਪੰਚ ਹੁਣ ਸਰਕਾਰ ਵੀ ਉਹਦੇ ਬਲੇਰੋ ਚ ਕਿਉਂ ਆਉਂਦੇ ਆ ਉਹਨਾਂ ਨੂੰ ਗਰੰਟਾ ਦਿੱਤੀਆਂ ਹਮ ਹਣਾ ਤੇ ਜਿਹੜੇ ਕਾਂਗਰਸ ਵਾਲਿਆਂ ਦੇ ਆ ਉਹਨਾਂ ਕੋਲੇ ਉਹੀ ਵਿਚਾਰਿਆਂ ਕੋਲੇ ਜਨਨਲ ਟੋਆ ਉਹਨਾਂ ਨੇ ਜਿਹੜੇ ਪੈਸੇ ਸੀਗੇ ਉਹ ਸਰਪੰਚੀ ਤੇ ਲਾ ਤੇ ਗਰੰਟਾ ਕਿਪਟਾ ਸਾਹਮਣੇ ਦਿੱਤੀਆਂ ਨਹੀਂ ਹੁਣ ਨਾਲ ਟੋਆ ਕਰਦੀ ਤੁਰਨ ਲੱਗੀ ਉਹ ਜਾ ਸੀ ਐਨਜੀ ਤੇ ਜਾਂ ਐਲਪੀਜੀ ਗੈਸ ਤੇ ਆ ਹਨਾ ਜਿੰਨਾ ਕੰਮ ਹੋਇਆ ਹੁਣ ਆਪਣੇ ਪੰਜਾਬ ਚ ਕਾ ਲੀਆਂ ਦੇ ਰਾਤੀ ਹੋਇਆ ਵੱਡੇ ਵੱਡੇ ਹਾਈਵੇ ਜਾਂ ਸੁਖਵੀਰ ਬਾਦਲ ਦਾ ਕਿਤੇ ਸਰੀਰ ਬਾਲਾ ਬਣਿਆ ਸੀਗਾ ਉਦੋਂ ਤਾਂ ਆਗ ਬੈਠਾ ਕਹਿੰਦਾ ਉਹ ਅਗੇ ਸੜਕ ਬਣਾਉਣੀ ਹੈ ਜਿਹੜੀ ਬੰਬ ਮਾਰੇ ਤੋਂ ਵੀ ਨਾ ਟੁੱਟੇ ਉਹ ਬਾਦਲ ਸਾਹਾ ਆਦਾ ਤੂੰ ਹੋਰੀ ਸੇ ਆਪਾ ਖੜਾ ਕਰਤਾ ਮੈਂ ਦਾਦਾ 4 ਇੰਚੀ ਬਣਾਉਣੀ ਸੀਗੀ ਟੀਪੀਸੀ ਵਾਲੀ ਉਹ 8 ਇੰਚੀ ਬਣਾਉਣੀ ਪਈ ਫੇਰ ਇੱਕ ਦਿਨ ਪਤੰਦਰ ਕੇ ਤੇ ਬਾੜਾ ਸੀਗਾ ਖੁਸ਼ੀ ਚਾਹਦਾ ਮੈਂ ਪਾਣੀ ਚ ਬੱਤਾਂ ਚਲਾ ਦੂੰ ਉਹ ਪਤਾ ਨਹੀਂ ਕਿੱਥੋਂ ਵੜ ਕੇ ਲੈਂਦੀ ਬੱਸ ਕੇਰਾ ਤਕਵੀਰ ਬਾਦਲ ਬਹਿ ਗਿਆ ਬੱਸ ਤੇ ਡਰ ਟਿਕ 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 ਆ ਗਈ ਆ ਗਈ ਕੈਪਟਨ ਸਾਹਿਬ ਨੇ ਵੀ ਸਾਢੇ 4 ਸਾਲ ਕੋਹ ਨਹੀਂ ਕਰਿਆ ਹਾਂ ਉਹ ਵੀ ਮਾਦਾ ਪਤਾ ਨਾ ਉਹ ਜਦੋਂ ਅੰਗਰੇਜ਼ੀ ਬੋਲਦਾ ਸੀ ਨਾ ਪੰਜਾਬੀ ਸੀ ਨਾ ਅੰਗਰੇਜ਼ੀ ਉਹ ਕਰੀ ਜਾਂਦਾ ਸੀਗਾ ਉਹ ਚੁਆਇਰ ਦਾ ਦਿਸ ਇਜ਼ ਜਿੰਨਾ ਅੰਗਰੇਜ਼ ਨਾ ਪੰਜਾਬੀ ਸਮਝਦੀ ਸੀ ਨਾ ਅੰਗਰੇਜ਼ੀ ਸਮਝ ਆਉਂਦੀ ਸੀ ਕਿ ਪਟੂ ਪਤਾ ਨਹੀਂ ਕੀ ਸੁਣਾਈ ਗਿਆ ਮਗਰ ਕਰ ਦਿੰਦਾ ਸੀਗਾ ਯੂ ਐਸ ਅਰੂਸਾ ਪਹਿਲਾਂ ਤਾਂ ਐਮ ਐਲ ਏ ਨਹੀਂ ਲੋਟ ਆਉਂਦੇ ਫਿਰ ਮੰਤਰੀ ਨਹੀਂ ਲੋਟ ਆਉਂਦੇ ਉਹ ਪਿੰਡ ਦਾ ਯਾਰ ਮੈਂਬਰ ਨਹੀਂ ਲੋਟ ਆਉਂਦਾ ਉਹ ਜਾ ਕੇ ਐਸ ਐਚ ਨੂੰ ਮੈਂ ਸੁਝਾ ਦੇਈ ਜਾਊਗਾ ਸਾਹਬ ਜੀ ਜੇ ਆਏ ਕਰ ਦੇਣਾ ਬੜੀ ਸੋਹਣੀ ਗੱਲ ਹੈ ਲੈ ਚਾਰ ਬੜਾ ਆਉਂਦਾ ਉਦਲੇ ਪਾਸੇ ਮੂੰਹ ਚ ਲੱਕੜ ਜਰਦਾ ਲਾਇਆ ਹੁੰਦਾ ਪਹਿਲਾ ਬਾਨਾ ਔਖਾ ਪਰ ਬਣੇ ਰਹਿਣਾ ਔਖਾ ਹਾਂਜੀ ਬਣੇ ਰਹਿਣਾ ਦਾ ਬਾੜਾ ਔਖਾ ਬਾਨਾ ਸੌਖਾ ਬਾਨਾ ਦਾ ਕਿਰਾਂ 2 ਗੱਲੱਖ ਦੇ ਖੀਰੇ ਖਵਾ ਦੇ 7 ਗੱਲੱਖ ਦੀ ਘਾਸ ਆਪਿਆ ਦੇ ਤੂੰ 12 ਗੱਲੱਖ ਦੀਆਂ 11 ਗੱਲੱਖ ਦੀਆਂ ਵੋਟਾਂ ਲੈਣਾ ਤਿੰਨ ਕਿ ਦਿਨ ਨਵੇਂ ਬੰਦਾ ਲੋਕਾਂ ਜਦੋਂ ਵਿਚਰਦਾ ਸਤਿ ਸ਼੍ਰੀਕਾਲ ਬੇਬੇ ਲੈ ਪੁੱਤ ਤੂੰ ਦਾ ਤਗੜਾ ਪਹਿਲੀ ਯਾਰੀ ਉੱਠਿਆ ਤੈਨੂੰ ਭਾਈ ਵੋਟ ਪਾਵਾਂਗੇ ਲਾ ਵੀ ਰਾਏ ਵੀ ਨਹੀਂ ਅੱਜ ਤੋਂ 5-10 ਸਾਲ 15 ਸਾਲ ਪਿਆ ਦਾ ਤਾਂ ਵਸੀਕਾ ਤੇ ਨਾ ਸੌਹਰੇ ਦੇ ਘਰ ਤੀਵੀ ਤੇ ਜਿਹੜੀ ਚਸ ਕਰੇ ਪੇਕਿਆਂ ਦੀ ਹੂੰ ਉਹ ਜਿਹੜਾ ਪੇਕੀ ਵਾਲਾ ਜਾਣ ਜਾਣ ਦੀ ਹੋਵੇ ਨਾ ਹੂੰ ਉਹ ਲਈ ਵਾਦੀ ਜੇ ਤੋ ਮੜਾ ਜਾ ਆਪਣੇ ਘਰ ਵਾਲੇ ਨਾਲ ਜਾਂ ਸੱਸ ਨਾਲ ਲੜ ਪਈ ਮਮੀ ਮੈਨੂੰ ਅੱਜ ਫੇਰ ਲੜੇ ਉਦੋਂ ਚਾਹਦੇ ਹੋ ਕੱਢ ਆ ਗਿਆ ਵੀ ਸਾਡੀ ਕੁੜੀ ਨੂੰ ਕੀ ਗੱਲ ਆ ਬੋਲਦੇ ਫੇਰ ਹੁੰਦੇ ਤਲਾਕ ਬਾਈ ਤਲਾਕ ਕੁੜੀ ਨੂੰ ਆਖਿਆ ਵੀ ਤੈਨ ਮਰਾਂਗੇ ਗੁਤਨੀ ਚ ਆਹੀ ਆ ਤੇਰਾ ਘਰ ਆ ਇੱਥੇ ਬਾਤ ਸਿੱਧੀ ਹੋ ਗਈ ਅਸੀਂ ਨਹੀਂ ਆਉਂਦੇ ਸਾਡੇ ਕੰਦ ਨੂੰ ਮਾਰ ਕਰ ਕੋਸ ਕਰ ਅਜ ਤਾਂ 20 ਲੱਖ ਲਾ ਕੇ ਵਿਆਹ ਦੀ ਤੇ ਪਵਾੜੇ ਤਾਂ ਸਾਰੇ ਫੋਨ ਚੰਗੀ ਵੀ ਜੀਜ ਮਾੜੀ ਵੀ ਐ ਇਹੋ ਸਾਰੀ ਤੁਹਾਡੀ ਵੀਡੀਓ ਕਾਲੀ ਕਰੀ ਜਾਂਦੀਆਂ ਮੰਮਾ ਵੇਖਿਓ ਆ ਚਾਦਰ ਵਿਛਾ ਦੇ ਤੇ ਨਾਲ ਆਹ ਸਹਰਾਣੇ ਸਹੀ ਰਹਿਣਗੇ ਲੈ ਮੰਮਾ ਨੂੰ ਕੀ ਪਤਾ ਤੇਰਾ ਫਿਰ ਦਿਮਾਗ ਤੁੜੀ ਦਾ ਕੋਖਾ ਹੀ ਐ ਕਈ ਦਾ ਮੇਰੀ ਵੇਖ ਕੇ ਵੀਡੀਓ ਕੱਟ ਜਾਣਗੇ ਕਿੱਧਰ ਮਰੀ ਜਾਂਦਾ ਪਕਾਈ ਸਾਡੇ ਤੇ ਤਵਾ ਬੰਨੀ ਬੈਠਾ ਇਹੋਂ ਪਤਾ ਨਹੀਂ ਮਾਤ ਕੋ ਤੀਉ ਕੰਮ ਹੀ ਸਾਰਾ ਤੁਸੀਂ ਖਿਲਾਰ ਦਿੰਿਆ ਲੋਕ ਵਾਈਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਮਨਿੰਦਰਜੀਤ ਸਿੱਤੂ ਦੋਸਤੋ ਅੱਜ ਦਾ ਪੋਡਕਾਸਟ ਬੜਾ ਐਮ ਰਹਿਣ ਵਾਲਾ ਤੇ ਬੜਾ ਘੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਪੋਡਕਾਸਟ ਕਰਨ ਪਹੁੰਚਿਆ ਗੁਰਪ੍ਰੀਤ ਸਿੰਘ ਭੁਲਾਈ ਜਾਣਾ ਔਰ ਭਾਈ ਗੋਪੀ ਇਹਨਾਂ ਦਾ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਸਰਪੰਚੀ ਨੂੰ ਲੈ ਕੇ ਦੋਸਤੋ ਬਾਤ ਹੋਰ ਵੀ ਗਈ ਆ ਗਈਆਂ ਬਾਈ ਦਾ ਸੁਭਾਅ ਵੀ ਘੈਂਟ ਹੈ ਬਾਈ ਦੀਆਂ ਗੱਲਾਂ ਵੀ ਘੈਂਟ ਹੈ ਉਮੀਦ ਕਰਦਾ ਤੁਹਾਨੂੰ ਇਹ ਗੱਲਾਂ ਪਸੰਦ ਹੋਣਗੀਆਂ ਹੁਣ ਬਾਈ ਦਾ ਸ਼ੁਰੂਆਤ ਕਰਦੇ ਤੇ ਬਾਈ ਦਾ ਸਵਾਗਤ ਕਰ ਲਈਏ ਬਾਈ ਸਸੀਗਾਲ ਸਸੀਗਾਲ ਬਾਈ ਜੀ ਠੀਕ ਹੋ ਹਾਂਜੀ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋ ਬਹੁਤ ਫੇਮ ਤੁਸੀਂ ਅੱਜ ਹਾਂਜੀ ਬਾਈ ਪਰਮਾਤਮਾ ਦਾ ਬਸ ਸ਼ੋਗਰਾ ਜਿਹਨੇ ਫੇਮਸ ਕਰਤਾ ਲੋਕਾਂ ਚ ਆਪਾਂ ਦਾ ਕੌਣ ਆ ਬਾਈ ਮਹਾਰਾਜ ਆ ਠੀਕ ਹੈ ਬਾਈ ਮਤਲਬ ਜਿੱਦੈਂ ਤੁਸੀਂ ਉਹ ਸਰਪੰਚ ਵਾਲੀ ਵੀਡੀਓ ਵਾਇਰਲ ਹੋਈ ਆ ਇਹ ਤੁਹਾਨੂੰ ਉਦੋਂ ਜਾਣਣ ਲੱਗਿਆ ਉਹ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੰਸਟਾ ਤੇ ਤੁਹਾਡਾ ਘੋੜੀਆਂ ਘਾੜੀਆਂ ਦਾ ਕਾਫੀ ਹਾਂ ਬਾਈ ਹੈਗਾ ਪੇਜ ਹੈਗਾ ਆਪਣਾ ਘੋੜੀਆਂ ਦਾ ਠੀਕ ਹੈ ਨਵੀ ਤੁਸੀਂ ਨਵੀਂ ਬਾਈ ਆ ਹਾਂ ਉਹ ਤੁਹਾਡਾ ਨਾ ਨਵੀਂ ਗੇ ਨਹੀਂ ਉਹ ਬ੍ਰਦਰ ਦਾ ਉਹਦੇ ਕੋਲੇ ਇਸ਼ਟਾ ਚੱਲਦਾ ਹੁੰਦਾ ਸੀ ਹਾਂ ਉਹ ਅਸੀਂ ਖੇਤ ਕੱਢਦੇ ਹੁੰਦੇ ਸੀਗੇ ਝੋਨੇ 'ਚ ਉਹ ਆ ਕੱਖ ਹੂੰ ਉੱਥੇ ਉਹ ਮੁੰਡੇ ਸੀਗੇ ਨਾਲ ਮੇਰੇ ਛੱਤੇ ਆਣੇ ਦੇ ਉਹ ਆ ਮੈਨੂੰ ਆ ਦੇ ਯਾਰ ਜਿਵੇਂ ਤੂੰ ਸ਼ੇਰ ਸ਼ੂਰ ਜੇ ਗੱਲਾਂ ਕਰੀ ਜਾਂਦਾ ਤੂੰ ਇਸ਼ਟਾ ਤੇ ਪਾ ਕੇ ਵੇਖਾ ਦੋ ਕੁ ਵੀਡੀਓ ਇਹ ਹੂੰ ਮੈਂ ਕਹਾਂ ਯਾਰ ਮੇਰੇ ਕੋਲੇ ਚੱਲਦਾ ਨਹੀਂ ਮੈਨੂੰ ਆਦੇ ਕੋੰਨਿੰਦਾ ਕਰੇਦਾ ਚੱਲਦਾ ਹੀ ਆ ਛੋਟੇ ਮੁੰਡੇ ਦੇ ਬਾਦੀ ਉਹ ਬਾਈ ਅਸੀਂ ਇੱਕ ਦਿਨ ਆਥਨੇ ਮਤੂੜੀ ਜੀ ਛਾਣ ਕੇ ਤੇ ਚੋਕਰ ਰਲਾਈ ਜਾਂਦਾ ਹੀ ਘੋੜੀ ਨੂੰ ਮੈਨੂੰ ਇਹਦਾ ਬਣਾ ਕਾ ਕੋਈ ਤੇ ਮੈਂ ਉੱਥੇ ਹੀ ਬਣਾਦਾ ਸ਼ੇਰ ਕਹਿੰਦਾ ਵੱਡੇ ਦਿਲਾਂ ਤੇ ਵੱਡੇ ਗੁਰਦੇ ਵਾਲੇ ਇਹਨਾਂ ਦਾ ਖਰਚਾ ਸਹਿੰਦੇ ਆ ਅੰਗਰੇਜ਼ੀ 'ਚ ਇਹਨਾਂ ਨੂੰ ਮੇਅਰ ਤੇ ਪੰਜਾਬੀ 'ਚ ਘੋੜੀ ਕਹਿੰਦੇ ਆ ਕਹਿੰਦਾ ਮੁਹੱਬਤ ਕਰਿਆ ਕਰੋ ਵੀਰੇ ਜੇ ਮੁਹੱਬਤ ਕਰੋਗੇ ਤਾਂ ਇਹ ਤਾਰ ਦਿੰਦਾਂ ਬਾਈ ਤਾਰ ਵੀ ਦਿੰਦਾਂ ਉਹ ਲੋਕਾਂ ਨੇ ਇੰਨਾ ਪਿਆਰ ਦਿੱਤਾ ਬਈ ਉਹ ਕੇ ਲੱਗ ਗਈ ਆ ਜਾ ਕੇ ਲੱਗੀ ਕੇ ਲੱਗ ਗਈ ਬਹਿਲੀ ਜੀ ਮਾਹੀ ਨੇ ਮੋਰ ਕੇ ਮੇ ਨੰਬਰ ਫਰਾ ਦਾ ਲੈ ਵੀ ਕੰਮ ਤਾਂ ਚੱਲ ਗਿਆ ਫਾਲੋਅਰ ਵੀ ਬਹੁਤ ਵਧਣ ਲੱਗ ਪਏ ਤੇ ਇਹਦਾ ਕੀ ਵੀ ਲੱਗ ਗਈ ਠੀਕ ਹੈ ਤੇ ਉਹ ਲੋਕਾਂ ਨੇ ਗਾਂ ਦੀਆਂ ਸ਼ੇਅਰ ਵੀ ਨਹੀਂ ਕਰੀ ਆਪ ਦੀਆਂ ਵੀਡੀਓ ਤੇ ਬਈ ਲਾਏ ਲਾਏ ਆਪਣਾ ਬਾਵਾਜ ਲਈ ਹਾਂ ਫੇਰ ਬਸ ਬਾਬੇ ਦੀ ਕਿਰਪਾ ਹੋਵੇ ਹੁਣ ਮੈਂ ਲਾਦਾ 170 ਕੀ ਕਣੀ ਹੈ 80 ਪੋਸਟਾਂ ਪਾ ਦਿੰਗਾ ਆਪਾਂ 170 ਹੋਵੇ ਹਾਂ ਜੀ ਕਿੰਨੇ ਕੇ ਹੋਵੇ ਹੁਣ ਤਾਂ ਬਈ ਮੈਨੂੰ ਲੱਗਦਾ ਐਮਚ ਵੀ ਜਾ ਵੜਦਾ ਹੁੰਦਾ ਕਈ ਵਾਰੀ ਕੰਮ ਆਛਾ ਆਹ ਉਹ ਤਾਂ ਪ੍ਰਮਾਤਮਾ ਦੀ ਮਿਹਰ ਅਸਰ ਪਈ ਚੀਜ਼ ਤਾਂ ਐਮੀ ਲੱਗੀ ਐ ਜਿਹੜੀ ਬਰਾੜ ਬਟੰਡੇ ਵਾਲੇ ਚੈਨਲ ਤੇ ਨਹੀਂ ਭਾਈ ਹਾਂ ਹਾਂ ਉਹ ਮੁੰਡਾ ਆਪਣੇ ਨਾਲ ਹੀ ਪੰਡਾ ਉੱਥੋਂ ਦਾ ਠੀਕ ਐ ਉਹਦਾ ਬੱਕਰੀਆਂ ਆਸਤੇ ਬਣਾਇਆ ਸੀਗਾ ਚੈਨਲ ਉਹ ਮੈਨੂੰ ਵਾਵਾ ਚਰਦਾਦਾ ਸੀਗਾ ਤਾਂ ਯਾਰ ਸਰਪੰਚੀ ਬਾਰੇ ਕੋਈ ਦੇ ਫੇਰ ਮੈਨੂੰ ਦੱਸਿਆ ਸਰਪੰਚੀ ਦੀਆਂ ਹਮ ਮਗਾ ਵੀ ਸਰਪੰਚ ਚ ਬੰਨਣਾ ਸੌਖਾ ਹਾਂ ਕਰਨੀ ਬਹੁਤ ਔਖੀ ਐ ਲੱਤਾਂ ਖਿੱਚ ਬਹੁਤ ਹੁੰਦੇ ਇਹਦੇ 'ਚ ਭਾਈ ਹਮ ਜਿਹੜੀ ਵਿਰੋਧੀ ਧਿਰ ਹੁੰਦੀ ਨਾ ਉਹ ਤਾਂ ਭਾਲਦੇ ਰਹਿੰਦੇ ਵੀ ਸਰਪੰਚ ਕਿੱਥੇ ਅੜੀ ਮੜੀ ਜੀ ਵੀਡੀਓ ਦੀ ਕੋਈ ਵਾਇਰਲ ਹੋਵੇ ਤੇ ਪਾ ਕੇ ਤੇ ਸਰਪੰਚੀ ਜਾਵੇ ਦਾਨ ਦੀ ਨਾਲ ਟੁੱਟੇ ਪੰਚਾਇਤ ਸੈਕਟਰੀ ਤੋੜਦੇ ਜਾਂ ਕੋਈ ਵੱਡਾ ਵੀਡੀਓ ਹਾਂ ਉਹ ਭਾਲਦੇ ਹੀ ਫਿਰਦੇ ਰਹਿੰਦੇ ਆ ਹਾਂ ਇੱਕ ਜਿਹੜੀ ਸਰਪੰਚੀ ਆ ਸਰਪੰਚੀ ਕਿਹੜਾ ਤੱਕ ਅਗਲਾ 40 ਲੱਖ ਲਾ ਕੇ ਲੈ ਲੂਗਾ 40 ਉਤੋਂ ਹੋਰ ਚਾਹੀਦਾ ਬਈ ਹੋ ਕਦੇ ਆਸਤੇ ਉਹ ਕਹਦੇ ਆਸਤੇ ਉਹ ਸੋਨਾ ਜਦੋਂ ਬੰਦਾ ਕੋਈ ਵੀ ਪਿੰਡ ਚ ਮਾਣਾ ਮੰਗਤਾ ਆਉਂਦਾ ਪਹਿਲਾਂ ਆ ਕੇ ਪੁੱਛੂਗਾ ਸਰਪੰਚ ਦਾ ਘਰ ਕਿੱਥੇ ਆ ਹਾਂ ਜੇ ਕੋਈ ਪਿੰਡ 'ਚ ਟੂਰਨਾਮੈਂਟ ਆ ਜਾਂ ਕੋਈ ਬਾਹਰੋਂ ਪਰਚੀ ਕੱਟਣ ਆ ਗਿਆ ਪਹਿਲਾਂ ਆ ਕੇ ਪੁੱਛਣਗੇ ਸਰਪੰਚ ਦਾ ਘਰ ਕਿੱਥੇ ਆ ਪਿੰਡ 'ਚ ਕੋਈ ਨਾਟਕਾ ਵਾਲਾ ਆ ਗਿਆ ਕੋਈ ਬਾਜੀ ਪਾਉਣ ਆ ਗਿਆ ਸਰਪੰਚ ਦਾ ਘਰ ਕਿੱਥੇ ਆ ਸਰਪੰਚ ਦੇ ਘਰੇ ਤਾਂ ਬਈ ਚਾਹ ਵਾਲੀ ਪਤਲੀ ਗੈਸ ਤੇ ਪਈ ਰਵੇ ਸਰਪੰਚੀ ਕਰਨੀ ਬਹੁਤ ਔਖੀ ਆ ਫੇਰ ਜੇ ਕੋਈ ਪਿੰਡ 'ਚ ਰੌਲਾ ਜਦੋਂ ਸਰਪੰਚ ਨਾਲ ਚਾਰ ਪੰਦੇ ਬਹਿ ਗਏ ਵੀ ਆਪਾਂ ਥਾਣੇ ਜਾਣਾ ਪਿੰਡ ਦਾ ਮੋਤਵਾਰ ਬੰਦਾਂ ਦਾ ਆਏ ਥੋੜਾ ਆ ਤੂੰ ਪੰਪ ਤੇ ਲਾ ਕੇ ਵੀ ਤੇਲ ਪਾ ਵਿੱਚ 1000 ਰੁਪਏ ਦਾ ਉਹ ਵੀ ਬੱਲੇ ਹੀ ਪਾਉਣਾ ਜਿਹੜਾ ਬੰਦਾ ਸਰਪੰਚ ਬੰਦਾ ਨਾ ਉਹਦਾ ਨਿੱਤ ਦਾ 2500 ਰੁਪਏ ਖਰਚਾ ਪਾਸੇ ਰੱਖਦੇ ਦੂਜਾ ਦਾ ਜਿਹੜਾ ਘਰ ਦਾ ਖਰਚਾ ਉਹਦਾ ਚੱਲ ਨਹੀਂ ਆ। ਉਹ ਬੱਕਰਾ। ਹਾਂ ਸਰਪੰਚੀ ਜਿਹੇ ਬੰਦੇ ਫੀਲ ਕਾ ਤੋਂ ਹੁੰਦੇ ਆ? ਘਰ ਕਿਉਂ ਬੇਲ ਹੋ ਜਾਂਦੇ ਆ? ਇਸੇ ਕਰ ਨਹੀਂ ਹੁੰਦੇ ਆ। ਹਾਂ। ਖਰਚਾ ਵੱਧ ਜਾਂਦਾ, ਆਮਦਨ ਘਟ ਜਾਂਦੀ ਆ। ਹੁਣ ਖੇਤ ਤਾਂ ਤੇਰੇ ਪਤਾਲ ਲਵੇਟ ਪਈ ਪਈ ਐ ਜੋਂਦੇ ਨੇ ਉਧਰੋਂ ਤੂੰ ਕੇਦਾ ਫੈਸਲਾ ਕਰਾਉਣਾ। ਪਤਾਲਵੇਟ ਵਾਲੀ 2 ਦਿਨ ਲੇਟ ਹੋ ਗਈ ਤਾਂ ਤੈਨੂੰ ਪਤਾ ਧੂਆ ਕੱਢ ਦਿੰਦੇ ਆ। ਹਾਂ। ਹਨਾ। ਜਦੋਂ ਜਦੋਂ ਪੱਤਾ ਲਵੇਟ ਵਾਲੀ ਹੋਈ ਨਾ ਤੇ ਝੋਨੇ ਦਾ ਰੰਗ ਜਾਂ ਤਾਂ ਆਏ ਹੋ ਜਾਂਦਾ ਜਿਵੇਂ ਕਿਸੇ ਨੂੰ ਉਹ ਜੀਵ ਵਾਲੀ ਨਹੀਂ ਮਿਲਦੀਂਂਦੀ ਆਏ ਨਹੀਂ ਉਂਗਲੀ ਪਟਣ ਦਾ ਚੁੰਡ ਚ ਝੋਨਾ ਆਏ ਹੋ ਜਾਂਦਾ ਚਿੱਟਾ ਜਾਂ ਸਰਪੰਚ ਸਾਹਿਬ ਆਥਰੇ ਢੀੜਾ ਮਾਰਨ ਆਉਂਦੇ ਆ ਹਾਂ ਉਧਰੋਂ ਥਾਣੇ 'ਚ ਫੋਨ ਆਈ ਜਾਂਦੇ ਹੈਲੋ ਹਾਂਜੀ ਸਰਪੰਚ ਸਾਹਿਬ ਕੀ ਆਲਾ ਉਹ ਫਲਾਣਾ ਰਾਜੀ ਨਾਮਾਂ ਜਾਂ ਕਰਾ ਦਿੰਦੇ ਤੇ ਸਰਪੰਚ ਦੇ ਮੂੰਹ ਤੋਂ ਆਪ ਦੇ ਨਹੀਂ ਮੱਖੀ ਉੱਡਦੀ ਵੀ ਯਾਰ ਪੱਤਾ ਲਵੇਟ ਪੈ ਗਈ ਜਿਹੜੇ achar ਮੰਨਦਾਂ ਨੇ ਸੀਗੇ achar ਮੰਨਦਾਂ ਨੇ ਸਰਪੰਚੀ ਬਾਈ ਉਹ ਬੰਦੇ ਦੀ ਹੈ ਜਿਹਦੇ ਮਗਰ ਤਿੰਨ ਬੰਦੇ ਘਰੇ ਕੰਮ ਕਰਨ ਆਲੇ ਆ ਹੂੰ ਤੇ ਦੋ ਬੁੜੀਆਂ ਚਾਪ ਤੇ ਰੋਟੀ ਟੱਕਾ ਇਹ ਨਹੀਂ ਪਤਾ ਯਾਰ ਜੇ ਕੋਈ ਪਿੰਡ ਚ ਤੂੰ ਰੱਖ ਲਾ ਕੋਈ ਮੰਤਰੀ ਨੇ ਟੱਪਣਾ ਪਿੰਡ ਵੇਚਦੀ ਪੁਲਿਸ ਚ ਜਾਣ ਪਛਾਣ ਹੁੰਦੀ ਆ ਐਸ ਐਚਓ ਸਾਹਿਬ ਨੇ ਜਾਂ ਡਿਪਟੀ ਸਾਹਿਬ ਨੇ ਫੋਨ ਕਰਤਾ ਹਾਂਜੀ ਕੀ ਹਾਲ ਆ ਸਰਪੰਚ ਸਾਹਿਬ ਠੀਕ ਹੈ ਜੀ ਆ ਜੀ 20 ਬੰਦਿਆਂ ਦੀ ਰੋਟੀ ਤਿਆਰ ਕਰਕੇ ਘੱਲ ਦਿਓ ਹਾਂ ਫਿਰ ਤੂੰ ਆਏ ਨਹੀਂ ਯਾਰ ਮਲਾਜਮ ਅੱਗੋਂ ਭਾਜੋ ਅਫਸਰ ਆ ਬੀਪੀ ਪੰਜਾਬ ਪੁਲਿਸ ਉਹਨਾਂ ਨੂੰ ਆਏ ਦਾ ਹੈ ਨਹੀਂ ਵੀ ਤੂੰ ਚਟਨੀ ਨਾਲ ਗੰਡਿਆਂ ਦੀ ਨਾਲ ਘੱਲ ਦੇਗਾ ਰੋਟੀ ਫਿਰ ਚੰਗਾ ਜਾਦਾ ਸਰਪੰਚ ਮਟਰ ਪਨੀਰ ਬਣਾਉਦਾ ਜਾ ਚੰਗਾ ਕੋਈ ਸ਼ਾਈ ਪਨੀਰ ਲਿਆਉਂਦਾ ਕਿਸੇ ਹੋਟਲ ਤੋਂ ਫੇਰ ਉਹਨਾਂ ਦੀ ਰੋਟੀ ਜਾਂਦੀ ਐ ਇਸ ਕਰਕੇ ਸਰਪੰਚੀ ਕਰਨੀ ਬਹੁਤ ਔਖੀ ਐ ਬਾਈ ਇੱਕ ਕਵੌਣਾ ਹੀ ਸੌਕਾ ਵੀ ਸਰਪੰਚ ਬਣ ਗਿਆ ਮੈਂ ਪਿੰਡ ਦਾ ਪਹਿਲਾਂ ਬੰਨਾ ਔਖਾ ਪਰ ਬਣੇ ਰਹਿਣਾ ਔਖਾ ਹਾਂਜੀ ਬਣੇ ਰਹਿਣਾ ਦਾ ਬਾਲਾ ਔਖਾ ਬੰਨਾ ਸੌਖਾ ਬੰਨਾ ਦਾ ਕਿਰਾਂ 2 ਲੱਖ ਦੇ ਖੀਰੀੇ ਖਵਾ ਦੇ 7 ਲੱਖ ਦੀ ਘਾਸਾ ਪਿਆ ਦੇ ਕੋਈ 12 ਲੱਖ ਦੀਆਂ 11 ਕਿਦਾਂ ਵੋਟਾਂ ਲੈਣਾ ਤਿੰਨ ਕਿ ਦਿਨ ਨਵਾਂ ਬੰਦਾ ਲੋਕਾਂ ਜਦੋਂ ਵਿਚਰਦਾ ਸਤਿ ਸ਼੍ਰੀਕਾਲ ਬੇਬੇ ਲੈ ਪੁੱਤ ਤੂੰ ਦਾ ਤਗੜਾ ਪਹਿਲੀ ਯਾਰੀ ਉਠਿਆ ਤੈਨੂੰ ਭਾਈ ਵੋਟ ਪਾਵਾਂਗੇ ਵੋਟਾਂ ਤਾਂ ਪੈ ਜਾਂਦੀਆਂ ਬੰਦਾ ਜਾਣ ਪਛਾਣ ਹੋਣੀ ਵੀ ਜ਼ਰੂਰੀ ਆ ਸਰਪੰਚ ਉਹ ਬੰਦਾ ਬਣੇ ਜਿਹੜਾ ਐਸਐਚਓ ਜਾਂ ਡਿਪਟੀ ਸਾਹਿਬ ਨਾਲ ਜਾਂ ਤਸੀਲਦਾਰ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਗੱਲ ਵੀ ਕਰਨ ਜਾਣਦਾ ਹੋਵੇ ਇਹ ਥੋੜਾ ਵੀ ਜਿਹੜਾ ਗੱਲ ਕਰਨੀ ਨਹੀਂ ਜਾਣਦਾ ਤੇ ਉਹ ਸਰਪੰਚ ਬਣ ਗਿਆ ਇਹੋ ਜਿਹਾ ਵੀ ਹੁੰਦੇ ਆ ਹਾਂ ਹੁੰਦੇ ਆ ਬਾਈ ਚੁੱਪ ਕਰੇ ਸਰਪੰਚ ਵੀ ਹੈਗੇ ਕਈ ਬੰਦੇ ਗੁੱਸਾ ਵੀ ਮੰਨਣਗੇ ਪਰ ਉਹ ਬੰਦੇ ਦੀ ਸਰਪੈਂਚੀ ਇਹ ਨਹੀਂ ਸਰਪੈਂਚੀ ਉਹ ਬੰਦੇ ਦੀ ਆ ਜਿਹੜੇ ਤੇ ਪੂਰਾ ਹੱਕ ਚ ਜੋਰ ਆ ਬੋਲ ਸਟੈਂਡ ਲੈਣ ਵਾਲਾ ਕਿਰਿਆਕਾਰੀ ਦੀ ਗੱਲ ਆ ਕੋਈ ਸਰਪੰਚ ਦੀ ਗੱਲ ਆ ਉਹਦੇ ਪਿੰਡ ਆ ਕੇ ਥਾਣੇਦਾਰ ਨੇ ਕੁੱਟੀ ਜਾਵੇ ਮੁਲਜਮ ਨੂੰ ਤੇ ਸਰਪੰਚ ਨੇ ਜਾ ਕੇ ਡੰਡਾ ਫੜ ਲਿਆ ਥਾਣੇਦਾਰ ਦਾ ਹਮ ਤੇ ਜੇ ਸਰਪੰਚ ਚ ਧਾਮ ਸੀਗਾ ਤਾਂ ਯਾਰ ਫੜਿਆ ਸਰਪੰਚ ਦੀ ਐਮਐਲਏ ਨਾਲ ਵੀ ਸੂਤ ਚਾਹੀਦੀ ਆਪਾਂ ਮੇ ਕਿਸੇ ਪਾਰਟੀ ਦਾ ਸਰਪੰਚ ਆ ਕਿਸੇ ਤੇ ਪਾਰਟੀ ਦਾ ਐਮਐਲਏ ਆ ਫੇਰ ਹੀ ਕੰਮ ਲਊ ਫੇਰ ਹੀ ਗਰੰਟਾ ਆਉਣਗੇ ਹਮ ਕਾਲੀਆਂ ਦੇ ਸਰਪੰਚ ਹੁਣ ਸਰਕਾਰ ਵੀ ਉਹਦੇ ਬਲੇਰੋ ਚ ਕਿਉਂ ਆਉਂਦੇ ਆ ਉਹਨਾਂ ਨੂੰ ਗਰੰਟਾ ਦਿੱਤੀਆਂ ਹਮ ਹਣਾ ਤੇ ਜਿਹੜੇ ਕਾਂਗਰਸ ਵਾਲਿਆਂ ਦੇ ਆ ਉਹਨਾਂ ਕੋਲੇ ਉਹੀ ਵਿਚਾਰਿਆਂ ਕੋਲੇ ਜਨਨਲ ਟੋਆ ਉਹਨਾਂ ਨੇ ਜਿਹੜੇ ਪੈਸੇ ਸੀ ਕਿ ਉਹ ਸਰਪੰਚੀ ਤੇ ਲਾ ਤੇ ਗਰੰਟਾ ਕਿਪਟਾ ਸਾਹਮਣੇ ਦਿੱਤੀਆਂ ਨਹੀਂ ਹੁਣ ਨਾਲ ਟੋਆ ਕਰਦੀ ਤੁਰਨ ਲੱ ਉਹ ਜਾਂ ਸੀ ਐਨਜੀ ਤੇ ਆ ਜਾਂ ਐਲਪੀਜੀ ਗੈਸ ਤੇ ਆ ਹਨਾ ਤੇ ਜਿਹੜੇ ਹੁਣ ਕਾਲੀਆਂ ਦੇ ਸਰਪੰਚਾਂ ਦੀ ਟੌਰ ਕਿ ਉਹ ਵੱਖਰੀ ਹੈ ਚੰਗਾ ਮੁੱਛਾਂ ਨੂੰ ਆਟਾ ਚੰਗੀਆਂ ਗਰਾਟਾਂ ਆ ਗੀਆਂ ਬਈ ਉਹਨਾਂ ਨੂੰ ਜਾਂ ਸਰਕਾਰ ਪੀਓ ਜਾਂ ਬਲੈਰ ਹੋ ਜਾਂ ਨੋਵਾ ਕਈ ਤਾਂ ਹੁਣ ਮੈਂ ਅਲਾ ਦਾ ਮਨਟੈਰੋ ਵੀ ਕਢਾ ਲਿਆ ਹੈ ਗਾਇਂ ਗਾ ਮਾਤੇ ਹਾਂ ਉਹਨਾਂ ਦਾ ਬਈ ਕਿਲਾ ਤਗੜਾ ਮੇਰਾ ਕਹਿੰਦਾ ਪਾਸਾ ਕਿਲੇ ਪਸੂਣੇ ਕਿੱਲੇ ਦੇ ਸਿਰ ਤੇ ਹੀ ਖੜਨਾ ਉਹਨਾਂ ਦਾ ਕਿਲਾ ਤਗੜਾ ਜਦੋਂ ਕਿਲਾ ਤਾਂ ਤਾਂ ਗੱਫੇ ਸਿੱੜਦਾ ਲਉਂਦੇ ਵੀ ਇਹ ਗੱਲ ਕਾਈ ਨਹੀਂ ਵੀ ਜੇ ਆਪਾਂ ਆ ਕੇ ਕਾਲੀਆਂ ਦੇ ਜਿਹੜੇ ਸਰਪੰਚਾ ਸਾਰਿਆਂ ਗਰੰਟਾ ਕਾਈਗੇ ਲਾਏ ਵੀ ਇਹ ਪਿੰਡਾਂ 'ਚ ਵਾਟਰ ਵਰਕਸ ਬਣਾਏ ਆ ਗਲੀਆਂ ਬਣਾਈਆਂ ਜਿੰਨਾ ਕੰਮ ਹੋਇਆ ਹੁਣ ਆਪਣੇ ਪੰਜਾਬ 'ਚ ਕਾਲੀਆਂ ਦੇ ਰਾਜ ਹੀ ਹੋਇਆ ਵੱਡੇ ਵੱਡੇ ਹਾਈਵੇ ਜਾਂ ਸੁਖਵੀਰ ਬਾਦਲ ਦਾ ਕਿਤੇ ਸਰੀਰ ਬਾਲਾ ਬਣਿਆ ਸੀਗਾ ਉਦੋਂ ਤਾਂ ਆ ਕੇ ਬੈਠਾ ਕਹਿੰਦਾ ਉਹ ਅਗੇ ਸੜਕ ਬਣਾਉਣੀ ਹੈ ਜਿਹੜੀ ਬੰਬ ਮਾਰੇ ਤੋਂ ਵੀ ਨਾ ਟੁੱਟੇ ਉਹ ਬਾਦਲ ਸਾਹਿਬ ਆਦਾ ਤੂੰ ਹੋਰੀ ਸੇ ਆਪਾ ਖੜਾ ਕਰਤਾ ਮੈਂ ਦਾਦਾ 4 ਇੰਚੀ ਬਣਾਉਣੀ ਸੀਗੀ ਡੀਪੀਸੀ ਵਾਲੀ ਉਹ 8 ਇੰਚੀ ਬਣਾਉਣੀ ਪਈ ਬਣੇ ਹਨਾ ਵੀਰੇ 8 ਇੰਚੀ ਸੁਖਵੀਰ ਤੇ ਕਹਿ ਤਾ ਹਾਂ ਉਹ ਸੁਖਵੀਰ ਦੇ ਕਹਿੰਦੇ ਪੇਰੇ ਕਰਨ ਪਤੰਦਰ ਕੇ ਤੇ ਬਾਹਲਾ ਸੀਗਾ ਕੁਝ ਜਿਆਦਾ ਮੈਂ ਪਾਣੀ ਚ ਬੱਤਾਂ ਚਲਾ ਦੂੰ ਉਹ ਪਤਾ ਨਹੀਂ ਕਿੱਥੋਂ ਵੜ ਕੇ ਲੈਂਦੀ ਬੱਸ ਕੇਰਾ ਸੁਖਵੀਰ ਬਾਦਲ ਬਹਿ ਗਿਆ ਬੱਸ ਤੇ ਡਰ ਟਿਕ 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 ਆ ਗਈ ਆ ਗਈ ਯਾਰ ਉਹ ਇਹ ਗੱਲ ਜਿਹੜਾ ਕਿ ਉਹਨੂੰ ਵੀਰ ਜਿਹੜੀ ਗੱਲ ਕਹਦਾ ਸੀ ਕਰ ਦਤ ਬ ਕਰ ਦਿੰਦਾ ਸੀ ਬਾਈ ਹਾਂ ਇਹ ਗੱਲ 'ਚ ਕੋਈ ਸ਼ੱਕ ਨਹੀਂ ਜੇ ਸੁਖਵੀਰ ਬਾਦਲ ਨੇ ਆਖਿਆ ਹੁੰਦਾ ਨਾ ਮੈਂ 1000 ਰੁਪਿਆ ਬੇਬਿਆਂ ਨੂੰ ਸਾਰਿਆਂ ਨੂੰ ਦੇਵਾਂਗਾ ਅੱਜ ਨੂੰ ਦੇ ਦਿੰਦਾ ਇਹਨਾਂ ਨੂੰ ਪਤਾ ਕੀ ਗੱਲ ਆ ਜਿਹੜੀ ਇਹ ਪਾਰਟੀ ਹੈ ਨਾ ਸ਼ਰਮ ਨਿਕਲਦੀ ਦਲਪ ਮੈਂ ਇੱਕ ਗੱਲ ਹੋਰ ਵੀ ਬਾਈ ਲੋਕਾਂ ਨੂੰ ਕਹਿਣੀ ਚਾਹਣਾ ਮੇਰਾ ਪਾਰਟੀ ਕਿਸੇ ਨਾਲ ਵੀ ਨਹੀਂ ਸੰਬੰਧ ਮੈਨੂੰ ਇਹ ਨਹੀਂ ਪਤਾ ਮੈਂ ਵੋਟ ਪਾਉਣ ਜਾਵਾਂ ਕਿ ਨਾ ਜਾਵਾਂ ਵੋਟ ਦਾ ਇੱਕ ਅਧਿਕਾਰ ਰਹੇਗਾ ਹਾਂ ਗੋਤ ਪਾਇਆ ਨਾ ਪਰ ਯਾਰ ਉਹਨਾਂ ਦੇ ਨਾ ਗੱਲਾਂ 'ਚ ਥੋੜਾ ਜਿਹਾ ਘਰਟ ਸੀਗਾ ਕੈਪਟਨ ਸਾਹਿਬ ਨੇ ਵੀ 4.5 ਸਾਲ ਕੋਹ ਨਹੀਂ ਕਰਿਆ ਉਹ ਵੀ ਮਾਂ ਦਾ ਪੁੱਤ ਨਾ ਉਹ ਜਦੋਂ ਅੰਗਰੇਜ਼ੀ ਬੋਲਦਾ ਸੀ ਨਾ ਪੰਜਾਬੀ ਸੀ ਨਾ ਅੰਗਰੇਜ਼ੀ ਉਹ ਹੀ ਕਰੀ ਜਾਂਦਾ ਸੀਗਾ ਉਹ ਚੁਆਇਰ ਦਾ ਦਿਸ ਇਸ ਜਿੰਨਾ ਅੰਗਰੇਜ਼ ਨਾ ਪੰਜਾਬੀ ਸਮਝ ਆਉਂਦੀ ਸੀ ਨਾ ਅੰਗਰੇਜ਼ੀ ਸਮਝ ਆਉਂਦੀ ਸੀ ਕਿ ਪਟੂ ਪਤਾ ਨਹੀਂ ਕੀ ਸੁਣਾਈ ਗਿਆ ਮਗਰ ਉਹ ਕਰ ਦਿੰਦਾ ਸੀਗਾ ਯੂਐਸ ਅਰੂਸਾ ਕੀ ਯਾਰ ਪਤਾ ਨਹੀਂ ਬਤੰਦਰ ਨੇ ਯਾਰ ਸਾਢੇ 4 ਸਾਲ ਲੋਕਾਂ ਨੂੰ ਘੁੰਮਣ ਘੇਰੀ ਜਿਹੀ ਪਾਈ ਰੱਖਿਆ ਡੱਕਾ ਨਹੀਂ ਕੀਤਾ ਨਾ ਕੋਈ ਬਗਰਾੜੀ ਦਾ ਇਨਸਾਫ ਦਵਾਇਆ ਯਾਰ ਬਗਰਾੜੀ ਵਾਲੇ ਮੋਰਚੇ ਦਾ ਉਹ ਜਿਹੜੀ ਬਹਿਬਲ ਕਲਾ ਵਾਲਾ ਕਾਂਡ ਸੀ ਉਹਦਾ ਇਨਸਾਫ ਮਿਲਿਆ ਨਹੀਂ ਮਿਲਿਆ ਉਹ ਵੀ ਕਿਹਨਾਂ ਨੇ ਯਾਰ ਸਿਆਸਤੀ ਬਣਾ ਲਈ ਲੀਡਰਾਂ ਨੇ ਕਹੀ ਯਾਰ ਹਨਾ ਸਿਆਸਤਾਂ ਨੂੰ ਹੀ ਕਰ ਹਾਂ ਜਿਹੜੇ ਮੇਰੀ ਗੱਲ ਸੁਣ ਜਿਹੜੇ ਬੰਦੇ ਯਾਰ ਮਹਾਰਾਜ ਨੂੰ ਨਹੀਂ ਭਗਸ਼ਦੇ ਉਹ ਆਪਣਾ ਕੀ ਸਵਾਰਥ ਕਰ ਦੇਣਗੇ ਜਿਹੜੇ ਮਹਾਰਾਜ ਦੀ ਸਿਆਸਤ ਕਰੀ ਜਾਂਦੇ ਯਾਰ ਹਨਾ ਬਹੁਤ ਮਾੜੀ ਗੱਲ ਆ ਬਾਈ ਇਹ ਚੰਗੀ ਗੱਲ ਨਹੀਂ ਯਾ ਰੱਬ ਤੇ ਸਿਆਸਤ ਕਰ ਰੱਬ ਤੇ ਸਿਆਸਤ ਕਰਦੀ ਪਰ ਇੱਕ ਗੱਲ ਆ ਰੱਬ ਘਰੇ ਦੇਰਾਂ ਹਨੇਰ ਨਹੀਂ ਹਾਂ ਦੇਰ ਥੋੜੀ ਜੀ ਲੱਗ ਜੂਗੀ ਤੇ ਪਰ ਹੁੰਜੇ ਸਾਰੇ ਪਾਸੇ ਵੱਜ ਜਾਊਗਾ ਹਾਂ ਹਾਂ ਤਾਂ ਚਲੋ ਸਰਕਾਰ ਵੀ ਹੁੰਜੇ ਆ ਲੈਂਦੀ ਆ ਹਾਂ ਨਹੀਂ ਬਾਈ ਸਰਕਾਰ ਆ ਠੀਕ ਆ ਹੁੰਜੇ ਆ ਲੈਂਦੀ ਸਰਕਾਰ ਥੋੜੀ ਜੀ ਇਹ ਵੀ ਮੱਲਾ ਦਾ ਦਿੱਲੀ ਨੂੰ ਹੀ ਚਲਦੀ ਆ ਮੇਰੇ ਨਾਲ ਆ ਜਾ ਹਾਂ ਕਿਵੇਂ ਲੱਗਿਆ ਗੱਲ ਦਾ ਸਵਾਦ ਆਇਆ ਨਹੀਂ ਜਿਵੇਂ ਗੱਲਾਂ ਕੀਤੀਆਂ ਸੀ ਉਹਵੇਂ ਹੋਆਂ ਨਹੀਂ ਅਜੇ ਭਗਵੰਤ ਮਾਨ ਸਾਹਿਬ ਨਾਲ। ਹੋਰ ਬੇਬੇ ਦਾ ਵਿਚਾਰੀ ਕੋਈ ਆ ਸਟੇਟ ਬੈਂਕ ਪਟਿਆਲੇ ਵਾਲੀ ਨਹੀਂ ਜਿਹੜੀ ਐਸਬੀਆਈ ਚ ਜੰਝ ਹੋਈ ਆ। ਹਾਂ। ਕੁੱਲ ਕਾਪੀ ਚੱਕੀ ਫਿਰਦੀ ਆ ਜਾ ਕੇ ਉਹ ਜਿਹੜੇ ਮੁੰਡੇ ਨਹੀਂ ਆ ਪਿੰਡਾਂ ਚ ਬਣਾਈ ਬੈਠੇ। ਬ੍ਰਾਂਚ ਆਈਆਂ ਹਰੇ ਘਰ ਦੀ ਆਵੇ ਪੁੱਤ ਆਵੇ ਕਿ ਭਗਵੰਤ ਮਾਨ ਵਾਲਾ 1000 ਰੁਪਿਆ ਤਾਂ ਨਹੀਂ ਆਇਆ। ਓਏ ਯਾਰੀ ਡਿੱਕੀ ਜਾਂਦੀਆਂ। ਪਤਾ ਨਹੀਂ ਕਦੋਂ ਆਊਗਾ। ਪਤਾ ਨਹੀਂ ਕਦੋਂ। ਹਾਂ। ਮਾਫੀ ਵੀ ਨਹੀਂ ਆਏ ਬਾਈ ਲੋਕਾਂ ਨੂੰ। ਠੀਕ ਆ ਚਲੋ ਆਪਾਂ ਝੱਤੋਂ ਪੈਰ ਹੱਸਦੇ ਰਹਿੰਦੇ ਆ ਹੱਸਣਾ ਵੀ ਜ਼ਰੂਰੀ ਆ ਪਰ ਮਾਫਜੇ ਸਰਕਾਰ ਨੇ ਦੇਨੇ ਸੀਗੇ ਲੋਕਾਂ ਦੇ ਹਨਾ ਕਣਕਾਂ ਦਾ ਬਹੁਤ ਬੇ ਕਈ ਪਿੰਡਾਂ ਇਦਾਂ ਨਾ ਕਣਕਾਂ ਲੋਕ ਖਾਨ ਨੂੰ ਰਿਸ਼ਤੇਦਾਰੀਆਂ ਚੋਂ ਲਿਆਏ ਆ ਲਿਆਏ ਹਨਾ ਤੇ ਲੋਕਾਂ ਦਾ ਨਾ ਕਈਆਂ ਦਾ ਫਨਾਹ ਹੋਇਆ ਪੈ ਕੰਮ ਵੀ ਮਸਾਂ ਹੀ ਲੋਕ ਅਗਲੀ ਫਸਲ ਨੂੰ ਪਹੁੰਚੇ ਤੇ ਉਹ ਯਾਰ ਜਦੋਂ ਮਾਫਜਾ ਚਲੋ ਆਪਾਂ ਆਏ ਨਹੀਂ ਆਦੇ ਉਹ ਇੱਕ ਫੱਟਾਂ ਤੇ ਮਲਮ ਲਾਉਣ ਵਾਲੀ ਗੱਲ ਸੀਗੀ ਉਹ ਮਲਮ ਨਹੀਂ ਲਾਈ ਉਹ ਮਿਰਚਾਂ ਲਾਤੀਆਂ ਪਹਿਲਾਂ ਹਾਂ ਆ ਕੇ ਮੁੜ ਕੇ ਚੀਜ਼ ਜਿਹੜੀ ਨਾ ਦੇਣੀ ਹਨਾ ਬਹੁਤ ਗਲਤ ਗੱਲ ਦਾ ਗੱਲਾਂ ਤਾਂ ਬਈ ਮੇਰੀਆਂ ਸਹੀ ਮੁੱਦਿਆਂ ਤੇ ਹੁੰਦੀਆਂ ਪਰ ਕਈ ਵੇਰੀ ਨਾ ਵਿੱਚ ਦੀ ਭਰਾ ਕਈ ਗਲਤ ਕਮੈਂਟ ਕਰਨ ਲੱਗ ਪੈਂਦੇ ਆ ਹਾਂ ਚਲੋ ਆਏ ਉਦਾਰ ਸਪਰਟ ਤਾਂ ਫਿਰ ਨਹੀਂ ਜੀ ਬਿੱਤਰ ਇਹ ਹਾਂ ਨਾ ਬਾਕੀ ਭਾਈ ਇਹ ਗੱਲ ਆ ਬਈ ਜਿਹੜੀ ਸਰਕਾਰ ਆ ਨਾ ਕੋਈ ਵੀ ਆ ਮੈਂ ਤਾਂ ਇਹ ਗੱਲ ਕਰਦਾ ਵੀ ਸਰਕਾਰ ਵੀ ਇੱਕ ਨਾ ਕਾਨੂੰਨ ਬਣਨਾ ਚਾਹੀਦਾ ਆਪਣੇ ਭਾਰਤ 'ਚ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਬਣਾਉਣ ਭਾਵੇਂ ਰਾਸ਼ਟਰਪਤੀ ਹੁਣ ਇੱਕ ਤਾਂ ਭਾਈ ਚੰਗਾ ਆਈਪੀਐਸ ਅਫਸਰ ਆ ਯਾਰ ਉਹਨੇ ਪੜ੍ਹਾਈ ਕਰੀ ਆ ਆਪਣੀ ਅੱਧੀ ਉਮਰ ਗਾਲੀ ਆ ਇਹ ਇਕੱਠਾ ਪੜਿਆ ਆ ਹੁੰਦਾ ਵੋਟਾਂ ਦੇ ਸਿਰ ਤੇ ਐਮਐਲਏ ਬਣ ਜਾਂਦਾ ਉਹ ਐਡੇ ਆਈਪੀਐਸ ਅਫਸਰ ਤੇ ਰੋ ਮਰੀ ਜਾਂਦਾ ਹਾਂ ਮਰੀ ਜਾਂਦਾ ਕਿ ਨਹੀਂ ਇੱਕ ਪਿੱਛੇ ਜੇ ਵੀਡੀਓ ਵੀ ਆਈ ਸੀਗੀ ਹੁਣ ਮੈਂ ਬੰਦੇ ਦਾ ਨਾਂ ਨਹੀਂ ਲੈਂਦਾ ਕਰਦਾ ਸੀਗਾ ਨਾ ਕਿ ਐਸਐਚਓ ਮੈਨੂੰ ਲੱਗਦਾ ਤੇਰਾ ਜੂਲੀ ਬਿਸਤਰਾ ਆ ਕੇ ਗੋਲ ਕਰਨਾ ਬੁੱਲੇ ਤੂੰ ਐਸਐਚਓ ਦਾ ਜੂਲੀ ਬਿਸਤਰਾ ਗੋਲ ਕਰਾਉਣ ਵਾਲਾ ਕੌਣ ਹੈ ਬਈ ਉਹਦਾ ਕੋਰਸਾ ਯਾਰ ਮੌਕੇ ਦੀ ਅਫਸਰ ਆ ਐਸਐਚਓ ਕਿਤੇ ਮਾੜੀ ਮੁੱਟੀ ਚੀਜ਼ ਹੁੰਦੀ ਹੈ ਥਾਣੇ ਦਾ ਮਾਲਕ ਹੁੰਦਾ ਹਲਕਾ ਹੁੰਦਾ ਉਹਦੇ ਕੋਲੇ ਕਾਇ ਪਿੰਡਾਂ ਦੀ ਇਨਚਾਰਜ ਹੁੰਦਾ ਹੁਣ ਇੱਕ ਡਿਊਟੀ ਸਾਹਿਬ ਆ ਜਾਂ ਇੱਕ ਐਸਐਸਪੀ ਸਾਹਿਬ ਤੇ ਲਾ ਲੋ ਕੋਈ ਵੀ ਆ ਵੱਡੇ ਰੈਂਕ ਦਾ ਆਈਪੀਐਸ ਸਰਵਿਸ ਜਾਂ ਆਈਏਐਸ ਦਾ ਅਫਸਰ ਆ ਉਹਦੇ ਨਾਲ ਯਾਰ ਜਿਹੜਾ ਐਮ.ਐਲ.ਏ ਆ ਅੱਠ ਪੜਿਆ ਹੁੰਦਾ ਉਹਨੂੰ ਗੱਲ ਕਰਨ ਦੀ ਤਾਂ ਤਮੀਜ਼ ਨਹੀਂ ਦੀ ਗੱਲ ਐਡੇ ਵੱਡੇ ਅਫਸਰ ਨਾਲ ਕਰਨੀ ਮਾਰਾ ਇਹ ਗੱਲਾਂ ਨਾ ਯਾਰ ਉਹ ਚੀਜ਼ਾਂ ਸਤਕਾਰਯੋਗ ਆ ਜਿਹੜੇ ਨੇ ਆਪਦੀ ਜ਼ਿੰਦਗੀ ਗਾਲੀ ਆ ਕੋਈ 20 ਸਾਲ 25 ਸਾਲ ਪੜ੍ਹੇ ਆ ਉਹ ਕੋਈ ਉਹਨਾਂ ਦਾ ਵੀ ਦਿਮਾਗ ਆ ਯਾਰ ਉਹਨਾਂ ਦਾ ਦਿਮਾਗ ਤਾਂ ਚੱਲ ਰਹੀ ਨਹੀਂ ਦਿੰਦੇ ਮੰਤ ਦਾ ਪਹਿਲਾਂ ਤਾਂ ਐਮ.ਐਲ.ਏ ਨਹੀਂ ਲੋਟ ਆਉਂਦੇ ਫਿਰ ਮੰਤਰੀ ਨਹੀਂ ਲੋਟ ਆਉਂਦੇ ਉਹ ਪਿੰਡ ਦਾ ਯਾਰ ਮੈਂਬਰ ਨਹੀਂ ਲੋਟ ਆਉਂਦਾ ਉਹ ਜਾ ਕੇ ਐਸ.ਐਚ.ਓ ਨੂੰ ਮੈਂ ਸੁਝਾ ਦੇਈ ਜਾਊਗਾ ਸਾਫ਼ ਜੀ ਜੇ ਐ ਕਰ ਦੇਣਾ ਬਾੜੀ ਸੋਣੀ ਗੱਲ ਆ ਲੈ ਚਾਰ ਪੜਿਆ ਹੁੰਦਾ ਉਦਲੇ ਪਾਸੇ ਮੂੰਹ ਚ ਲੱਕੜ ਜਰਦਾ ਲਾਇਆ ਹੁੰਦਾ ਸਜਾ ਐਸਚੂ ਨੂੰ ਦੇਨੇ ਯਾਰ ਗਲਤ ਆ ਗੱਲਾਂ ਕਿ ਨਹੀਂ ਸਜਾ ਐਸੇ ਹਾਂ ਇੱਕ ਗਾਏ ਕਮੀਨ ਬਨਣਾ ਚਾਹੀਦਾ ਭਾਈ ਇਹ ਫਿਰ ਜਿਹੜਾ ਜਦੋਂ ਪਰ ਯਾ ਪੰਜਾਬ ਕੀ ਆਲ ਇੰਡੀਆ ਚ ਕਾਨੂੰਨ ਆ ਬਈ ਇੰਨੀ ਪੜ੍ਹਾਈ ਵਾਲਾ ਆ ਅਫਸਰ ਦਾ ਰੰਗ ਹੋ ਜੀ ਹਾਂ ਆ ਇਹ ਸਿੱਖਦਾ ਰਹੇ ਆ ਤੁਹਾਡੇ ਗ੍ਰੈਜੂਏਟ ਪੀਪੀਐਸ ਦਾ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ ਹਾਂ ਜੇ ਕਿਸੇ ਨੇ ਜੱਜ ਵਕੀਲ ਕੋਈ ਵੀ ਬੰਨਾ ਚ ਵਕੀਲ ਵਕਾਲਤ ਕਰੂਗਾ ਇਹ ਇਹਦੇ ਤੇ ਵੀ ਇੱਕ ਬੰਨਾ ਚਾਹੀਦਾ ਜਿਹਨੇ ਮੈਂਬਰ ਉੱਠਣਾ ਉਹ ਪਲੱਸ 2 ਪਾਸ ਚਾਹੀਦਾ ਜਿਹੜਾ ਸਰਪੰਚ ਚਾ ਉਹ ਬੀਏ ਪਾਸ ਚਾਹੀਦਾ ਜਿਹੜਾ ਕੋਈ ਐਮਐਲਏ ਜਾਂ ਮੰਤਰੀ ਉਹਦੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਆ ਹੁਣ ਕਈ ਆਏ ਜੀ ਵਿੱਚ ਆਪਣੇ ਆਲ ਭਾਰਤ ਚ ਹੀ ਫਿਰਦੇ ਕਈ ਮੰਤਰੀ ਐ ਜੀ ਅਗੂਠਾ ਛਾਪ ਉਹਨਾਂ ਨੂੰ ਸਾਈਨ ਵੀ ਕਰਨੇ ਮੇਰੇ ਤੇ ਰੇਰ ਕਿਨੇ ਜ਼ਕਾਏ ਆ ਆ ਮੰਤਰੀ ਸਾਹਿਬ ਟੇਡੇ ਜੇ ਅੱਖਰ ਪਾਉਣੇ ਸਿੱਖ ਲੋ ਉਹ ਫਿਰ ਕੀ ਕਰਦੇ ਆ ਕੁੰਡਲੀ ਜੀ ਵਲਕੇ ਥੱਲੇ ਲੀਕ ਖਿੱਚ ਦਿੰਦੇ ਉਹਨਾਂ ਨੂੰ ਗੁੜਾ ਸਿੰਘ ਕੌਰ ਲਿਖਣਾ ਆਉਂਦਾ ਇਹ ਗੱਲਾਂ ਸੱਚ ਗਾਣਾ ਬਾਈ ਇਹ ਲੋਕਾਂ ਦੇ ਫੱਟ ਲੱਗਦੇ ਨੇ ਤਾਂ ਹੀ ਇਹ ਇਹਦੇ ਕਰਕੇ ਕਿਤੇ ਨਾ ਕਿਤੇ ਦੇਸ਼ ਪਿੱਛੇ ਜਾ ਰਿਆ ਨਾ ਦੇਸ਼ ਪਿੱਛੇ ਆ ਬਾਈ ਇੱਕ ਆਪਣਾ ਜਿਹੜਾ ਪੰਜਾਬ ਆ ਨਾ ਹਾਂ ਪੰਜਾਬ ਚ ਬੇਰੋਜ਼ਗਾਰੀ ਨਹੀਂ ਹਾਂ ਵੇਲੜ ਪੁਣਾ अच्छा बेरोजगारी यानी बेरोजगारी ਘੱਟਵੇ ਲੈਣੜ ਪੋਣਾ ਓਕੇ ਮੈਂ ਕੋਲਾ ਆਈਫੋਨ ਪਾਲਦਾ ਚੰਗਾ ਹੋਵੇ ਤਿੰਨ ਕੈਮਰਿਆਂ ਵਾਲਾ ਹੂੰ ਕੋਲਾ ਦਾ ਮੇਰੇ ਥੱਲੇ ਬੁਲਟ ਹੋਵੇ ਕੋਲਾ ਦਾ ਚੰਗਾ ਫਾਰਮ ਹਾਊਸ ਹੋਵੇ ਇੱਕ ਘਰੇ ਕੋਠੀ ਹੋਵੇ ਕੰਮ ਕਰਨਾ ਨਾ ਹੋਵੇ ਤੂੰ ਹੁਣ ਆਏ ਵੇਖ ਲੈ ਵੀ ਪੰਜਾਬ ਚ ਜਿਹੜੇ ਆਹ ਨਾ ਤੂੰ ਤਕਰੀਬਨ ਮੈਂ ਨੋਟ ਕੀਤਾ ਤੂੰ ਕਿਸੇ ਸ਼ਹਿਰ ਤੋਂ ਆ ਜੀ ਜਿਹੜੇ ਗੋਲ ਗੱਪਿਆਂ ਦੀਆਂ ਰੇੜੀਆਂ ਲਾਈ ਬੈਠੇ ਆ ਬਾਈ ਇਹ ਕੋਈ ਜੁਪੀ ਚੋਂ ਆਇਆ ਕੋਈ ਮਹਾਰਾਸ਼ਟਰ ਚੋਂ ਆਇਆ ਕੋਈ ਹੋਰ ਕਿਸੇ ਸਟੇਟ ਚੋਂ ਆਇਆ ਬਿਹਾਰ ਚੋਂ ਕਰਾਸ਼ਤਾਂ ਚੋਂ ਰਿਆਣਾ ਚੋਂ ਕਿਤੋਂ ਰੱਕਲਾ ਅੱਛਾ ਉਹ ਬੰਦਾ ਆਪਦੇ ਹੱਥੀਂ ਮਿਹਨਤ ਕਰਕੇ ਸਾਰਾ ਪਰਿਵਾਰ ਸ਼ਾਂਤਿਕ ਨੂੰ ਉਹ ਹਜ਼ਾਰ ਰੁਪਿਆ ਦਿਹਾੜੀ ਪਾਲ ਲੈਂਦਾ ਘੱਟੋ ਘੱਟ ਘੱਟੋ ਘੱਟ ਉਹ ਵਧੀਆ ਆਪਦੇ ਬੱਚੇ ਪਾਲਦਾ ਨਾ ਉਹਨਾਂ ਦੇ ਬੱਚੇ ਵਧੀਆ ਕਾਉਂਨਮੈਂਟ ਸਕੂਲਾਂ ਚ ਪੜ੍ਹਦੇ ਆ ਹਾਂ ਤੇ ਆਪਣੇ ਇੱਥੇ ਸਰਦਾਰ ਸਾਹਿਬ ਬਸ ਤੜਕੇ ਲਾਗਾ ਇੱਕ ਕਾਪੀ ਆ ਗਈ ਹਰੇ ਕੈਣਕ ਕਾਪੀ ਵਾਲੀਆਂ ਲੈ ਲੈਂਦਾ ਸਾਢੇ 350 ਦੀਆਂ ਲਾ ਕੇ ਬਠਿੰਡੇ ਪਾਸਾ ਸਾਡੇ ਜਗੇੜੇ ਕੱਢਦੇ ਫਿਰਦੇ ਦੱਸੋ ਵੀ ਉੱਥੇ ਕੀ ਹੈ ਜਾ ਜੀਤ ਰੋਡ ਤੇ ਉੱਡ ਜਾਂਦੇ ਆ ਕਿ ਉੱਥੇ ਆਈਲੈਂਡਸ ਕਿ ਹੁੰਦਾ ਤੇ ਅਗੇ ਉੱਥੇ ਕੋਈ ਦੇ ਪਾਸ ਗੱਲ ਬਣ ਗਈ ਤੇ ਕੋਈ ਕੁੜੀ ਬਾਹਰ ਵਾਲੀ ਨਾਲੀ ਲੂ ਲੂ ਹੋ ਗਈ ਤਾਂ ਬਾਹਰ ਭੱਜਾਂਗੇ ਆ ਐਣੀ ਨਾ ਗੱਲ ਬੰਦੀ ਆਈਲੈਂਡਸ ਤਾਂ ਕਰਨੀ ਪਊਗੀ ਹਾਂ ਮੁੜ ਕੇ ਬਦਨਾਮ ਬਗਾਨੀ ਤੀ ਹੂੰ ਇਹ ਗੱਲ ਤਾਂ ਗੱਲਾਂ ਬਾਈ ਬਾਤ ਪਿਆ ਹਾਂ ਤਾਂ ਇਹ ਸਾਰਾ ਕੁਝ ਪਿਆਪ ਚ ਬੇਰੁਜ਼ਗਾਰੀ ਹੈ ਨੀ ਬਿਲਕੁਲ ਵੇਲੜਪੁਣਾ ਕੰਮ ਕਰ ਕੇ ਮੁੰਡੇ ਮਾੜੇ ਖੁਸ਼ ਵੀ ਨਹੀਂ ਆ ਨਾ ਇਹਨੇ ਬਾਈ ਕੰਮ ਕਰਨਾ ਇੱਥੇ ਇੱਥੇ ਨਹੀਂ ਖੁਸ਼ ਹਾਂ ਬਾਹਰ ਜਾ ਕੇ ਮੁੜ ਕੇ ਉਧਰ ਸਟੇਟਸ ਪਾਉਂਦੇ ਆ ਮੈਂ ਤਾਂ ਵਰਕ ਤੇ ਆ ਫਿਰ ਕੰਮ ਤੇ ਨਹੀਂ ਆਦੇ ਮੈਂ ਵਰਕ ਤੇ ਆ ਇਧਰ ਵਰਕ ਨਹੀਂ ਕਰ ਇਧਰ ਨਹੀਂ ਵਰਕ ਕਰਦੇ ਇੱਥੇ ਦਾ ਜੇ ਮੇਰੇ ਵਰਗਾ ਗੋਏ ਦਾ ਬੱਠਲ ਚੱਤੀ ਫਿਰਦਾ ਹੋਵੇ ਆਖਣ ਵੀ ਲੈ ਬਾਦਸ਼ਾਹ ਲੱਗ ਗਿਆ ਤੀਵੀ ਥੱਲੇ ਤੇ ਬਾਹਰ ਜਾ ਕੇ ਮੈਂ ਜੋ ਟਾਇਲਟਾਂ ਸਾਫ ਕਰਦੇ ਆ ਇਹ ਕਹਾਣੀ ਗੱਲ ਬਹੁਤ ਚੱਲਦੇ ਬਈ ਤੀਵੀ ਥੱਲੇ ਵਾਲੀ ਹਾਂ ਮੇਰੀ ਗੱਲ ਸੁਣ ਲੈ ਬਾਈ ਯਾਰ ਮੇਰੇ ਹੁਣ ਘਰੋਂ ਆ ਉਹ ਆਪ ਦਾ ਜੌਬ ਤੇ ਲੱਗੀ ਉਹਦੀ ਚੰਗੀ ਗ੍ਰੈਜੂਏਸ਼ਨ ਆ ਮੈਂ ਉਹਨੂੰ ਕਦੇ ਨਹੀਂ ਰੋਕਿਆ ਵੀ ਆਪ ਦਾ ਤੁਕਾਰ ਆਪਦੀ ਪੜ੍ਹਾਈ ਕਰੋ ਦੋਨੇ ਮਾਂ ਪੁੱਤ ਜਾਂਦੇ ਆ ਸਵੇਰ ਉਹ ਪੜਾਉਂਦੀ ਹੈ ਉੱਥੇ ਬੱਚਾ ਮੇਰਾ ਉੱਥੇ ਪੜ੍ਹਦਾ 12 13 ਸਾਲ ਦਾ ਠੀਕ ਆ ਤੇ ਮੇਰਾ ਭਾਈ ਸ਼ੌਂਕ ਆ ਕੋੜੀਆਂ ਦਾ ਜਾਂ ਮੇਰਾ ਮੱਜਾਂ ਦਾ ਸ਼ੌਂਕ ਆ ਤੇ ਸਾਡੇ ਕੋਏ ਕੂੜਾ ਨਹੀਂ ਜਿਹੜੀ ਸੱਡਦੀ ਉਹ ਸਾਡੀ ਪਰਜਾਈ ਆ ਉਹ ਵਿਚਾਰੀ ਬਿਮਾਰ ਹੋ ਗਈ ਲੈ ਮੈਂ ਤੈਨੂੰ ਆਪਦੀ ਗੱਲ ਦੱਸਦਾ ਅੱਛਾ ਉਹ ਬਿਮਾਰ ਹੋ ਗਈ ਮੈਂ ਉਹਦੇ ਕੋਲੇ ਗਿਆ ਮੈਂ ਕਿਹਾ ਵੀ ਭਾਬੀ ਤੂੰ ਕੱਲ ਨਹੀਂ ਆਈ ਸੱਟਣਾ ਕੂੜਾ ਆਪਣਾ ਉਹਦੀ ਵੀ ਮਾੜਾ ਟੱਲੀਆਂ ਇੱਕ ਦੋ ਦਿਨ ਜਾਂ ਤਾਂ ਤੁਸੀਂ ਮਗਰ ਢੇਰੀਆਂ ਲਾ ਦਿਓ ਜਾਂ ਕੋਈ ਆਪ ਦਾ ਹੱਲ ਕਰ ਲਓ। ਹਾਂ। ਭਾਈ ਅਸੀਂ ਦੋ ਦਿਨ ਦੋ ਤਿੰਨ ਦਿਨ ਦੋਹਾਂ ਪਰਵਾਂ ਨੇ ਸੱਟਿਆ। ਗੂਆ ਗੂੜਾ ਕਿੱਡੀ ਕੀ ਗੱਲ ਆ ਯਾਰ ਆਪਦਾ ਕੰਮ। ਸਹੀ ਗੱਲ ਆ। ਕੰਮ ਦਾ ਤਾਂ ਕੋਈ ਚਰਮ ਨਹੀਂ ਆਣੀ। ਨਹੀਂ ਉਹ ਪਸ਼ੂਆਂ ਥੱਲੇ ਕੀੜੇ ਪੈ ਜਾਣਗੇ। ਇਨਫੈਕਸ਼ਨ ਹੋ ਜਾਊਗੀ। ਪਸ਼ੂ ਬਿਮਾਰ ਹੋ ਜਾਣਗੇ। ਅਸੀਂ ਤਿੰਨ ਦਿਨ ਸੱਟੇ ਸਾਡੇ ਪਿੰਡਾਂ ਦਾ ਹੀ। ਬੱਸ ਓਏ ਪਰਝਾਈ ਨੂੰ ਚੁਕਾ ਕੇ ਪੱਠੜ ਪਰਝਾਈ ਦਾ ਮੈਂ ਤੇਰੀ ਘਰੇ ਹੀ ਨਹੀਂ। ਉਹ ਮੈਂ 18-20000 ਰੁਪਏ ਤਨਖਾਹ ਲੈਂਦੀ ਉਹ ਆਪਦੇ ਕੰਮ ਤੇ ਗਈ ਆ ਮੈਂ ਖੇ। ਉਹ ਜੋ ਹੋਏ ਅੜਵਾਨੀ ਦਾ ਸ਼ੋਰਾਂ ਉਹ ਹੀ ਲਾਪੇ ਦਾ ਮੁੰਡਾ ਮੈਂ ਆਇਆ ਮੈਂ ਕਿਹਾ ਮੈਂ ਵੀ ਘੂਆ ਘੂੜੇ ਜਿੰਦ ਤੇ ਛਟੂਗਾ ਹੋਰ ਕੀ ਕਰੂੰਗਾ ਹੈ ਲੋਕ ਯਾਰ ਹਾਏ ਬੜੇ ਇੱਥੇ ਕੰਮ ਕਰਨਾ ਨਹੀਂ ਬਾਹਰ ਜਾ ਕੇ ਉਧਰ ਆ ਦੇਣਗੇ ਵਰਕ ਤੇ ਆ ਨਹੀਂ ਕੰਮ ਪਛਾ ਭਾਈ ਫੇਰ ਪੰਜਾਬ ਚ ਲਈ ਲੱਗ ਪੋਣਾ ਬਾਲਾ ਓਕੇ ਭਾਈ ਉਹ ਸੁਣ ਲਾ ਹੁਣ ਇੱਕ ਬੰਦਾ ਉਹਦੇ ਕੋਲੇ ਦੋ ਤੋਂ ਤਿੰਨ ਕਿੱਲੇ ਪੈਲੀ ਆ ਉਹ ਬੰਦੇ ਦਾ ਦੋ ਤਿੰਨ ਕਿੱਲਾਂ ਤੇ ਇੱਥੇ ਵਿਚਾਰੇ ਦਾ ਪਰਿਵਾਰ ਨਹੀਂ ਪਾਲਦਾ ਉਹਨੇ ਚਲੋ ਔਖਾ ਸੌਖਾ ਹੋ ਗਿਆ ਉਹਦਾ ਪਰਿਵਾਰ ਪਾਲ ਲਿਆ ਹੁਣੇ ਆਪਦੇ ਬੱਚੇ ਨੂੰ ਪਲੱਸ 2 ਜਾਂ ਬੀਏ ਕਰਾਈ ਨਾਲ ਆਈਲੈਂਡਸ ਕਰਾਤੀ ਉਹਦਾ ਮੁੰਡਾ ਜਾਂ ਕੁੜੀ ਕੋਈ ਵੀ ਉਹ ਕਲੀਅਰ ਕਰ ਗਿਆ ਹੂੰ ਉਹਦੀ ਤਾਂ ਵਿਚਾਰੇ ਦੀ ਮਜਬੂਰੀ ਆ ਅਗਰ ਤਿੰਨ ਕਿਲਿਆਂ ਦਾ ਟਾਈਮ ਪਾਸ ਹੋਣਾ 2.5 ਦਿਨ ਕਿੱਲਾਂ ਤੇ ਕਿੰਨਾ ਕ ਟਾਈਮ ਪਾਸ ਹੋ ਜਾਊ ਆਪਾਂ ਵੀ ਹੁਣ ਕਰਦੇ ਆਂ ਟਾਈਮ ਪਾਸ ਆਪਾਂ ਨੂੰ ਵੀ ਪਤਾ ਹੀ ਆ ਹਰੇਕ ਦਿਨ ਰਸੋਈ ਦਾ 500 ਤੋਂ 700 ਰੁਪਏ ਖਰਚ ਜਾਂਦਾ ਤਾਂ ਹੁਣੇ ਚਲੋ ਵਿੱਚੋਂ ਵਿਚਾਰੇ ਨੇ ਇੱਕ ਕਿੱਲਾ ਗਿਆ ਨੂੰ ਵੇਚਿਆ 25-28 ਲੱਖ ਰੁਪਏ ਤਿਆਰ ਕਰਿਆ ਮੁੰਡੇ ਨੂੰ ਬਾਹਰ ਘੱਲਤਾ ਚਲੋ ਰੋਟੀ ਪੈ ਗਿਆ ਉਹ ਇਧਰ ਦਾ ਪੰਜਾਬ ਦਾ ਇੰਡੀਆ ਦਾ 30000 ਰੁਪਇਆ ਬਣਾਉਂਦਾ ਚਲ ਕੋਸ 20000 ਰੁਪਇਆ ਆਪਦੇ ਮਾਂ ਪਿਓ ਨੂੰ ਘਾਲ ਦਿੰਦਾ ਕੋਸ ਉਧਰ ਆਉਦਾ ਟਾਈਮ ਟੱਪ ਆਉਂਦਾ ਉਹਦੀ ਤਾਂ ਮਜਬੂਰੀ ਆ 159 ਕਿੱਲਿਆਂ ਦਾ ਮਾਲਕਾ ਉਹਦੇ ਇੱਥੇ ਤਾਂ ਤਿੰਨ ਨੌਕਰ ਕੰਮ ਕਰਦੇ ਆ ਆਈਲੈਂਡ ਸੀ ਉਹ ਕਰਦਾ ਪਹਿਲਾਂ ਤਾਂ ਉਹ ਤਿੰਨ ਵੇਰੀਆਂ ਚ ਆਈਲੈਂਡਸ ਨਹੀਂ ਕਲੀਅਰ ਹੁੰਦੀ ਤਿੰਨ ਫੀਸਾਂ ਉਹ ਬਹਿ ਜਾਂਦੀਆਂ ਮੁਰਕਿਓ ਕੀ ਕਹਿੰਦੇ ਉਹਦੇ ਘਰ ਦੇ ਚਲਕੋਣੀ ਪੁੱਤ ਆ ਆਈਲੈਂਡਸ ਵਾਲੀ ਕੁੜੀ ਪਾ ਲੈਨੇ ਆ ਫਿਰ ਉਹ ਕੁੜੀ ਭਾਲਦੇ ਆਈਲੈਂਡਸ ਵਾਲੀ ਫਿਰ ਉਹ ਕੁੜੀ ਥਿਆ ਜਾਂਦੀ ਹੈ ਫਿਰ ਉਹਨੂੰ 40 ਲੱਖ ਰੁਪਏ ਦਿੰਦੇ ਆ ਕੁੜੀ ਵਾਲਿਆਂ ਨੂੰ ਕਿਉਂ ਕੁੜੀ ਛੋਟੇ ਘਰ ਦੀ ਭਾਲ ਨਹੀਂ ਪੈਂਦੀ ਆ ਬਾਈ ਤਕਰੀਬਨ ਜਿਹੜਾ ਇਹ ਪੜ੍ਹਾਈ ਆ ਨਾ ਇਹ ਛੋਟੇ ਪਰਿਵਾਰ ਦੇ ਬੱਚੇ ਕਰਦੇ ਆ ਵਾ ਤਾਂ ਇਹ ਤਾਂ ਥੋੜਾ ਜਿਹਾ ਜ਼ਮੀਨ ਵਾਲਾ ਕਿਲਾ ਹੈਗਾ ਸਾਡੇ ਤੋਂ ਹੁਣ ਚਾਹੇ ਜੇ ਪੰਜਾਬੀਆਂ ਦੇ ਅੱਛਾ ਉਹ ਕੁੜੀ ਭਾਲੀ ਉਹ ਤੇ 30-35 ਲੱਖ ਰੁਪਏ ਖਰਚ ਕਰਿਆ ਜੇ ਤਾਂ ਕੁੜੀ ਚੰਗੇ ਘਰ ਦੀ ਮਿਲ ਗਈ ਖਾਨਦਾਨ ਦੀ ਫਿਰ ਤੋਂ ਬਾਹਰ ਜਾ ਕੇ ਉਹ ਮੁੰਡੇ ਨੂੰ ਸੱਦ ਲੂਗੀ ਜੇ ਉਹ ਕੁੜੀ ਦੇ ਕੋਈ ਉਧਰ ਜਾ ਕੇ ਮਨ ਚ ਬੇਈਮਾਨੀ ਹੋ ਗਈ ਫਿਰ ਮਗਰੋਂ ਤੇਰੇ ਮੇਰੇ ਵਰਗੇ ਨੂੰ ਖਬਰਾਂ ਲਮਾਉਂਦੇ ਫਿਰਦੇ ਆ ਸਾਡੇ ਨਾਲ ਤਾਂ ਇਹ ਥੱਕਾ ਹੋ ਗਿਆ ਸਾਡੇ ਕੋਲੇ ਬਹੁਤ ਆਉਂਦਾ ਆਉਂਦੇ ਹਨ ਹਾਂ ਥੱਕਾ ਕਰੋ ਹੀ ਨਾ ਹਾਂ 40 ਲੱਖ ਰੁਪਏ ਦਾ ਇੱਥੇ ਦੁਕਾਨ ਕਰ ਲਾ ਕਰਿਆ ਨੇ ਦੀ ਹਾਂ ਜਿਵੇਂ ਸਾਡੇ ਪਿੰਡ ਵਾਲਾ ਜਿੰਦਰ ਸ਼ੇਠ ਬੈਠਾ ਚਾਹ ਗੋੜ ਵੇਚੀ ਜਾਂਦਾਵੇਂ ਤੂੰ ਵੇਚੀ ਜਾ ਫਿਰ ਉੱਥੇ ਹੀ ਆ ਗਿਆ ਜਿਹੜਾ ਮਹਾਜਨਾ ਕੋਈ ਵੀ ਇਸੇਠ ਬੰਦਾ ਉਹਦੇ ਆਪਣਾ ਜੀਭ ਚ ਮਿੱਠ ਦ ਦਿੱਤੀ ਰੱਬ ਨੇ ਜੱਟ ਦੇ ਗਾਲ ਦਿੱਤੀ ਆ ਉਹ ਉਹ ਜਦੋਂ ਗਏ ਨੇ ਦੋ ਗਵੇਰੀ ਆਖਿਆ ਸੇਠਾ ਯਾਰ ਥੋੜਾ ਤੋਂ ਲਈ ਜਨਾ ਉਹ ਆਖੂ ਤਾਂ ਸੇਠ ਹੀ ਜਦੋਂ ਉਹ ਦੁਕਾਨ ਤੇ ਬੈਠਾ ਉਹਨੂੰ ਗੋਗਾਲ ਕੱਡੂ ਪੈਣ ਦੀ ਉਹ ਵਰਤਨ ਕ ਦਿਨ ਚੱਲੂ ਚੌਥੇ ਦਿਨ ਉਹ ਵੀ ਸਟਰ ਲਾਉਣਾ ਪਊਗਾ ਇਹ ਨਹੀਂ ਗੁੱਸਾ ਕਰਦੇ ਹਾਂ ਇਹ ਗੁੱਸਾ ਗੁੱਸੇ ਨਾਲ ਬਈ ਦੁਕਾਨਦਾਰੀ ਕੋਈ ਵੀ ਨਹੀਂ ਚੱਲਦੀ ਦੁਕਾਨਦਾਰੀ ਮਿੱਠਤ ਨਾਲ ਹੈ ਇਸ ਕਰਕੇ ਨਾ ਆਪਣੇ ਪੰਜਾਬ ਚ ਬੇਰੋਜ਼ਗਾਰੀ ਨਹੀਂ ਵਿਹਲਣੜ ਪੁਣਾ ਵਾਲਾ ਇੱਕ ਲਾਈ ਲੱਗ ਪੁਣਾ ਵਾਲਾ ਹਾਂ ਹੁਣ ਤੂੰ ਵੇਖ ਲੈ ਇਹ ਕੀ ਦੀ ਤੈਨੂੰ ਗੱਲ ਸੁਣਾ ਦਿੰਦਾ ਮੱਕੀ ਆ ਮੱਕੀ ਕੋਲ ਨੇ ਬਿਜਲੀ ਨਾ ਤਾਂ ਕਿਸੇ ਨੇ ਆਏ ਵੇਖਿਆ ਵੀ ਆਪਣਾ ਮਾਣ ਮੱਕੀ ਵਾਲਾ ਹੈਗਾ ਹਾਂ ਵੀ ਇੱਥੇ ਮੱਕੀ ਹੋ ਜੂਗੀ ਉਹ ਵੀ ਨਹੀਂ ਵੇਖਿਆ ਨਾ ਇਹ ਵੇਖਿਆ ਵੀ ਆਪਣੇ ਘਰੇ ਜਿਹੜਾ ਖਾਣਾ ਖਾਣਾ ਮੱਕੀ ਇੱਕ ਖਾਣਾ ਪਸ਼ੂਆਂ ਦਾ ਵੀ ਇਹ ਆਪਣੇ ਘਰੇ ਉਹ ਖਾਣ ਦੇ ਯੋਗ ਪਸ਼ੂ ਹੈਗੇ ਹਾਂ ਇਹ ਬਣਾਇਆ ਤਾਂ ਸੀਗਾ ਡੇਰੀ ਵਾਲੇ ਆਸਤੇ ਪ੍ਰੋਗਰਾਮ ਜਾਂ ਜਿਨ੍ਹਾਂ ਕੋਲੇ ਮੰਗਾ ਬਾਲੀਆਂ ਦਾ 10 ਤੋਂ 20 ਮੰਗਾ ਪਾ ਤੈਂ ਮੈਨੇ ਵੀ ਲਈ ਸਾਡੇ ਦਾਬ ਦੋ ਤਿੰਨ ਕਿੱਲੇ ਦਾ ਚਾਰ ਪਾਈ ਬੈਠੇ ਆਦੇ ਸਿਆਲ ਚ ਨੀਰਾਣਾ ਵਧਣਾ ਪਊਗਾ ਵਧ ਕਰ ਜਾਈ ਜਿ ਪੈ ਰਿਆ ਕਰਾਂਗੇ ਹੌਂਕੇ ਲਵਾਦੇ ਪਤੰਦਰਾਂ ਨੇ ਮੀਂਹ ਚ ਵੱਡੀ ਸੌਣ ਦੇ ਮਹੀਨੇ ਉੱਥੇ ਟਰੈਕਟਰ ਕਰੀ ਜਾਂਦੇ ਡਰ ਮੁੜ ਕੇ ਟਰੈਕਟਰਾਂ ਦਾ ਜੋਰ ਵੇਖੀ ਜਾਂਦੇ ਆ ਵਾਹਣਾ ਚ ਟੋਏ ਪੱਟੇ ਜਾਂਦੇ ਆ ਉਹ ਵਾਣ ਵੀ ਖਰਾਬ ਹੋ ਜਾਂਦਾ ਮੁੜ ਕੇ ਉਹਦੇ ਚ ਕਣਕ ਨਹੀਂ ਹੁੰਦੀ ਫਿਰ ਉਹ ਫਲੌਵਾਂ ਨਾਲ ਪਲਟਣਾ ਪੈਂਦਾ ਉਹ ਟਾਈਮ ਆਣੇ ਮੱਕੀ ਹੁਣ ਤਾਂ ਐਤ ਕੀ ਤਾਂ ਬੁਢੀਆਂ ਵੀ ਆਦੀਆਂ ਸੀਆਂ ਹੋਰ ਭੈਣੇ ਤਕੜੀਆਂ ਮੱਕੀ ਮੁੱਕੀ ਵੱਢ ਲਈ ਅਕੀਦਾ ਮੱਕੀ ਦਾ ਇਹ ਨਾ ਟ੍ਰੈਂਡ ਚੱਲ ਰਿਹਾ ਦੀਦਾ ਨਾ ਹਾਂ ਹਾਂ ਮੱਕੀ ਦੇ ਬੁੱਧਾ ਮੱਕੀ ਦੇ ਮੁੱਦਾ ਰਿਹਾ ਉਹ ਬਾਈ ਲਾ ਕੋਲ ਨੇ ਲਈ ਮੱਕੀ ਪਰ ਹੋਈ ਕਾਮਯਾਬ ਕਿਸੇ ਕਿਸੇ ਤੋਂ ਜਿਹੜੇ ਬੰਦੇ ਨੂੰ ਵਾਲਾ ਹੂੰ ਮੱਕੀ ਚੀਜ਼ ਰੋਈ ਗੱਲਾਂ ਵੀ ਲਾਈ ਲੱਗ ਪੁਣਾ ਵੀ ਇੱਕ ਨੇ ਲਿਆ ਦੋ ਨੀ ਯਾਰ ਮੈਂ ਤਾਂ ਉਹ ਗੱਲ ਦੱਸਤੀ ਵੀ ਜੇ ਕੋਈ ਬੰਦਾ ਘਰੋਂ ਤੰਗ ਆ ਕੇ ਡੇਕ ਨੂੰ ਰੱਸਾ ਪਾਈ ਬੈਠਾ ਨਾ ਮਾਹ ਲੈ ਕੇ ਮਰਨਾ ਹਾਂ ਜੇ ਦੋ ਬੰਦਿਆਂ ਨੇ ਵੇਖ ਲਿਆ ਉਦੋਂ ਰੱਸਾ ਲੈਣ ਦੁਕਾਨ ਤੇ ਭੱਜ ਪੈਣਗੇ ਵੀ ਯਾਰ ਇਹਨੂੰ ਕੋਈ ਨਵਾ ਹੋਊਗਾ ਆਪਾਂ ਵੀ ਭਾਗੇ ਨਾਲ ਹੀ ਬਾਹ ਹੂੰ ਇਉਂ ਨਹੀਂ ਵੇਖਣਾ ਵੀ ਇਹ ਤਾਂ ਤੰਗ ਹੋਇਆ ਮਰਦਾ ਆਪਾਂ ਕਾਹ ਤੋਂ ਮ ਆਪਣੇ ਇੱਕ ਦੂਜੇ ਦੇ ਮਗਰਵਾਲਾ ਲੱਗਦੇ ਆ ਜਿਹੜਾ ਜਿਹੜਾ ਕੰਮ ਇੱਕ ਨੇ ਚਲਾ ਲਿਆ ਉਹ ਚਲਾ ਲਿਆ ਹੁਣ ਜਿਹੜਾ ਮੁੱਛਲ ਝੋਨਾ ਮੁੱਛਲ ਝੋਨਾ ਤਗੜਾ ਜਿੱਥੇ ਪਾਣੀ ਵਹੀ ਕੱਸੀ ਦਾ ਤਗੜੇ ਵਾਣਾ ਉੱਥੇ ਤਾਂ 65 ਤੋਂ 70 ਮਾਣ ਹੁੰਦਾ ਲੋਕਾਂ ਨੇ ਇਹਦੀ ਜਾ ਕੇ ਟਿੱਬਿਆਂ ਤੇ ਵੀ ਲਾ ਲਿਆ ਉਹਨਾਂ ਨੂੰ ਉਹਦਿਆਂ ਨੂੰ ਫੰਗਸ ਬਣੀ ਪਈ ਉਹ ਵਿੱਚ ਬੰਦੇ ਜੇ ਬਣੇ ਖੜੇ ਮੁੜ ਕੇ 12 13 ਈ ਸਿੱਟੀ ਗਏ ਉਹਦੇ 'ਚ ਹੁਣ ਜਦੋਂ 25 25 ਮਾਣ ਹੋਏ ਕਿੱਲੇ ਦੇ ਮੁੜ ਕੇ ਕਹਿਣਗੇ ਮੱਕਾ ਮੁੱਛਲ ਦੀ ਤਾਂ ਫਸਲ ਕੋਸ ਨਹੀਂ ਮੁੱਛਲ ਦੀ ਫਸਲ ਆਪੇ ਹੀ ਕੋਆ ਨਹੀਂ ਜਦੋਂ ਦਰਵਾਣ ਹੀ ਨਹੀਂ ਮੁੱਛਲ ਵਾਲਾ ਏ ਵੀ ਵੀਨ ਉਹ ਲੋਕੀ ਕਹਿੰਦਾ ਜਵੇਂ ਰੇਸ ਸਪਰੇ ਵੀ ਪਾਉਣੀ ਆ ਉਹ ਹੀ ਦੂਜੇ ਤੋਂ ਪੁੱਛਦਾ ਰੋਏ ਸਪਰੇ ਦੀ ਤੂੰ ਸੁਣ ਲਾ ਬਈ ਸਭ ਤੋਂ ਪਹਿਲਾਂ ਵੱਡਾ ਡਾਕਟਰ ਤੂੰ ਆ ਜਿਹੜਾ ਤੂੰ ਖੇਤ ਚ ਤੋ ਪਰ ਤੁਰਿਆ ਫਿਰਦਾ ਹੂੰ ਤੈਨੂੰ ਦੱਸੋ ਤੇਰੀ ਫਸਲ ਤੇਰੇ ਪਤਲੇ ਵੇਟਾ ਕੇ ਕੋਹ ਵਾਲੀ ਆ ਸਹੀ ਹੈ ਕੰਪਨੀ ਵਾਲਿਆਂ ਨੇ ਕੀ ਕਰਿਆ ਬਈ ਜਿਹੜੇ ਮੁੰਡੇ ਆ ਆ ਪੜ੍ਹੇ ਆ ਜਿਨ੍ਹਾਂ ਦੇ ਡਿਪਲੋਮੇ ਕਰੇ ਆ ਉਹ ਜਦੋਂ ਉਹਨਾਂ ਨੂੰ ਕੋਈ ਸਰਕਾਰੀ ਤਾਂ ਨੌਕਰੀ ਕਿਸੇ ਯੂਨੀਵਰਸਿਟੀ ਚ ਮਿਲਦੀ ਨਹੀਂ ਹਾਂ ਉਹ ਕੰਪਨੀ ਵਾਲੇ ਰੱਖ ਲੈਂਦੇ ਆ 15 ਤੋਂ 20000 ਰੁਪਏ ਸੈਲਰੀ ਮਹੀਨੇ ਦੀ ਉਹਦੇ ਉਹਦੇ ਪੁੱਤ ਜਦੋਂ ਖੇਤਾਂ ਚ ਆਉਂਦੇ ਆ ਉਹ ਵੇਖ ਕੇ ਆ ਦਿੰਦੇ ਆ ਲੈ ਜੀ ਇਹਨੂੰ ਤਾਂ ਫਲਾਨੀ ਸਪਰੇਅ ਕੰਮ ਕਰੋਗੀ ਲੈ ਵੀ ਇਹਨੂੰ ਤਾਂ ਤੂੰ ਨਾ ਆਹ ਬਹਿਰ ਦੀ ਫਲਾਨੀ ਕਰਨੀ ਹੈ ਜੇ ਤਾਂ ਬਹਿਰ ਵਾਲਾ ਆ ਗਿਆ ਉਹਨੇ ਤਾਂ ਆਖਣਾ ਮੇਰੀ ਬਹਿਰ ਦੀ ਫਲਾਨੀ ਕਰੋ ਹਮ ਜੇ ਸਜੈਂਟਾ ਵਾਲਾ ਆ ਗਿਆ ਉਹਨੇ ਸਜੈਂਟਾ ਦੀ ਆਖਣਾ ਜੇ ਆਹ ਤੇ ਮਿਟਸੂਮੀ ਵਾਲਾ ਆ ਗਿਆ ਉਹਨੇ ਮਿਟਸੂਮੀ ਦੀ ਆਖਣਾ ਉਹ ਆਏ ਨਹੀਂ ਵੇਖਣਾ ਤੂੰ ਨਹੀਂ ਵੇਖਣਾ ਵੀ ਆਪਣਾ ਹੱਲ ਕਿਹੜੀ ਸਪਰੇਅ ਨਾਲ ਹੋ ਜਾਊਗਾ ਆਪਾਂ ਉਹਦਾਂ ਸੁਣੀ ਜਾਂਦੇ ਚੰਗਾ ਜੀ ਡਾਕਟਰ ਸਾਹਿਬ ਲਿਖ ਜੋ ਲੈ ਸਭ ਤੋਂ ਵੱਡਾ ਡਾਕਟਰ ਕੌਣ ਤੂੰ ਆ ਸਭ ਤੋਂ ਵੱਡਾ ਡਾਕਟਰ ਜਿਹੜਾ ਖੇਤ ਚ ਜਤੋਂ ਪੈਰ ਤੁਰੇ ਫਿਰਦਾ ਉਹ ਤੈਨੂੰ ਕੀ ਲੈ ਕੇ ਦੇਜੂਗਾ ਕਈ ਬੰਦੇ ਐਮ ਜਿਹੜੇ ਚਲਾ ਆੜਤੀਆਂ ਦੂਜਾ ਕਿਸੇ ਹੋਰ ਵੀ ਛੇੜ ਤੋਂ ਸੇਠਾ ਸਪਰੇਅ ਦੱਸ ਯਾਰ ਕਿਹੜੀ ਕਰਗੇ ਝੋਨੇ ਨੂੰ ਫਲਾਨੀ ਬਿਮਾਰੀ ਬਣ ਗਈ ਲੈ ਛੇੜ ਦੱਸੂਗਾ ਕਿ ਤੂੰ ਦੱਸੇਗਾ ਛੇੜ ਤੋਂ ਜਾ ਕੇ ਲੈ ਲੈਂਦੇ ਆ ਸੇਠਾ ਕੋ ਜਿਹੜੇ ਦੀ ਐਕਸਪਾਇਰ ਡੇਟ ਨੇੜੇ ਆਉਣ ਵਾਲੀ ਹੁੰਦੀ ਉਹ ਲੈ ਜਾ ਬਹੁਤ ਚੰਗੀ ਸਪਰੇਅ ਹੈ ਹੈਂ ਇੱਥੇ ਆ ਕੇ ਲੋਕ ਯਾਰ ਘਾਟਾਂ ਖਾਂਦੇ ਆ। ਇੱਥੇ ਘਾਟਾਂ ਖਾਂਦੇ ਆ। ਲ ਮੈਂ ਤੁਹਾਨੂੰ ਆਪ ਦੀ ਹਕੀਕਤ ਦੱਸਦਾ ਸਾਡੇ ਕੋਲ ਇੱਕ ਬੰਦਾ ਸੀਗਾ ਹਣ ਇਨਸੈਕਟੀਸਾਈਡ ਤੇ ਲੱਗਿਆ ਸੀਗਾ। ਹਾਂ ਮੈਨੂੰ ਆ ਤਾਂ ਵੀ ਇਨਸੈਕਟੀਸਾਈਡ ਦੀ ਯੂਕੀ ਸਪਰੇਅ ਆਉਂਦੀ ਆ ਤੁਮਾਂ ਦਾ ਇਹ ਕਰਦੇ ਬਾਸਪਤੀ ਤੇ। ਮੈਂ ਉਹ ਬਈ ਕਰਤੀ। ਹੂੰ 15 ਦਿਨਾਂ ਬਾਅਦ ਉਹਨੇ ਕੰਪਨੀ ਚੇਂਜ ਕਰ ਲਈ। ਮੇਰੇ ਕੋਲੇ ਫੇਰ ਆ ਗਿਆ। ਮੈਂ ਕਹਾਂ ਵੀ ਇਹਦੇ ਤੇ ਇੱਕ ਤਾਂ ਯੂਕੀ ਦੀ ਕਰਤੀ ਉਹਦੇ ਤੁਮਾਂ ਦਾ ਸੀਗੇ ਵੀ ਦੋ ਕਰਦੇ ਜੀ ਯੂਕੀ ਦੀਆਂ ਬੜੀ ਕੁਆਲਿਟੀ ਬਣੋ। ਨਹੀਂ ਮੈਨੂੰ ਕਹਿੰਦਾ ਹੁਣ ਯੂਕੀ ਥੋੜੀ ਜੀ ਥੱਲੇ ਹੋ ਗਈ। ਹੁਣ ਆਹ ਕਰਾ। ਹ ਏ ਅੱਜ ਟਾਈਮ ਅੱਜ ਦੇ ਟਾਈਮ ਬੜੀ ਫਾਸਟ ਚੱਲ ਰਹੀ ਆ ਮੈਂ ਕਿਹਾ ਆਹ ਪੀਉਂਦੇ ਪੁੱਤਾ ਮੈਂ ਕਿਹਾ ਤੂੰ ਜਿਵੇਂ ਦਲ ਬਦਲ ਲਿਆ ਪਾਰਟੀ ਬਦਲ ਲਈ ਉਵੇਂ ਮੈਂ ਕਿਹਾ ਮੈਨੂੰ ਦਰਮੀਚ ਯਾਰ ਬਦਲਦਾ ਐਜੀਆਂ ਗੱਲਾਂ ਬਾਈ ਨੂੰ ਕਰਦਾ ਦਲ ਤੱਕ ਹੋਰ ਜੀ ਆਪੜਾ ਕਹਿੰਦੇ ਕੋਣ ਤਾਂ ਉਹ ਗੱਲ ਆ ਬਾਈ ਜਿਹਦੀ ਘਾ ਕੇ ਬਾਜਰੀ ਆਖੇ ਉਹਦੀ ਪਰਗੇ ਹਾਜ਼ਰੀ ਉਹਦੀ ਪਰਗੇ ਇਹ ਗੱਲ ਤਾਂ ਯਾਰ ਗੱਲਾਂ ਮੇਰੀ ਗੱਲਾਂ ਗੱਲਾਂ ਏ ਲੋਕ ਮੈਨੂੰ ਆਖ ਦਿੰਦੇ ਆ ਕਿ ਤੂੰ ਆਖੇ ਉਹੀ ਕਈ ਹੁਣ ਮੈਨੂੰ ਪਿੰਡ ਦੇ ਆ ਜਿਹੜੇ ਮੈਨੂੰ ਵੇਖ ਨਹੀਂ ਚਾਹਦੇ ਆਖ ਦਿੰਦੇ ਮੈਂ ਭੌਂਕਾ ਭੌਂਕੀ ਜਾਂਦਾ ਇਹ ਭੌਂਕਾ ਨਹੀਂ ਭੌਂਕਦਾ ਇਹ ਸੱਚੀਆਂ ਢਟਕਾਂ ਮ ਮੈਂ ਕਿਹੜਾ ساری ਉਮਰ ਜਾਂਦਾ ਰਹੂੰਗਾ ਮੇਰਾ ਕੀ ਪਤਾ ਹੁਣ ਜਾਂਦੇ ਦਾ ਐਕਸੀਡੈਂਟ ਹੋ ਜਾ ਕੇ ਤੇ ਤੜਕੇ ਨੂੰ ਸਾਰੇ ਫੋਟੋ ਤੇ ਲਾਈਏ ਆ ਰਾਈਬ ਬ్రో ਇਹ ਲੋਕ ਗੱਲਾਂ ਦਾ ਸੁਣਾ ਕਰਨੇ ਕਿਹੜਾ ਗੱਲਾਂ ਇਹ ਵੀ ਬਹੁਤ ਚੰਗਾ ਨਾ ਆਏ ਬਈ ਇੱਕ ਦਿਨ ਹੀ ਚੱਲਦਾ ਜਿਹਨੂੰ ਇੱਥੋਂ ਲੱਗਦਾ ਨਾ ਉਹਨੂੰ ਪਤਾ ਉਹਦੀ ਆਰ ਆਈ ਉਹ ਤਾਂ ਟਾਈਮ ਹੈ ਤਾਂ ਸਾਰਾ ਪਿੰਡ ਤਾਂ ਇੱਕ ਦਿਨ ਲਾਈ ਲੈਂਦਾ ਪਰ ਉਹ ਜਿਹਦੇ ਮਨ ਤੇ ਲੱਗਦੀ ਉਹਨੂੰ ਪਤਾ ਲੇਕਿਨ 77 ਕਿਲ ਦਾ ਗਾਣਾ ਬਹੁਤ ਲਾਉਂਦੇ ਹਰ ਅੱਖ ਚ ਉਹ ਤਾਂ ਹਰੇਕ ਤੇ ਲਾਈ ਦੇਣਾ ਭਵੇਂ ਕੁੱਤਾ ਮਰ ਜਾਏ ਉਹਦੇ ਤੇ ਵੀ ਲਾਉਂਦੇ ਗੇਰਾ ਦਾ ਦੂਜੇ ਦਾ ਨੱਪ ਕੇ ਆਏ ਨਹੀਂ ਵੇਖਣਾ ਵੀ ਦੂਜਿਆਂ ਨੇ ਕਿਤੀੜਾ ਨੇ ਕੱਟ ਤਾਂ ਨਹੀਂ ਲਿਆ ਕਿ 84 ਲਿਆ ਇਹ ਜਿਹੇ ਲੋਕ ਆ ਭਰਾਵਾ ਬਾਲਾ ਟ੍ਰੈਂਡਿੰਗ ਬਦਲ ਗਿਆ ਯਾਰ ਦੁਨੀਆਂ ਮੈਨੂੰ ਕਈ ਵਾਰੀ ਦੁਨੀਆਂ ਵੇਖਿਆ ਹਾਸਾ ਆਉਂਦਾ ਯਾਰ ਬੜੇ ਲੋਕ ਆ ਯਾਰ ਹਨਾ ਪ੍ਰਾਣੀਆਂ ਦਾ ਅੱਗੇ ਲੋਕ ਕਾਮਜਾਬਕਾ ਤੋਂ ਸੀਗੇ ਹਾਂ ਅੱਗੇ ਇੱਕ ਜੁੱਤੀ ਹੁੰਦੀ ਸੀਗੀ ਸਾਰਾ ਟੱਬਰੋਥੇ ਨਾਲ ਹੀ ਵਿਆਹ ਵੇਖਿਆ ਆਉਂਦਾ ਸੀਗਾ ਹਾਂ ਤੇ ਹੁਣ ਅਡੋ ਅਟ ਤਿੰਨ ਤਿੰਨ ਲੈ ਕੇ ਜਾਂਦਿਆਂ ਝੋਲਿਆਂ 'ਚ ਪਾ ਕੇ ਲਿਆ ਮੈਂ ਸ਼ਗਨ ਵਾਲੇ ਦਿਨ ਪਾਉਂਗੀ ਯਾਰ ਮੈਂ ਤੇ ਰਿੰਗ ਸਰਮਰੀ ਤੇ ਪਾਉਂਗੀ ਆ ਮੈਂ ਰਿਸੈਪਸ਼ਨ ਵਾਲੇ ਦਿਨ ਪਾਉਂਗੀ ਹਾਂ ਮੈਂ ਮੈਰਿਜ ਤੋਂ ਬਾਅਦ ਜੀ ਵੇਖੋ ਉੱਥੇ ਮੈਂ ਚੇਂਜ ਕਰ ਦਊਂਗੀ ਨਾਲ ਦੀ ਨਾਲ ਕਈ ਦਾ ਉੱਥੇ ਨਾ ਮਾਂਦੀਆਂ ਦੀਆਂ ਵਿਆਹ ਚ ਜਵਾਕ ਵੀ ਭੁੱਲ ਜਾਂਦੀਆਂ ਕਿਸੇ ਦਾ ਇੱਕ ਦੂਜੀ ਦੇ ਉਂਗਲ ਲਾਈ ਫਿਰਦੀਆਂ ਹੁੰਦੀਆਂ ਬਸ ਚੇਂਜ ਹੀ ਰਹਿ ਜਾਂਦੀਆਂ ਜਵਾਕ ਵੀ ਚੇਂਜ ਹੋ ਜਾਂਦੇ ਜਵਾਕ ਵੀ ਚੇਂਜ ਹੋ ਜਾਂਦੇ ਕੰਗਾ ਤਾਂ ਤੇ ਹੁੰਦੇ ਨਹੀਂ ਮਗਰ ਉਹ ਜਿਹੜਾ ਤਾਂ ਸਟੇਜ ਤੇ ਨਹੀਂ ਹੁੰਦਾ ਬਾਈ ਸੈਕਟਰੀ ਹੁੰਦਾ ఆర్ਕੇਸਟਰ ਦਾ ਜਾਂ ਕਿਸੇ ਵੀ ਕਲਾਕਾਰ ਦਾ ਉਹ ਕਹਿੰਦਾ ਹੈਲੋ ਆ ਜੀ ਆਪ ਦਾ ਬੱਚਾ ਸਿਆਣ ਕੇ ਲੈ ਜਾਓ ਸਟੇਜ ਦੇ ਖੱਬੇ ਪਾਸੇ ਰੋਈ ਜਾਂਦਾ ਸਿੱਧਾ ਇਹ ਹੀ ਕਰਨਾ ਸੱਚੀਗਾ ਨਾਲੇ ਇੱਕ ਇੱਕ ਹੁੰਦਾ ਸੀ ਹੈਨਾ ਪਹਿਲਾਂ ਬਾੜੇ ਹੁੰਦੇ ਹੁੰਦੇ ਕਿ ਕੀ ਹੁੰਦਾ ਇੱਕ ਕਿਉਂ ਨਹੀਂ ਸੰਭਿਆ ਜਾਂਦਾ ਹਣਾ ਹੁਣ ਤਾਂ ਬਾਈ ਇੱਕ ਹੀ ਆ ਹੁਣ ਤਾਂ ਜਿਹਦੇ ਪਹਿਲਾਂ ਮੁੰਡਾ ਹੋ ਗਿਆ ਉਹ ਨਾਲ ਦੀ ਨਾਲ ਹੀ ਇੰਤਜ਼ਾਮ ਕਰਾ ਲਿਆਉਂਦੇ ਅੱਗੇ ਕਿਤੇ ਦੂਜੀ ਵਾਰੀ ਔਰ ਨਾ ਹੋ ਜੇ ਪਹਿਲੀ ਘਟ ਜੂਗੀ ਆਪਣੇ ਤੇ ਜੇਕਰ ਤੇ ਕੁੜੀ ਹੋ ਗਈ ਤਾਂ ਫੇਰ ਕੀ ਆਖਣਾ ਮੁੰਡਾ ਹੋ ਜੇ ਬਾਅਦ ਚ ਦੋ ਹੋ ਜਾਣ ਪਰ ਬਾਈ ਕੁੜੀਆਂ ਮਾੜੀਆਂ ਨਹੀਂ ਜਿੱਥੇ ਕੁੜੀਆਂ ਜੰਮੀਆਂ ਉਹ ਘਰਾਂ ਦੇ ਬਾਗ ਹੀ ਆਡਾ ਕੁੜੀ ਆਪ ਦਾ ਨਾਲ ਕਰਮ ਲੈ ਕੇ ਜੰਮਦੀ ਹੈ ਤੇ ਕਰਮ ਲੈ ਕੇ ਬਗਾਨੇ ਘਰੇ ਜਾਂਦੀ ਹੈ ਇਹ ਤਾਂ ਮੈਂ ਗੱਲਾਂ ਬਣਾਗਾ ਵੀ ਜੇ 3 ਹੋ ਗਿਆਂ ਦਾ ਬੰਦਾ ਡਾਊਨ ਹੋ ਜਾਊਗਾ ਇਹਨਾਂ ਦੇ 5-5 4-4 ਕੁੜੀਆਂ ਉਹ ਪੈਲੀਆਂ ਬਾਈ ਲਈ ਬਾਈ ਲਈ ਜਾਂਦੇ ਵੇਖੇ ਤੇ ਮੁੰਡਿਆਂ ਵਾਲੇ ਵੇਚੀ ਜਾਂਦੇ ਵੇਖੇ ਚਿੱਟਾ ਲਾਲ ਆ ਕੇ ਵੇਚੀ ਜਾਂਦੇ ਆ ਘਰ ਦੇ ਕੰਗਾਂ ਨੇ ਜੰਗਲੇ ਵੇਚਤੇ ਜੰਗਲੇ ਵੇਚ ਇਟਾਂ ਹੀ ਵੇਚਿਆ ਕੁੜਗਾਂ ਮਾੜਗਾਂ ਨਹੀਂ ਬਾਈ ਕੁੜਗਾਂ ਜਿਹੜੀਆਂ ਏਡੇ ਏਡੇ ਰੰਕਾਂ ਤੇ ਪਾਇਲਟ ਆਈਪੀਐਸ ਅਫਸਰ ਜੱਜ ਜਿਨ੍ਹਾਂ ਨੇ ਬਾਹਰ ਜਾ ਕੇ ਕੈਨੇਡਾ ਅਮਰੀਕਾ 'ਚ ਨਾਂ ਰੋਸ਼ਨ ਕਰੇ ਆ ਉਹ ਵੀ ਕਿਸੇ ਦੀਆਂ ਧੀ ਹੀ ਆ ਅੱਜ ਵੀ ਆਇਲੈਂਡ ਸਾਊਥ ਤੋਂ ਕੁੜੀਆਂ ਕਲੀਅਰ ਕਰਦੀਆਂ ਹਾਂ ਮੁੰਡਿਆਂ ਤੋਂ ਤਾਂ ਬਈ ਹੁੰਦੀ ਨਹੀਂ ਮੁੰਡਿਆਂ ਤੇ ਤਾਂ ਧੌੜ 'ਚ ਜ਼ਮੀਨ ਵਾਲਾ ਕਿੱਲਾ ਮਿਕ ਉਹਨਿੰਦਾ ਬਾਬ ਨੂੰ ਆਦਾਂ ਕਿਲਾ ਭੜਕਾ ਕੇ ਉਹਨੂੰ ਪੈਸੇ ਦੇ ਦੇਵਾਂਗੇ ਮੁੜ ਕੇ ਛੀਕ ਮਹੀਨੇ ਨਾਲੇ ਫੋਨ ਤੇ ਮਰਾਂਗੇ ਗੱਲਾਂ ਨਾਲੇ ਬਾਹਰ ਹੱਥ ਲੂਗੀ ਬਾਹਰ ਹੱਥ ਲਾਂ ਉਹ ਜਿਹੜੀਆਂ ਦਾ ਬਈ ਚੰਗੇ ਇੱਜ਼ਤ ਖਾਨਦਾਨੀ ਘਰਾਂ ਦੀਆਂ ਹੁੰਦੀਆਂ ਉਹ ਤਾਂ ਬਈ ਸੱਦ ਵੀ ਲੈਂਦੀਆਂ ਚਲਦੀਆਂ ਵੀ ਸਹੀ ਐ ਜਿਹੜੀਆਂ ਕੋਈ ਤੁੱਕ ਹੀ ਲਾਉਂਦੀਆਂ ਫਿਰਦੀਆਂ ਜਾਂਦੀਆਂ ਬਈ ਕੇਰਾ ਬਾਹਰ ਟੱਪ ਜਾਂਦੇ ਬਾਹਰ ਜਾ ਕੇ ਤਾਂ ਚੰਗੇ ਨਾਲ ਹੀ ਵਿਆਹ ਕਰਾਉਂਗੀ ਸਹੀ ਐ ਉਹ ਮੁੜ ਕੇ ਮਗਰ ਉਹ ਇੱਥੇ ਧਰਮਪ੍ਰੀਤ ਦਾ ਗਾਣਾ ਲਾ ਕੇ ਸੁਣੀ ਜਾਂਦੇ ਆ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਥੋੜੀ ਨਾ ਨਾਲੇ ਆਥਨੇ ਦੋ ਖਾਸੇ ਦੇ ਮਾਰ ਲੈਂਦੇ ਆ ਉਬਲੇ ਅੰਡੇ ਉਹ ਲਈ ਆਂਡਾ ਹੁਣ ਇੱਕ ਮੇਰਾ ਮੈਂ ਲਵ ਮੈਰਿਜ ਤੇ ਬਣਾਉਣੀ ਸੀਗੀ ਗੱਲ ਕਿਵੇਂ ਲਵ ਮੈਰਿਜ ਆਏ ਬਈ ਜਿਹੜੀ ਲਵ ਮੈਰਿਜ ਆ ਜਿਹਦਾ ਇਹ ਚੱਲ ਜੇ ਤੇ ਹੁੰਦਾ ਤੀਰ ਤੁੱਕਾ ਹਾਂ ਮੈਂ ਤਾਂ ਇਹ ਗੱਲ ਨੂੰ ਪਹਿਲਾਂ ਆਏ ਮਾੜੀ ਸੰਜਦਾ ਜਿਹੜਾ ਮਾਂ ਪਿਓ ਉਹਦੇ ਸਾਰੀਆਂ ਸਦਨਾ ਤੇ ਪਾਣੀ ਫਿਰ ਜਾਂਦਾ ਜੇ ਲਵ ਮੈਰਿਜ ਕਰਾਂਦਾ ਧੀ ਆ ਜਾਂ ਪੁੱਤ ਆ ਮਾਂ ਪਿਓ ਨੇ ਆਪਾਂ ਨੂੰ 21 ਤੋਂ 22 ਸਾਲ 25 ਸਾਲ ਪਾਲਿਆ ਹੁੰਦਾ ਪਾਲਿਆ ਹੁੰਦਾਂਨ ਜਦੋਂ ਆਪਾਂ ਲਵ ਮੈਰਿਜ ਲਿਆ ਕੇ ਬਾਹਰ ਜਾ ਕੇ ਪੀ ਪੀ ਕਰ ਦਿੰਦੇ ਆ ਬੇਬੇਵਾਰ ਦੇ ਪਾਣੀ ਬੇਬੇ ਦੇ ਤਾਂ ਉਹਦੇ ਸਾਰੇ ਰੁਮਾਨਾਂ ਤੇ ਪਾਣੀ ਫਿਰ ਜਾਂਦਾ ਹਾਂ ਜੀ ਵੀ ਇਹਦਾ ਕਰਿਆ ਇਹ ਕੰਮ ਜਿਹੜਾ ਨਹੀਂ ਕਰਨਾ ਸੀ ਹਾਂ ਜੀ ਠੀਕ ਆ ਲਵ ਮੈਰਿਜ ਜੇ ਤਾਂ 3 ਮਹੀਨਿਆਂ ਚ ਹੋ ਜੇ ਤਾਂ ਠੀਕ ਆ ਉਸ ਤੋਂ ਬਾਅਦ ਇੱਕ ਦੂਜੇ ਦਾ ਭੇਤ ਆਉਣ ਲੱਗ ਪੈਂਦਾ ਮੁੜ ਕੇ ਤਾਂ ਇੱਕ ਦੂਜੇ ਨੂੰ ਹੰਡਾਉਂਦੀ ਹੁੰਦੇ ਆ ਕਿਉਂ 3 ਕੁ ਮਹੀਨੇ ਪਹਿਲਾਂ ਭੇਤ ਨਹੀਂ ਹੁੰਦਾ ਉਦੋਂ ਤਾਂ ਜੇ ਤੱਤੇ ਘਾ ਚੱਲ ਜੇ ਤਾਂ ਕੰਮ ਚੱਲ ਜੇ ਹਾਰ ਜੇ ਪਾ ਕੇ ਕੋਟ ਚੋ ਲੈ ਆਉਣ ਤਾਂ ਲੈ ਆਉਣ ਨਹੀਂ ਮਗਰ ਉਹ ਤਾਂ ਉਹਨੂੰ ਛੱਡ ਜਾਂਦੀ ਆਂਦੀ ਬੇਕੂਪ ਸਟਿਪਡ ਉਤਰਾਵਾ ਦਾ ਕੋਣੀ ਜੇ ਤੂੰ ਨਹੀਂ ਤਾਂ ਹੋਰ ਜਈ ਹੋਰ ਤਾਂ ਹੀ ਫੜ ਕੇ ਫੇਰ ਚੱਲ ਪੈਂਦਾ ਬਠਿੰਡੇ ਨੂੰ ਜਾਂ ਮੁਕਸਰ ਨੂੰ ਲੱਭਣ ਹੋ ਰਹਾ ਹੈ ਹੋਰ ਹੂੰ ਕੁਝ ਨਹੀਂ ਯਾਰ ਲੋਕਾਂ ਨੇ ਜਮਾ ਇਹ ਵੀ ਗਲਤੀ ਕੰਮ ਜਾ ਬਣਾ ਰਿਹਾ ਗਲਤ ਕੰਮ ਬਣਾ ਰਿਹਾ ਹਾਂ ਹਾਂ ਲਾ ਮਰ ਜਾਏ ਆ ਭਈ ਇਹ ਨਾ ਜਿਹੜਾ ਵਿਆਹ ਹੈ ਦੋ ਤਾਰਾਂ ਹਾਂ ਜੇ ਤਾਂ ਸਿੱਧਖਾਂ ਜੁੜ ਗਈਆਂ ਫੇਰ ਤਾਂ ਕਰੰਟ ਕੱਢਣੀਆਂ ਪੂਰਾ ਹਾਂ ਤੇ ਜੇ ਪੁੱਠੀਆਂ ਜੁੜ ਗਈਆਂ ਤੇ ਫੇਰ ਇਹਨਾਂ ਨਾਲ ਦੇ ਪੜਾਕੇ ਕੋਈ ਨਹੀਂ ਪਉਂਦਾ ਇਹ ਤਾਂ ਚਰ ਚਰੜੀ ਹੋਈ ਜਾਂਦੀ ਸਾਰੀ ਸਾਰਨੀ ਸਾਰੀਆਂ ਉਹ ਭਾਈ ਲਵ ਮੈਰਿਜ ਤਾਂ ਐ ਫਿੱਕ ਪੈਂਦਾ ਜਿਹੜੇ ਡਿਵੋਰਸ ਹੁੰਦੇ ਪਤਾ ਕਦੋਂ ਹੁੰਦੇ ਆ ਪਹਿਲਾਂ ਤਾਂ ਜਦੋਂ ਲਵ ਮੈਰਿਜ ਤੋਂ ਪਹਿਲਾਂ ਮੇਰੇ ਵਰਗਾ ਕਦੇ ਤਾਂ ਮਾਉਲ ਚ ਕਮਾਉਂਦਾ ਕਦੇ ਚੰਦੀਗੜ੍ਹ ਲੈ ਗਿਆ ਕਦੇ ਕਿਤੇ ਲੈ ਗਿਆ ਹਨਾ ਲਵ ਮੈਰਿਜ ਜਦੋਂ ਹੋਣ ਤੋਂ ਪਹਿਲਾਂ ਤਾਂ ਜੇ ਉਹਦਾ ਨਹ ਵੀ ਟੁੱਟ ਜਾ ਤਿੰਨ ਵੇਰੀ ਪੁੱਛਦਾ ਕੇ ਆਨੂੰ ਜਿਹੜਾ ਤੁਹਾਡਾ ਨੇਲ ਟੁੱਟੇ ਸੀਗੇ ਸੈਟ ਆ ਉਹ ਉਂਗਲੀ ਤੇ ਜਦੋਂ ਵਿਆਹ ਹੋ ਜਾਂਦਾ ਫੇਰ ਭੋਵੇਂ ਕਿੱਟਾ ਮੋਚਿਆ ਜਾਵੇ ਫੇਰ ਆ ਤਾਂ ਕੋਈ ਸਵੇਰੇ ਚੱਲਾਂਗੇ ਡਾਕਟਰ ਦੇ ਡੀਚੇ ਦੀ ਤੈਨੂੰ ਕੋਈ ਗੋਲੀ ਨਹੀਂ ਪੈਂਦੀ ਪਹਿਲਾਂ ਤਾਂ ਉਹਨੂੰ ਮੋਲਾ ਚ ਘੁਮਾਉਂਦਾ ਫਿਰਦਾ ਹੁੰਦਾ ਕਦੇ ਸ਼ਾਪਿੰਗ ਕਰਾਤੀ ਕਦੇ ਕੁਸ਼ ਕਰਾਤਾ ਉਹ ਹੋ ਤੁਸੀਂ ਆ ਵੇਖਿਓ ਆਇਸ ਤੇ ਲਾ ਕੇ ਐਣਕ ਪਹਿਲਾਂ ਤਾਂ ਆਏ ਗਰੀ ਜਾਂਦਾ ਹੈ ਨਾ ਤੇ ਮਗਰੋਂ ਉਹਨੂੰ ਦਿਹਾਕੇ ਬੱਠਲ ਭਾਂਡਿਆਂ ਤੇ ਠੱਲਣ ਦਿੰਦਾ ਆਸ਼ਵੇਸ਼ਨ ਜੀ ਤੇ ਆਂਦਾ ਧੋਈ ਚੱਲ ਤੋਈ ਗੱਲ ਫੇਰ ਕਰਦੀ ਹੈ ਜਦ ਵੀ ਜੱਟਾ ਕਿੱਥੇ ਫਸ ਗਈ ਤੇ ਰਹਿ ਨਾਲ ਮੌਲ ਵਾਲੇ ਸੁਪਨੇ ਦੇ ਯਾਰ ਜੇ ਨਾ ਤਾਂ ਨਹੀਂ ਖਣੀ ਮੂਣ ਤੇ ਜਾਵਾਂਗੇ ਉਹ ਨਾ ਕੋਣੀ ਅਣੀ ਮੂਣੀ ਆ ਧਾਰ ਲਿਆ ਕੱਟ ਕੇ ਇੱਥੇ ਹੀ ਮਣਾਉਣੇ ਤੇਰਾ ਹੜੀ ਮੇ ਰੌਲਾ ਪੈਂਦਾ ਹੈ ਨਾ ਫੇਰ ਰੌਲਾ ਪੈਂਦਾ ਬਾਈ ਬਈ ਤਲਾਕ ਤੋਂ ਦੂਜੇ ਬਹੁਤ ਹੋਣ ਲੱਗੇ ਅਰੇਂਜਮੈਂਟ ਚ ਹੋਣ ਲੱਗੇ ਉਹ ਕਿ ਉਹ ਅਰੇਂਜਮੈਂਟ ਚ ਤਾਂ ਬਾਈ ਆਏ ਹੁੰਦੇ ਆ ਉਹ ਜਿਹੜੀ ਧੀ ਨੂੰ ਘਰਦਿਆਂ ਦੀ ਸਪੋਰਟ ਹੋ ਵਸਦੀ ਨਹੀਂ ਹੂੰ ਲਾ ਵੀ ਰਾਏ ਵੀ ਨਹੀਂ ਅਜ ਤੋਂ 5-10 ਸਾਲ 15 ਸਾਲ ਪਹਿਲਾਂ ਦਾ ਵਸੀਕਾ ਤੇ ਨਾ ਸਹਰਿਆਂ ਦੇ ਘਰਤੀ ਵੀ ਤੇ ਜਿਹੜੀ ਚਸ ਕਰੇ ਪੇਕਿਆਂ ਦੀ ਹੂੰ ਉਹ ਜਿਹੜਾ ਪੇਕੀ ਵਾਲਾ ਜਾਣ ਜਾਣ ਦੀ ਹੋਵੇ ਨਾ ਹੂੰ ਉਹ ਨਹੀਂ ਵਸਦੀ ਜੇ ਦੋਨੋਂ ਮਾਪਿਓ ਸਪੋਰਟ ਦਿੰਦਾ ਉਦੋਂ ਨਹੀਂ ਵਾਸਦੀ ਜਿੱਦੋਂ ਮੜਾ ਜਾ ਆਉਂਦੇ ਘਰ ਵਾਲੇ ਨਾਲ ਜਾਂ ਸੱਸ ਨਾਲ ਲੜ ਪਈ ਮम्मी ਮੈਨੂੰ ਅੱਜ ਫੇਰ ਲੜੇ ਉਦੋਂ ਚਾਹਦੇ ਉਹ ਕੱਢ ਆ ਗਿਆ ਵੀ ਸਾਡੀ ਕੁੜੀ ਨੂੰ ਕੀ ਗੱਲ ਆ ਬੋਲਦੇ ਆ ਫੇਰ ਹੁੰਦੇ ਤਲਾਕ ਬਾਈ ਤਲਾਕ ਕੁੜੀ ਨੂੰ ਆਖਿਆ ਵੀ ਤੈਨੂੰ ਮਰਾਂਗੇ ਗੁਤਨੀ ਚ ਆਹੀ ਆ ਤੇਰਾ ਘਰ ਆ ਇੱਥੇ ਵਾਸਦੀ ਹੋ ਗਏ ਅਸੀਂ ਨਹੀਂ ਆਉਂਦੇ ਸਾਡੇ ਘਰ ਨੂੰ ਮਾਰ ਕਰ ਕੋਸ ਕਰ ਅਸੀਂ ਤਾਂ 20 ਲੱਖ ਲਾ ਕੇ ਵਿਆਹ ਦੀ ਫੇਰ ਵਾਸਦੀਆਂ ਫੇਰ ਕਹਿੰਦੀ ਆ ਕੇ ਆਈ ਏ ਮੁੜ ਕੇ ਸਹੀ ਗਿਆ ਉਦੇ ਚ ਮਾਂ ਪਿਓ ਦੀ ਸਪੋਰਟ ਵਾਲੀ ਹੁੰਦੀ ਆ ਮਾਂ ਦਾ ਥੋੜਾ ਜਿਆਦਾ ਯੋਗਦਾਨ ਹੁੰਦਾ ਜਦੋਂ 8 ਘੰਟੇ ਦਿਨੇ ਫੌਂਟੀ ਲੱਗੀ ਰਹਿੰਦੀ ਏ ਹੂੰ ਘਰ ਵਾਲਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਸਾਡੇ ਘਰੇ ਕਿੰਨਾ ਨਾਣ ਮਿਰਚਾਂ ਜਾਂ ਕੁੜੀ ਦੀ ਮਾਂ ਨੂੰ ਸਾਰਾ ਪਤਾ ਹੁੰਦਾ ਵੀ ਅਜਰ ਰਸੋਈ ਚ ਕਿਹੜੀ ਦਾਸਤਰੀ ਆ ਕਿੰਨਾ ਨਾਣ ਮਿਰਚ ਰਹਿ ਗਿਆ ਕਿੰਨੀ ਘੰਡ ਰਹੇਗੀ ਇਹ ਪਵਾੜੇ ਤਾਂ ਸਾਰੇ ਫੋਨ ਚੰਗੀ ਵੀ ਚੀਜ਼ ਮਾੜੀ ਵੀ ਆ ਜਦੋਂ ਸਾਰੀ ਤੁਹਾਡੀ ਵੀਡੀਓ ਕਾਲੀ ਕਰੀ ਜਾਂਦਿਆਂ ਮम्मा ਵੇਖੋ ਆ ਚਾਦਰ ਵਿਛਾ ਦੇ ਤੇ ਨਾਲ ਆਹ ਸਹਰਾਣੇ ਸਹੀ ਰਹਿਣਗੇ ਲੈ ਮम्मा ਨੂੰ ਕੀ ਪਤਾ ਤੇਰਾ ਫਿਰ ਦਿਮਾਗ ਤੁੜੀ ਦਾ ਕੋਕਾ ਹੀ ਆ ਸਹੀ ਗੱਲਾਂ ਲੋਕ ਨਾ ਅੱਜ ਕੱਲ ਬਾਈ ਜਦੋਂ ਸਪੋਰਟ ਧੀ ਨੂੰ ਕਰਨ ਲੱਗ ਪੈਂਦੇ ਆ ਉਦੋਂ ਕੰਮ ਖਰਾਬ ਹੁੰਦਾ ਹੂੰ ਜਦੋਂ ਆਪਾਂ ਧੀ ਵਿਆਹੀ ਧੀ ਦਾ ਘਰ ਉਹ ਆ ਜਿੱਥੇ ਵਿਆਹੀ ਮੋੜ ਕੇ ਧੀ ਨੂੰ ਵੀ ਚਾਹੀਦਾ ਆ ਆਪਣੇ ਪੇਕੇ ਘਰ ਚ ਇੰਟਰਫੇਅਰ ਨਾ ਕਰੇ ਹੂੰ ਇਹ ਗੱਲਾਂ ਸਹੀ ਆ ਨਾ ਇਹ ਗੱਲਾਂ ਮੇਰੀਆਂ ਤਤ ਕੱਢੇ ਆ ਸਹੀ ਹੈਗੀ ਨਾ ਤਾਂ ਮਾੜੀ ਆਖੀ ਜਾਣਗੇ ਹੂੰ ਤੇ ਧੀ ਨੂੰ ਬੜੀ ਚੰਗੀ ਆਖੀ ਜਾਣਗੇ ਇਹ ਤਾਂ ਮੁੰਡਾ ਨਾ ਮਗਰ ਲੱਗ ਗਿਆ ਫੇਰ ਤਾਂ ਆਖਣਗੇ ਸਾਡੇ ਵਾਲਾ ਤਾਂ ਲਾਈ ਲੱਗਾ ਹੂੰ ਤੇ ਜਵਾਈ ਮਗਰ ਲੱਗਿਆ ਹੋਵੇ ਮੇਰਾ ਤਾਂ ਜਵਾਈ ਬਾਲਾ ਚੰਗਾ ਕੁੜੀ ਤੋਂ ਪੁੱਛ ਗੱਲ ਕਰਦਾ ਆਪਣੀ ਤਾਂ ਹੂੰ ਗੱਲਾਂ ਵੇ ਕੀ ਦੁਨੀਆਦਾਰੀ ਸਵਾਰਥੀ ਲੋਕ ਹਨਾ ਸਮਝ ਨਹੀਂ ਆਉਂਦੀ ਮੈਨੂੰ ਦੁਨੀਆਦਾਰੀ ਦੀ ਨਾਲੇ ਜਿਹੜੀ ਬੁੜੀ ਹੈ ਤਾਂ ਹੁੰਦੀ ਧੀ ਦੀ ਆ ਹੂੰ ਇਹ ਤਾਂ ਧੀ ਨੂੰ ਦਿਨਾ ਹੁੰਦਾ ਸਭ ਕੁਝ ਪੁੱਤ ਤਾਂ ਨਹੀਂ ਸੋਚਦੀ ਦੀ ਸੋਜੋ 10 ਬੁੜੀਆਂ ਸੋਚਣੀਆਂ ਪੁੱਤ ਬਾਰੇ ਹੂੰ ਨਹੀਂ ਬੁੜੀ ਧੀ ਦਾ ਵਾਲਾ ਸੋਚ ਦੀਨ ਦੇ ਮੇਰੀ ਧੀ ਦਾ ਵਾਂ ਜੇ ਮੇਰੀ ਧੀ ਦਾ ਵਾਂ ਜੀ ਜਿੱਥੇ ਮਾਂ ਘਰ ਚ ਇੰਟਰਫੇਅਰ ਕਰਨ ਲੱਗ ਪਈ ਬੰਦੇ ਦੀ ਸੱਸ ਇੰਟਰਫੇਅਰ ਕਰਨ ਲੱਗ ਪਈ ਉਹ ਘਰ ਨਹੀਂ ਵਸਦਾ ਉੱਥੇ ਤਲਾਕ ਹੋਊ ਗਈ ਜਾਂ ਫਿਰ ਬੰਦੇ ਨੂੰ ਝੁਕਣਾ ਪਊਗਾ ਬੰਦੇ ਨੂੰ ਨੀਵਾ ਹੋਣਾ ਪਊਗਾ ਚੱਲ ਯਾਰ ਇਹ ਤਾਂ ਬੌਂਕੀ ਹੈਗੀ ਮਰੀ ਜਾਂ ਤੇ ਪਕਾਈ ਆਪਾਂ ਚੁੱਪ ਕਰ ਜੁਆ ਦੇ ਜਵਾਕ ਪਾਣ ਲੋ ਹੂੰ ਇਹ ਗੱਲਾਂ ਵੇ ਗੱਲਾਂ ਗੱਲਾਂ ਤਾਂ ਬਈ ਸਾਰਿਆਂ ਜਾਣਦੇ ਆ ਸਿਆਣੇ ਬੰਦਿਆਂ ਦੇ ਮੰਝਾਂ ਤੇ ਬਹਿ ਕੇ ਪੈਂਦਾ ਤੇ ਗੱਲਾਂ ਸੁਣੀਆਂ ਵੀ ਐ ਪਰ ਜਦੋਂ ਇਹਨੀਆਂ ਸੱਚੀਆਂ ਕਰਦਗੇ ਨਾ ਅੱਗੇ ਮੇਰਾ ਪਿਓ ਆਦਾ ਹੁੰਦਾ ਤੇਰੀ ਕਿਥੇ ਜਾਂਦਾ ਪੜਪੜੀ ਚ ਕੇਰੇ ਹੀ ਕਰੂ ਟਾ ਮੇਰੇ ਪਰ ਗੱਲ ਸੱਚੀ ਹੁੰਦੀ। ਕਾਣੂ ਬਈ ਲਾਗਤੀਆਂ ਨਾ ਫਿਰ ਪਰ ਸੱਚ ਦਾ ਸਾਥ ਹੀ ਰਹਿਣਾ। ਸਾਥ ਸਾਥ ਹੀ ਰਹਿਣਾ। ਇਹ ਐ ਤਾਂ ਹੈ ਨਹੀਂ ਵੀ ਤੇਰੀ ਗੱਲ ਨੂੰ ਕੋਈ ਨਾ ਇੱਕ ਦੂਜੇ ਦੇ ਮਗਰ ਲੱਣ ਲੱਗ ਪਏ ਯਾਰ ਬਈ ਲੋਕ ਹੁਣ ਤੂੰ ਵਿਆਹਾਂ 'ਚ ਵੇਖ ਲੈ। ਹਾਂ ਵਿਆਹਾਂ 'ਚ ਹੁਣ ਜਿਹੜੀਆਂ ਕੁੜੀਆਂ ਮਾਡਲਿੰਗ ਕਰਤੀਆਂ ਨਾ ਇਤੀਆਂ ਤਾਂ ਉਹਨਾਂ ਦਾ ਬਈ ਇੱਕ ਰੋਜ਼ੀ ਰੋਟੀ ਹੈ ਸਹੀ ਹੈ ਉਹਨਾਂ ਦਾ ਉਹ ਇੱਕ ਭਰਾਵਾ ਜੀ ਉਹ ਤਾਂ ਵਾਲ ਉਹਨਾਂ ਦੇ ਰਮਾਉਂਡ ਹੋਣਗੇ ਨੱਚਣੀਆਂ ਸੂਣੀਆਂ ਲੱਗਣਗੀਆਂ ਫੇਰ ਹੀ ਕੋਈ ਦੋ ਛਿਲਟ ਦੇਊਗਾ ਉਹਨਾਂ ਨੂੰ ਸੋਸ਼ਲ ਗ੍ਰਾਮ ਫੈਕਸ ਹੋਣਗੇ ਸਹੀ ਗੱਲ ਹੈ ਆਪਣੇ ਵਾਲਾਂ ਉਹਨਾਂ ਨੂੰ ਵੇਖ ਕੇ ਵਾਲ ਇਹ ਵੀ ਰਮਾਉਂਡ ਕਰਾਉਣ ਲੱਗ ਪਈਆਂ ਹਮਮ ਆ ਵੀਡੀਓ ਗਾਣੇ ਦੀ ਵੀਡੀਓ ਜੀ ਵੇਖੇ ਬੜਾ ਬੱਗਾ ਵੀਟ ਕੋਣ ਵੇਖ ਵੇਖ ਵਾਲ ਇਹ ਰਮਾਉਂਡ ਕਰਾ ਲਿਆ ਉਹਦੀਆਂ 5-6000 ਕਰਮ ਬਿਊਟੀ ਪੱਦਰ ਵਾਲੀਆਂ ਦੇ ਸਾਰਾ ਉਹਦੀ ਬਾਹ ਉਹ ਦੋ ਕੁ ਲੌਂਦੀਆਂ ਕਰੀਮ ਆਈਆਂ ਕੇਰਾਂਵਾਲ ਸਿੱਧੇ ਕਰ ਦਿੰਦਿਆਂ ਮਗਰ ਉਹ ਆਂਦੀਆਂ ਸਾਡੇ ਤੋਂ ਉਲਝਣ ਪੈ ਗਈ ਉਲਝਣ ਤਾਂ ਵਾਲਾਂ ਚ ਪਊਗੀ ਅਨਸਾਰ ਤਾਂ ਤੂੰ ਗੋਇ ਕੁੜੇ ਵਾਲਾ ਬੱਠਲ ਚੱਕ ਲਿਆ ਹਮ ਮਾਦਾ ਤੈਨੂੰ ਦਰ ਬੜੂਆਂ ਚ ਖੜੀ ਪਸਾਨ ਦੂੰਗਾ ਵੀ ਆਹ ਕੁੜੀ ਬੜੀ ਲਿਖੀ ਤੇ ਧਿਆਨ ਪੜ ਉਹ ਕਿਵੇਂ ਵਾਲ ਪੋਣੇ ਦਸਾਂ ਤੇ ਰਮਾਉਂਡ ਖੜਾ ਦੇ ਜਿਹੜੀ ਅਣਪੜ ਹੋਈ ਨਾ ਉਹ ਅੱਧਾ ਘੰਟਾ ਇੱਥੇ ਸੰਧੂਰ ਵਾਲੀ ਉਹ ਬਿੰਦੀ ਜੀ ਕਸਾਈ ਜਾਊਗੀ ਆ ਇੱਥੋਂ ਤੱਕ ਭਰਨ ਦੂਗੀ ਵਾਲ ਹਮ ਜਿਹੜੀ ਪੜੀ ਲਿਖੀ ਹੋਈ ਉਹਦੀ ਖੜ ਨਹੀਂ ਆਡੀ ਹੋਊਗੀ ਲੱਗ ਹੋਊਗੀ ਉਹ ਸੈਂਪਲ ਕੁੜੀ ਹੋਊਗੀ ਉਨਾਂ ਵਾਲਾ ਹਾਰ ਸ਼ਿੰਗਾਰ ਲਾਵੇ ਦੂਜਿਆਂ ਨੂੰ ਭਵੇਂ ਆਰਟੀਫੀਸ਼ੀਅਲ ਜਾ ਕੇ ਮੁਕਸਰੋ ਬਠੰਡੇ ਉਹ ਲੈਉਣਾ ਪਵੇ ਇੱਥੋਂ ਤੇ ਇੱਕ ਚੀਵਤਾਈ ਕੰਨ ਬਣਾ ਲੈਣਗੇ ਵੀ ਸਾਡੇ ਕੋਲੇ ਸਿਉਣਾ ਵਾਲਾ ਸਿਉਣਾ ਵਾਲਾ ਜਿੰਦਾਂ ਕੋਲੇ ਸਿਉਣਾ ਹੈਗਾ ਉਹ ਤਾਂ ਬੋਲਦੇ ਹੀ ਨਹੀਂ ਹੂੰ ਸਿਆਣੇ ਇਹ ਵੀ ਕਹਿੰਦੇ ਸਾਵਾ ਥੋੜਾ ਕਰਦੇ ਆ ਸੋਨੇ ਨੂੰ ਤਾਂ ਸੋਨਾ ਪਾਉਂਦੀ ਲੋੜ ਹੀ ਨਹੀਂ ਆਉਂਦੀ ਮੈਂ ਬਾਈ ਕਦੇ ਗੁੱਟ ਤੇ ਘੜੀ ਵੀ ਨਹੀਂ ਬਦੀ ਮੈਨੂੰ ਕੀ ਹੋਵੇ ਹੂੰ ਨਹੀਂ ਮੇਰੇ ਕੋਲੇ ਸਿਉਣਾ ਹੈਗਾ ਨਹੀਂ ਆਪਾਂ ਬਣਾਉਣਾ ਹੂੰ ਸੇਵਣਾ ਦਾ ਸੇਵਣਾ ਹੀ ਹੁੰਦਾ ਸਹੀ ਗੱਲ ਜਦੋਂ ਉਹਨ ਲੋਕਾਂ ਦੇ ਯਾਰਾਂ ਮਿੱਤਰਾਂ ਦੇ ਜਾਂ ਬਾਹਰਲੇ ਫੌਰਨ ਦੇ ਜੋ ਫੋਨ ਆਉਂਦੇ ਯਾਰ ਸੇਰ ਕੋਣ ਵੱਜ ਜਾਂਦਾ ਆਂਦੇ ਭਾਈ ਗੱਲਾਂ ਵਧ ਗਿਆ ਹੂੰ ਆਪਣੇ ਨਾ ਲੋਕ ਲਾਈ ਲਕ ਬਲੇ ਆ ਕਿਸੇ ਗੱਲ ਪਿੱਛੇ ਚੱਲ ਪਾ ਜਿਹੜੇ ਮਰਜ਼ੀ ਵਾ ਜਾਉਣਾ ਹਾਂ ਮਾ ਤਾਂ ਵਿਆਹਾਂ ਚ ਵੀ ਵੇਖਿਆ ਕਿਵੇਂ ਵਿਆਹ ਯਾਰ ਉਹਨੇ ਇੱਕ ਬੰਦਾ ਉਹਦਾ ਪੜ੍ਹੀ ਲਿਖੀ ਫੈਮਿਲੀ ਆ ਉਹਦੇ ਕੋਲੇ ਚੰਗੀ ਆਉਂਦਣਾ ਸਾਰਾ ਪਰਿਵਾਰ ਸਰਕਾਰੀ ਜੋਬ ਕਰਦਾ ਉਹਨਾਂ ਨੇ ਵਧ ਗਿਆ ਵਿਆਹ ਪੈਸੇ ਚ ਕਰਨਾ ਠੀਕ ਆ ਠੀਕ ਆ ਉਹਨਾਂ ਕੋਲੇ ਮੰਨ ਕੇ ਚੱਲ ਟਾਈਮ ਹੁੰਦਾ ਨਹੀਂ ਉਹਨਾਂ ਨੇ ਵਿਆਹ ਤੇ ਪਲੇਟ ਦਾ ਖਰਚਾ ਕਰ ਮਨ ਪੈਸਾ ਕਰ ਲਿਆ ਹਾਂ ਉਹਦੇ ਚ ਪਹਿਲਾਂ ਵਾਲੇ ਵੀ ਤੱਕੇ ਹੀ ਕਰ ਜਾਂਦੇ ਯਾਰ ਹਮ ਜਦੋਂ 25 2500 ਫਲੇਟ ਦਾ ਆਖ ਦਿੰਦੇ ਹਨ 2500 ਜਲਾ 80 ਫਲੇਟ ਤੇ 2500 ਦਾ ਕੀ ਟਿਕਾਏਗਾ 2500 ਇੱਦਾਂ ਬੱਟਲ ਭਰ ਲਾ ਫਲੇਟਾਂ ਦਾ ਰਹਿਣਗੇ ਵੱਠਲਾਏ 2500 ਹਾਂ ਹਾਂ ਤੇ ਉੱਥੇ ਜਦੋਂ ਉਹ ਵੇਖ ਆਉਂਦੇ ਆ ਉੱਥੇ ਆਪਣੇ ਵਰਗੇ ਪੰਜਾਬੀ ਜਾ ਵੜਦੇ ਪਿੰਡਾਂ ਵਾਲੇ ਐਸੀ ਵਿਆਹ ਵੇਖਣ ਆਂਦੇ ਆ ਆਪਾਂ ਵੀ ਆਹੀ ਪੈਸਾ ਕਰਾਂਗੇ ਹਮ ਆਹੀ ਕਹਿੰਦੇ ਆ ਹਾਂ ਕਰ ਲੈਂਦੇ ਆ ਨਾ ਹਮ ਉਹ ਮੁੜ ਕੇ ਉਹੀ ਪੈਸਾ ਕਰ ਲੈਂਦੇ ਆ ਉਹਦਾ ਤੇ 2 ਘੰਟੇ ਦਾ ਪ੍ਰੋਗਰਾਮ ਹੁੰਦਾ ਉਹ 2 ਘੰਟੇ ਨੱਚ ਕੇ ਦੁਰ ਜਾਂਦੇ ਆ ਤੇ ਆਪਣੇ ਅਰਗਾਂ ਮੁੜ ਕੇ ਸ਼ੀਸ਼ਾ ਵਾਲਾ ਆੜਤੀਆਂ ਦੇ ਦੁਆਰੇ ਤੇ ਨੱਚੀ ਜਾਂਦਾ। ਨਾ ਉਹ ਲੈਂਦੇ ਆ ਨਾ ਖਿਹੜਾ ਛੱਡਦਾ। ਮੈਂ ਲੱਖ ਹੁਣ ਜਿਹੜਾ ਸਰਕਾਰੀ ਜੋਬ ਕਰਦਾ ਸੀਗਾ ਉਹਦੇ ਕੋਲ ਤਾਂ ਸਰਕਾਰ ਦਾ ਪੈਸਾ ਸੀਗਾ ਵਰਤੂ। ਸਾਰਾ ਜਿਹਦਾ ਹੁਣ ਟੱਬਰ ਮਲਾਜਮ ਉਹਦਾ ਭਾਈ ਲਾ ਦਊਗਾ ਵੈਸੇ 10 ਲੱਖ ਵੀ ਲਾ ਦਊਗਾ ਕੱਲੇ ਖਾਣੇ ਦੇ ਖਰਚੇ ਦੀ। ਹਾਂ 20 ਲੱਖ ਵੀ ਲਾ ਦਊਗਾ। ਆਪਾਂ ਤਾਂ ਆੜਤੀਗੇ ਤੋਂ ਫੜ ਕੇ ਲਿਓਨੇ ਜਾਂਦੇ ਆ। ਕਿ ਨਾ ਮੇਰੇ ਅਰਗਾਂ ਚੱਕ ਕੇ 20 ਲੱਖ ਲਾ ਆਂਦਾ ਮੁੰਡੇ ਦੇ ਵਿਆਹ ਤੇ। ਕੀ ਆ ਮੋਚ ਮੋਚ ਦਾ ਵੀ ਸਵਾਲ ਆਉਂਦਾ ਨਾ ਹਾਂ ਬਾ ਮੋਚੀ ਮਾਰਦੀ ਐ ਨਾ ਮੋਚ ਵੀ ਕਿਸੇ ਗੱਲ ਤੇ ਹੀ ਖੜੀ ਹੋਊਗੀ ਨਾ ਜਦੋਂ ਆਪਣੇ ਕੋਲੇ ਆਮਦਨੀ ਐ ਨਹੀਂ ਮੋਚ ਕੜੀ ਕਰ ਸਹੀ ਐ ਉਥੇ ਪਲੇਟ ਦਾ ਖਰਚਾ ਕਰ ਲੈਂਦਾ ਉਥੇ ਪਤਾ ਨਹੀਂ ਫਿਰ ਕੀ ਚੱਕਰ ਮਾਂ ਦੀਆਂ ਧੀਆ ਜਿਵੇਂ ਤੂੜੀ ਵਾਲਾ ਭੁੰਗ ਭਰਿਆ ਆਉਂਦਾ ਐ ਪਲੇਟਾਂ ਪਕੌੜਿਆਂ ਨਾਲ ਭਰ ਦਿੰਦੀਆਂ ਹੁਣ ਕੇ ਜਦੋਂ ਖਾਈਦਾ ਨਹੀਂ ਉਵੇਂ ਹੀ ਅੱਧਾ ਉਵੇਂ ਰੱਖ ਦਿੰਦੀਆਂ ਰੈਸਟਰੈਂਟਾਂ ਵਿੱਚ ਹਾਂ ਇਹ ਬਹੁਤ ਵੇਸਟੇਜ ਬਹੁਤ ਕਰਦੇ ਆ ਵੇਸਟੇਜ ਵੀ ਕਰਦੇ ਫਿਰ ਭਾਈ ਜਦੋਂ ਨਾਲ ਨਿਕਾ ਜਵਾਬ ਹੁੰਦਾ ਉਹ ਜਦੋਂ ਮੇਕਅਪ ਬੜਾ ਕਰਿਆ ਹੁੰਦਾ ਜਦੋਂ ਕੌਣ ਤੱਕਈ ਆ ਬੀਬੀਆਂ ਭਣਾ ਗਲਾਰੇ ਜੇ ਨਹੀਂ ਪਾਈ ਫਿਰਦੀਆਂ ਜਦੋਂ ਉਹ ਖੇਚਦਾ ਉਹ ਈਸ਼ ਤੂੰ ਪਲੇਟ ਹੋਰ ਚੱਕਲਾ ਪੇ ਆਪਦਾ ਟਪਾਲਾ ਉਹ ਇੱਕ ਪਲੇਟ ਤੂੰ ਤਾਂ ਉਹ ਜਕਾਤੀ ਉਹਦਾ ਤਾਂ 2500 ਠੋਗ ਗਿਆ ਜਿਹੜੇ ਨੇ ਚੱਕੀ ਆ ਜਿਹੜੇ ਨੇ ਠੱਕੀ ਆ ਐਂਉਂ ਕੰਮ ਹੁੰਦਾ ਬਾਈ ਬਹੁਤ ਚੱਕਦੇ ਆ ਨਾ ਇਹ ਗੱਲਾਂ ਸੋਚਣ ਵਾਲੀਆਂ ਬਾਈ ਜਿਹੜਾ ਹੁਣ ਮੇਰੇ ਵਰਗਾ ਨਿਆਈਂ ਚ ਬੈਠਾ ਘਰੇ ਲਾ ਕੇ ਚਾਰ ਡੰਡੇ ਇੱਥੇ ਲਿਆ ਕੇ ਟੈਂਟ ਲਾ ਕੇ ਘਰੇ ਪ੍ਰੋਗਰਾਮ ਜੇ ਮਰਜ਼ੀ ਕਰਦਾ ਸਹੀ ਗੱਲ ਆ ਜਿਹੜਾ ਵਿਆਹ ਪੈਲਸ ਕੋਈ ਜਗ੍ਹਾ ਹੈਗੀ ਆ ਇਹ ਤਾਂ ਬਾਈ ਸ਼ਹਿਰੀਆਂ ਆਸਤੇ ਜਾਂ ਛੋੜੇ ਥਾਂ ਵਾਲੇ ਆਸਤੇ ਪੈਲਸ ਬਣੇ ਸੀ ਸਹੀ ਆ ਜਿਹਦੇ ਉਹ ਨੈਂਚ 15 ਕਿੱਲੇ ਵਿਹਲੇ ਪਏ ਜੇ ਚਾਰਕਨ ਵਾਲਾ ਵਿਹਲੇ ਛੱਟ ਲੋਗ ਪੈਲਸ ਤੇ ਖਰਚੇ ਨਾਲ ਉਹ ਤਾਂ ਫੇਰ ਵੀ ਵੱਜਦਾ ਬਾਈ ਤਾਂ ਹੈ ਹੈ ਸਹੀ ਗੱਲ ਪੈਲਸ ਦਾ ਖਰਚਾ ਬਹੁਤ ਪੈਂਦਾ 100 ਬੰਦੇ ਦੀ ਖਰਚਾ ਉਹ ਵੀ ਪੈਂਦਾ ਜਿਹੜਾ 100 ਬੰਦਾ ਉੱਥੇ ਉਹੀ ਕੰਮ ਵਾਲਾ ਤੁਰਿਆ ਫਿਰਦਾ ਪੈਲਸ ਤੇ ਕਰੇ ਤੇਰੇ ਮੇਨ ਬੰਦੇ ਨੇ ਉਸੇ ਨਹੀਂ ਆਉਣਾ ਫੇਰ ਆਪਾਂ ਆਵਦਾ ਕਾਰਟਿਕੋ ਸਾਹਿਬ ਉਹਦਾ ਇਹ ਬੰਨ ਪਿੰਡ ਦੇ ਮੋਦਵਰ ਬੰਦੇ ਨੂੰ ਆਦਾ ਪਲਾਣਾ ਲੀਡਰ ਆਪਣੇ ਵਿਆਹ ਚ ਆਉਣਾ ਚਾਹੀਦਾ ਹੂੰ 10 ਬੰਦੇ ਤਾਂ ਉੱਥੇ ਮੋਦਵਰ ਨਾਲ ਲੈ ਜਾਣ ਉਹ ਲੈ ਆਉਂਦੇ ਆ ਹਾਂ ਤੇ 25 ਬੰਦੇ ਉਹਦੇ ਨਾਲ ਵੀ ਆਉਂਦੇ ਆ ਜਿਹੜਾ ਐਮਐਲਏ ਸਾਹਿਬ ਜਾਂ ਮੰਤਰੀ ਸਾਹਿਬ ਆਊਗਾ ਹੂੰ 45 ਬੰਦਿਆਂ ਦਾ ਖਰਚਾ ਤਾਂ ਤੈਨੂੰ ਉਹ ਬੈ ਗਿਆ ਹਿੱਲ ਕਿੱਧਰ ਏ ਲੈਣਗਾ ਲੱਖ ਰੁਪਏ ਚ ਬੈ ਜਾਂਦਾ ਲੀਡਰ ਆ ਲੀਡਰ ਆ ਭਾਈ ਲੱਖ ਚ ਪਹਿਣਾ ਹੀ ਆ ਉਹ ਬਸ ਉਹ ਹੀ ਇੱਕ ਸਕੀਰੀ ਚ ਬੱਲੇ ਬੱਲੇ ਕਰਾਉਣੀ ਹੁੰਦੀ ਆ ਵੀ ਰਿਸ਼ਤੇਦਾਰੀ ਜੇ ਸਾਡੇ ਚ ਫਲਾਣੇ ਜਿਹੜਾ ਕੋੜੇ ਫਲਾਣਾ ਮੰਤਰੀ ਆਇਆ ਸੀਗਾ ਹੂੰ ਜਿਹੜਾ ਫਲਾਣੇ ਤੋਂ ਸਾਡੇ ਉਹਨਾਂ ਦੇ ਵੇਖ ਬਾਦਲ ਸਾਹਿਬ ਆਏ ਆ ਆਪ ਹਾਂ ਬਾਦਲ ਸਾਹਿਬ ਦਾ ਇੱਕ ਘੰਟਾ ਆਉਂਦੇ ਤੇ ਮੁੜ ਕੇ ਅਗਲਾ ਉੱਥੇ ਚੀਸ ਆਲਾ ਆੜ ਤਕੇ ਤੇ ਨੱਚੀ ਜਾਂਦਾ ਜਦੋਂ ਆਈ ਫਸਲ ਤੇ ਹਿਸਾਬ ਕਰਦਾ ਲੈ ਵੀ 4 ਲੱਖ ਟੁੱਟ ਗਏ ਤੇਰੇ ਜੁਮੇ ਚ 4 ਤੇ ਜਾ ਮੁੜ ਕੇ ਫਿਰ ਜਾ ਕੇ HDFC ਜੋ ਲਿਮਟ ਬਣਾਉਂਦਾ ਹੂੰ ਫਿਰ ਉਹਦਾ ਵਿਆਜ ਭਰੀ ਜਾਂਦਾ ਉਹਦਾ ਵਿਆਜ ਭਰੀ ਜਾਂਦਾ ਇਹ ਗੱਲਾਂ ਸੋਚ ਨਾਲੀਆਂ ਹਾਂ ਵਿਆਹਾਂ ਤੇ ਵੇਸਟ ਪੈਸਾ ਲਾਉਣ ਦਾ ਕੀ ਫਾਇਦਾ ਆ ਕਮੇਲਿਆਂ ਚ ਗੱਲ ਨਹੀਂ ਗਿਆ ਦਾ ਸਾਦੇ ਵਿਆਹ ਸਾਦੇ ਭੋਗ ਨਾ ਖਰਚਾ ਤੇ ਨਾ ਚਿੰਤਾ ਰੋਗ ਅੱਧੀ ਜਨਤਾ ਤਾਂ ਆਪਣਾ ਵਿਆਹ ਨਹੀਂ ਲਾ ਛੱਡੀ ਫालतू ਖਰਚੇ ਨੇ ਬੜੀ ਲਾਈ ਫੇਰ ਹੁਣ ਕੀ ਕਰਦੇ ਆ ਵੈਜੂ ਪੈਸਾ ਚੱਕ ਕੇ ਲੈ 20 ਟੋਲੇ ਸੋਨਾ ਬਣਾ ਲਿਆ ਕੁੜੀ ਨੂੰ ਪਾਤਾ 10 ਟੋਲੇ ਗਾ ਕੁੜੀ ਵਾਲਿਆਂ ਨੇ ਬਣਾ ਲਿਆ ਮੁੰਡੇ ਨੂੰ ਪਾਤਾ ਉਹ ਪਿਆ ਕਿੱਥੇ ਰਹਿੰਦਾਂ ਨੰਮਾਰੀ ਚ ਸਹੀ ਗੱਲ ਆ ਗਿਆ ਜ ਬੈਂਕਾਂ ਦਾ ਭਰੀ ਜਾਂਦੇ ਹਾਂ ਜਾ ਕੀ ਕਰਦੇ ਆ ਲੈ ਭਾਈ ਸਾਡੇ ਮੁੰਡੇ ਨੂੰ ਤਾਂ ਸਕਾਰਪੀ ਹੋ ਚਾਹੀਦੀ ਐ ਹਾਂ ਸਾਡੇ ਨੂੰ ਤਾਂ ਫੋਰਚੂਨਰ ਚਾਹੀਦੀ ਐ ਤੇ ਮਗਰ ਉਹ ਫੋਰਚੂਨਰ ਦਾ ਤੇ ਸਕਾਰਪੀ ਉਹਦਾ ਜਦੋਂ ਤੇਲ ਨਹੀਂ ਪੂਰਨਦਾ ਉਹ ਖੜੀ ਤੇ ਟਾਇਰ ਸੁੱਕ ਜਾਂਦੇ ਉਹ ਖੜੇ ਕਰ ਜਾਂਦੇ ਹਵਾ ਨਿਕਲ ਇਹ ਗੱਲਾਂ ਸੱਚੀਆਂ ਆ ਬਾਈ ਮੇਰੀਆਂ ਅਸੀਂ ਇੱਕ ਪੰਪ ਤੇ ਵੇਖਿਆ ਸੀ ਭਾਈ ਤੇਰੇ ਵਾਲੀ ਗੱਲ ਉਹ ਮੁੰਡੇ ਨੇ ਗੱਡੀ ਚੰਗੀ ਲੈ ਲਈ ਜਦੋਂ ਪੰਪ ਤੇ ਆਇਆ ਤੇ ਉਹ ੂਕ ਤੇ ਵਾਸ਼ਰੂਮ ਕਰਨ ਜਾਉੜਿਆ ਕੁੜੀ ਨੂੰ ਪੰਪ ਵਾਲੇ ਨੇ ਪੁੱਛਿਆ ਉਹ ਕਹਿੰਦੀ ਟੈਂਕੀ ਫੁੱਲ ਕਰਦੇ ਉਹ ਫੋਲਾ ਕਰਤੀ ਤੇ ਮੁੰਡੇ ਕੋਲੇ ਪੈਸੇ ਹੈ ਨਾ 2000 ਰੁਪਿਆ ਹਾਂ ਉਹ ਹੀ ਤੇਰੀ ਵਾਲੀ ਗੱਲ ਉਹ ਕਹਿੰਦਾ ਉਹ ਕਹਿੰਦਾ ਵੀ ਕਿੰਨੇ ਕੋ ਕਹਿੰਦਾ ਵੀ ਲੈ ਆ ਵੀ 4000 ਰੁਪਿਆ ਦਿਓ ਟੈਂਕੀ ਦਾ ਉਹ ਕਹਿੰਦਾ ਮੈਂ ਤਾਂ ਦਿ loan ਹੀ ਨਾ ਸੀ ਉਹ ਕਹਿੰਦੀ ਫਿਰ ਲਈ ਕਿਉਂ ਸੀ ਨੀਤ ਪਵਾ ਨਹੀਂ ਸਕਦਾ ਸੀ ਫਿਰ ਉਹ ਤਾਂ ਮੂੰਹ ਟੱਟ ਲਿਆ ਸੀ ਵੀ ਆਹ ਲੈਣੀ ਹੈ ਤੇ ਫਿਰ ਕਦੀ ਪੈ ਗਿਆ ਤਾਂ ਪੈ ਗਿਆ ਹੁਣ ਦੇ ਆਪੇ ਕਹਿੰਦੀ ਮੋੜ ਮੁੜ ਕੇ ਐ ਵੀ ਹੋ ਜਾਂਦਾ ਫਿਰ ਉਹ ਤੇ ਡੂੜ ਕੇ ਟੱਕਾ ਨਾ ਖੁਰਕੀ ਗਿਆ ਉਹਨਾਂ ਕੋਲੇ ਕਿਹੜੇ ਪੈਸੇ ਦੇ ਕੇ ਸਹੀ ਗੱਲ ਆਪ ਦੀ ਕਾਦ ਵੇਖੇ ਨਾ ਬੰਦਾ ਵੀ ਮੈਂ ਕਿਹੜੀ ਘਟੀ ਆਣਾ ਸਹੀ ਗੱਲ ਹੁਣ ਸਾਡੇ ਘਰੇ ਅਲਟੋ ਘੜੀ ਆ ਆਪਾਂ ਅਲਟੋ ਵਾਲੇ ਹੈਗੇ ਆ ਉਹਦੇ ਜਤੇਲ ਵੀ ਪਵਾ ਲਾਂਗੇ ਮੋਟਰਸਾਈਕਲ ਆ ਤਿੰਨ ਆਪਣੇ ਕੋਲੇ ਰਿਪੇਅਰ ਵੀ ਕਰਾ ਲਾਂਗੇ ਇਹਦੇ ਵੀ ਰਿਪੇਅਰ ਕਰਾ ਲਾਂਗੇ ਦੋ ਮਹਾਰਾਜ ਨੇ ਟਰੈਕਟਰ ਦਿੱਤੇ ਆ ਵਧਗਾ ਜਾਨਵਰ ਆਪਣੇ ਕੋਲੇ ਕਾਰੋਬਾਰ ਆ ਪੂਰਾ ਆਪ ਦੀ ਮਿਹਨਤ ਕਰੀ ਆ ਜਿੰਨੇ ਕੁ ਜੋਗਰੇ ਹੈਗੇ ਉਹਨੇ ਕੁ ਜੋਗਰੇ ਹੈਗੇ ਜੇ ਆਪਾਂ ਐਵੇਂ ਆਪਦੇ ਰਿਸ਼ਤੇਦਾਰਾਂ ਨੂੰ ਵੇਖ ਕੇ ਲਿਆ ਕੇ ਫੋਰਚੂਨਰ ਠਾਲਦਗੇ ਮੁੜ ਕੇ ਉੱਥੇ ਲਾਲੇ ਦੇ ਨੱਚੀ ਜਾਵਾਂਗੇ ਚਾਰ ਪਸਾਰ ਉੱਥੇ ਉਹ ਕਰਾਈ ਜਾਊਗਾ ਡਾਂਸ ਇੰਨੇ ਵਧ ਕੇ ਗੁਰ ਸਹੀ ਗੱਲ ਆ ਉਹ ਗੱਲ ਇੱਕ ਗੱਲ ਹੋਰ ਵੀ ਭਾਈ ਆਪਣੇ ਮਤਲਬ ਆਮ ਤੌਰ ਤੇ ਜਿਹੜਾ ਮੰਜੀ ਨੂੰ ਮਹਾਜਣ ਕਰਾਉਣਗੇ ਜਾਂ ਬਾਣੀਆਂ ਕਰ ਦਿੰਦੀਆਂ ਮਤਲਬ ਇਹ ਨਹੀਂ ਕੋਈ ਘਰ ਪਾਉਣਾ ਜਿਹਦੇ ਕੋਲੇ 50 ਲੱਖ ਹੈ ਤੇ 40 ਲੱਖ ਦਾ ਕੰਮ ਵਿੜਦਾ 10 ਲੱਖ ਉੱਤੇ ਰੱਖਦਾ ਆਪਣੇ ਲੋਕ ਇਹ ਨਹੀਂ ਵੀ ਮਤਲਬ ਰੁਪਿਆ 10 ਲੱਖ ਹੁੰਦਾ ਤੇ ਕੰਮ 30 30 ਲੱਖ ਦੇ ਵਿੜ ਲੈਂਦੇ ਇਹ ਵੀ ਹੁੰਦਾ ਕਿ ਨਹੀਂ ਹੁੰਦਾ ਆਪਣੇ ਤਾਂ ਫਿਰ ਉਹ ਗਿੱਪੀ ਕਰ ਗੱਲ ਨਾ ਆਦਾ ਕਿ ਨਾ ਪਿੰਡ 'ਚ ਬੱਲੇ ਬੱਲੇ ਕਰਾਉਣੀ ਹੁੰਦੀ ਹੈ ਕਿਸ਼ਤ ਤਾਂ 6 ਮਹੀਨੇ ਦੀ ਆਉਣੀ ਹੁੰਦੀ ਹੈ ਆਪਣੀ ਸੋਚਣ ਸਕਤੀ ਪੁੱਠੀ ਹੈ ਹਾਂ ਜਿਹੜਾ ਮਹਾਜਣ ਬੰਦਾ ਉਹਦਾ ਦਿਮਾਗ ਪਹਿਲਾਂ ਕੰਮ ਕਰ ਜਾਂਦਾ ਆਪਣਾ ਕੰਮ ਨਹੀਂ ਆਪਾਂ ਦਾ ਜਿਉਂ ਠੇਡਾ ਖਾ ਕੇ ਡਿੱਗ ਪੈਂਦੇ ਆ ਉਦੋਂ ਅਗ ਲਾਉਂਦੀ ਆ ਫੇਰ ਐਵੇਂ ਬੈਠਾ ਕੰਦ ਤੇ ਉਂਗਲਾਂ ਜੇ ਆਏ ਕਰ ਲੈਂਦੇ ਨਾ ਉਦੋਂ ਤਾਂ ਚੱਕੀ ਕਰ ਲੈਂਦੀ ਹੁਣ ਜੇ ਨਹੀਂ ਹੁਣ ਜੱਜਾ ਨਹੀਂ ਫੜੀਦਾ ਬਾਅਦ ਚ ਨਹੀਂ ਹੱਥ ਆਉਂਦਾ ਬਾਅਦ ਚ ਨਹੀਂ ਹੱਥ ਆਉਂਦਾ ਹੂੰ ਇਹ ਤਾਂ ਬਸ ਟਾਈਮ ਹੀ ਹੁੰਦਾ ਮੌਕਾ ਹੀ ਐਂ ਇੱਥੇ ਆ ਕੇ ਲੋਕਾਂ ਟਾਂ ਖਾਂਦੇ ਆ ਬਾਈ ਮੇਰਾ ਇਹੀ ਆ ਲੋਕਾਂ ਨੂੰ ਮੈਸੇਜ ਇੱਕ ਤਾਂ ਕਹੇ ਦੀ ਬਈ ਰੀਸ ਨਾ ਕਰੋ ਜੇ ਆਪ ਦਾ ਕੱਚਾ ਤਾਂ ਕਹਦੇ ਕੁਠੀ ਪਈ ਉਹਨੂੰ ਵੇਖ ਕੇ ਟਾਓ ਨਾ ਤੇਰਾ ਦਾ ਕੱਚੇ ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਕੀ ਅੱਗ ਲਾਵਾਂ ਮਹਿਲਾਂ ਨੂੰ ਮਹਿਲਾਂ ਨੂੰ ਉਹ ਇੱਕ ਯਾਰ ਦੀ ਕੁੱਲੀ ਬਸ ਸੁਰਗ ਦਾ ਝੂਟਾ ਹੀ ਆ ਸਹੀ ਹੈ ਕਿਸੇ ਦੀ ਰੀਸ ਨਾ ਕਰੋ ਆਪ ਦਾ ਕੰਮ ਕਰਨਾ ਆਪ ਦੇ ਹਿਸਾਬ ਨਾਲ ਕਰੋ ਕਿਸੇ ਦੇ ਮਗਰ ਨਾ ਲੱਖੋ ਜਿਹੜਾ ਸ਼ੌਂਕ ਆ ਉਹ ਕਰ ਲਓ ਪੂਰਾ ਹੂੰ ਕਿਉਂ ਜ਼ਿੰਦਗੀ ਇੱਕ ਵਾਰ ਹੀ ਆ ਮੁੜ ਕੇ ਦੁਬਾਰਾ ਕੋਈ ਮੁੜ ਕੇ ਆਇਆ ਮੈਂ ਤਾਂ ਵੇਖਿਆ ਨਹੀਂ ਆ ਇੱਥੇ ਨਹੀਂ ਆਉਂਦਾ ਜੇ ਤੇਰੇ ਕੋਈ ਮਨਚਾ ਸ਼ੌਂਕ ਆ ਤਾਂ ਬਗਾਲਾ ਸਹੀ ਜੇ ਕੁਝ ਹੈ ਨਹੀਂ ਤਾਂ ਵੇਲਾ ਰੋਟੀਆਂ ਖਾ ਕੇ ਪਹਿ ਜਾ ਜੇ ਕੰਮ ਹੈਗਾ ਤਾਂ ਖੇਤ ਕੰਮ ਕਰ ਲੈ ਨੀ ਪਹਿ ਜਾ ਹੁਣ ਤਾਂ ਭਾਈ ਸੱਤ ਚ ਜਾਣਾ ਮਾੜੀ ਗੱਲ ਆ ਉੱਥੇ ਵੀ ਲੜਾਈ ਆ ਕਿਉਂ ਉੱਥੇ ਐਵੇਂ ਜਤਾਈ ਕਰੀ ਜਾਂਦੇ ਜਿਹੜੇ ਪਿੰਡ 'ਚ 4-5 ਬੰਦਿਆਂ ਦੀ ਡਿਊਟੀ ਲਈ ਯਾਰ ਆਪਣੇ ਵੀ ਤੁਸੀਂ ਲੋਕਾਂ ਨਾਲ ਜਿਤਨੇ ਹੀ ਆ ਅੱਛਾ ਹਾਂ ਉਹ ਵੀ ਡਿਊਟੀ ਲੱਗੀ ਹੁੰਦੀ ਐ ਕਮਰਾਜ ਕੰਦਿਆਂ ਹਾਂ ਵੀ ਤੜਕੇ ਦੋ ਕਾਟ ਮਾਰ ਪੋਸਟ ਤੇ ਤੇ ਜਾ ਕੇ ਲੋਕਾਂ ਨਾਲ ਬੈਂਸ ਕਰੀ ਜਾਂ ਉਹਨਾਂ ਨੇ ਨਹੀਂ ਮੰਨਣਾ ਜੇ ਬੱਕਰੀ ਨੂੰ ਉੱਠੋ ਗਿਆ ਤਾਂ ਆਖਣਗੇ ਉੱਠੀ ਆ ਤੈਨੂੰ ਮੰਨਣਾ ਪਊਗਾ ਉਹਨਾਂ ਦਾ ਦਿਮਾਗ ਹੀ ਇੰਨਾ ਫ੍ਰੈਸ਼ ਹੁੰਦਾ ਜਿਵੇਂ ਜਿਦਾਈ ਨੂੰ ਤਗੜੇ ਫ੍ਰੈਸ਼ ਦਿਮਾਗ ਹਾਂ ਉਹ ਪੰਜ ਕੁ ਬੰਦਿਆਂ ਦੀ ਪਿੰਡ 'ਚ ਹਰੇਕ ਪਿੰਡ-ਪਿੰਡ ਹੀ ਡਿਊਟੀ ਲਾਈ ਆ ਹਰੇਕ ਦੀ ਗੱਲ ਇਕੱਠੀ ਕਰ ਕੇ ਨੇ ਆ ਗਏ ਉੱਥੇ ਲੋਕਾਂ ਨੂੰ ਸੁਣਾਉਣੀ ਹਾਂ ਉਹਨਾਂ ਨੂੰ ਕਹਿੰਦੇ ਆ ਪਿੰਡ ਦੇ ਚੁਗਲਖੋਰ ਚੁਪੜੀ ਘਰ ਇਹੋ ਲਈ ਗੱਲ ਉੱਥੇ ਗੱਲਾਂ ਆਉਂਦੀ ਐ ਦੋ ਸੱਤਾਂ ਨਾਲ ਜੁੜੀ ਘਰੀ ਘਰੇ ਤੇ ਚੁਗਲੀ ਘਰੀ ਆ ਭਾਈ ਉੱਥੇ ਐਵੇਂ ਇੱਕ ਦੂਜੇ ਦਾ ਕਾਕਾਛਾ ਨਹੀਂ ਜਾਂਦੇ ਕੋਈ ਗੱਲ ਆ ਯਾਰ ਜੇ ਕਹਦਾ ਤੀ ਪੁੱਤ ਤਰੱਕੀ ਕਰਦਾ ਤੁਹਾਨੂੰ ਸ਼ਾਬਾਸ਼ ਦੇ ਉਹ ਆਦੀ ਮਿਹਨਤ ਕਰਕੇ ਆਇਆ ਯਾਰ ਮੂਰੇ ਤੇ ਇੱਥੋਂ ਤਾਂ ਕੋਈ ਨਹੀਂ ਕੋਇਆ ਜੇ ਕਹ ਇਹਨੇ ਕੋਈ ਸੰਧ ਲਿਆ ਤਾਂ ਉਹਨੇ ਤਾਂ ਇੱਥੋਂ ਤਾਂ ਕੋਈ ਨਹੀਂ ਲਿਆ ਯਾਰ ਭਵੇਂ ਆਪਦੇ ਨੇ ਕਿਸ਼ਤਾਂ ਵੜਾਂਗਾ ਉਹਨੇ ਕੋ ਕੀਤਾ ਆਪਦਾ ਸੰਧ ਲਿਆ ਰੋਟੀ ਖਾਊਗਾ ਸਹੀ ਹੈ ਰੱਜ ਕੇ ਉਹਦੇ ਕੰਨੀ ਵੇਖੇ ਮੁੜ ਕੇ ਵੇ ਦੰਦ ਗੱਡੀ ਜਿੰਦੀ ਕੀੜੇ ਬਿੰਡੇ ਨਾ ਕਿਹਾ ਬਹਾਗਰੀ ਜਾਂਦੇ ਆਹ ਕਾ ਦੀ ਡਿਊਟੀ ਲਈ ਆ ਕਿਹੜਾ ਬਾਬਾ ਹਾਂ ਭਾਈ ਇਹੀ ਡਿਊਟੀ ਲੱਗੀ ਐ ਪੰਜ ਪੰਜ ਸ਼ੀਸ਼ੀ ਬੰਦੇ ਹਰੇਕ ਪਿੰਡ ਹੈਗੇ ਕਈ ਦਾ ਪੱਤਗਾ ਜੀ ਇਹ ਪਿੰਡ ਚ 20 20 ਚ 40 40 ਬੰਦੇ ਹੈਗੇ ਆ ਮੈਨੂੰ ਕਈ ਆ ਆ ਦਿੰਦੇ ਆ ਐਵੇਂ ਲੱਗਿਆ ਪਿਆ ਰਹਿੰਦਾ ਉੱਥੇ ਇੰਟਰਵਿਊ ਆਣਿਆ ਕੋਲੇ ਹੂੰ ਜੇ ਯਾਰ ਕੋਈ ਆ ਗਿਆ ਭਰਾ ਗੱਲਾਂ ਸੁਣਨ ਤਾਂ ਉਹ ਚਾਰ ਸੁਣਾ ਦਿੰਗਾ ਤਾਂ ਮੇਰਾ ਕੀ ਘਾਜੂ ਯਾਰ ਸਹੀ ਗੱਲ ਆ ਮੇਲਾ ਵੀ ਮਪੈਣਾ ਹੀ ਆ ਜੇ ਕੁ ਕਾਮਾ ਦਾ ਖੇਤ ਮੈਂ ਜਾ ਕੇ ਕੰਮ ਕਰ ਲੂੰਗਾ ਇਹ ਲੋਗ ਗੱਲਾਂ ਖੰਦ ਕਰਦੇ ਤਾਂ ਹੀ ਜੇ ਲੋਗ ਗੱਲਾਂ ਬਾਈ ਸਾਰਾ ਪੰਜਾਬ ਸੁਣਦਾ ਤਾਂ ਫੇਰ ਹੀ ਮੈਨੂੰ ਆ ਤਨੋਂ ਘਟੋ ਘਟ ਸੌ ਫੋਨ ਆਉਂਦਾ ਸਹੀ ਯਾਰ ਜੇ ਕੋਈ ਆਪਣੀਆਂ ਗੱਲਾਂ ਜਤਨ ਤਤਪਾ ਕਰਦੇ ਆ ਸਹੀ ਹੈ ਸਹੀ ਹੈ ਸਹੀ ਆ ਲੋਕ ਪਿਆਰ ਕਰਦੇ ਲੋਕਾਂ ਨੂੰ ਬਈ ਮੈਸੇਜ ਤਾਂ ਚੰਗਾ ਪਰ ਲੋਕ ਨਹੀਂ ਸਮਝਦੇ ਭਰਾ ਨਹੀਂ ਸਮਝਦੇ ਨਹੀਂ ਸਮਝਦੇ ਇੱਕ ਕਰੋੜ ਰੁਪਏ ਜਿਵੇਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਤਲਾਕਾਂ ਦੀ ਹੁਣ ਭਰਾਵਾਂ ਦਾ ਵੀ ਆਪਸ ਦੇ ਵਿੱਚ ਘਟਦੇ ਰਿਹਾ ਵੀ ਅੱਗੇ ਵਾਈ ਵੇ ਭਰਾਜਾ ਭਰਾ ਹੁੰਦੇ ਬੜੇ ਬੜਾ ਲਾਮਾ ਘਟ ਘੱਟੇ ਰਹੀ ਜਾਂਦੇ ਕਰੀ ਜਾਂਦੇ ਜਿਹੜੇ ਭਾਈ ਉਦੋਂ ਪੰਜ ਪੰਜ ਭਰਾ ਸੀਗੇ ਨਾ ਉਦੋਂ ਪੰਜਾਂ ਚੋਂ ਇੱਕ ਹੀ ਵਿਆਹ ਹੁੰਦਾ ਸੀਗਾ ਉਹ ਠਗ ਠਗਾ ਚੱਲੀ ਜਾਂਦਾ ਸੀਗਾ ਪਰ ਦੂਜੇ ਚਾਰ ਛੜੇ ਖੇਤ ਵਟਾਂ ਵੱਢੀ ਜਾਂਦੇ ਸੀਗੇ ਨਾਲੇ ਘਰੇ ਕਬੀਲਦਾਰੀ ਸਾਹ ਦਾ ਨਾਲੇ ਜਵੇਂ ਪਾਲ ਲੈਂਦਾ ਸੀ ਹਾਂ ਹੁਣ ਚਾਰੇ ਪੰਜੇ ਵਾਇਏ ਹੁੰਦੇ ਆ ਹੂੰ ਉਹ ਸੀਲ ਗੁਕੜਾਂ ਨੂੰ ਗੁੱਡੇ ਜਿ ਲੜੀ ਜਾਂਦੇ ਆ ਹਾਂ ਜੇ ਚੱਟ ਦਾ ਕਾਰੋਬਾਰ ਹੈ ਜੇ ਇਕੱਠੇ ਹੋ ਗਿਆ ਥਨੇ ਵਹਿਗੇ ਇੱਕ ਤਾਂ ਬਿਗ ਲੱਗਿਆ ਲੜਾਈ ਪੱਕਾ ਬਊਗੀ ਹੂੰ ਜਦ ਆਥ ਨੇ ਖੰਡ ਜਾਣ ਫੇਰ ਚੰਗੀ ਗੱਲ ਆ ਇੱਕ ਜਿਹੜਾ ਬੰਦਾ ਘਰ ਵਾਲੀ ਮਗਰ ਲੱਗ ਗਿਆ ਉਹਦਾ ਕੰਮ ਨਹੀਂ ਚੱਲਦਾ ਹਾਂ ਕਿਉਂ ਬੁੜੀਆਂ ਨੂੰ ਆਦਤ ਹੀ ਹੁੰਦੀ ਇਹਨਾਂ ਨੂੰ ਪਤਾ ਨਹੀਂ ਕਹਿੰਦੀ ਕੀ ਗੱਲ ਹੈ ਇਕੱਠੀਆਂ ਪਕਾ ਕੇ ਖੁਸ਼ ਨਹੀਂ ਰਹਿੰਦੀਆਂ ਵੱਡੋ ਵੱਟ ਪਕਾਉਂਦੇ ਇਹਨਾਂ ਨੂੰ ਸਵਾਦ ਬਹਲਾ ਆਉ ਕੰਮ ਕਰਕੇ ਨਹੀਂ ਖੋਸ਼ ਇਕੱਠੀਆਂ ਕੰਮ ਕਰੀ ਕਦੇ ਵਾਸਤੇ ਵੇਖ ਲਈ ਬੰਦਿਆਂ ਕੰਦ ਨੂੰ ਲੜ ਕੇ ਅਟਣਾ ਹੋਣਗੇ ਬੁੜੀਆਂ ਹੀ ਅਟਕਣਗੀਆਂ ਕਈ ਮੇ ਪਰਿਵਾਰ ਵੇਖੇ ਪਿੰਡਾਂ ਚ ਹਜੇ ਰੋਟੀ ਟੋਕਾ ਆਡਾ ਵਾਈ ਇਕੱਠੀ ਐ ਹਮ ਇਹ ਮੁੜਕੇ ਦਾ ਮਾੜੀ ਮਾੜੀ ਗੱਲ ਤੇ ਮੇਨਾ ਮਕੇ ਲੱਗ ਵੰਦ ਗੱਲ ਲੈ ਮੇਰੇ ਕੰਨੀ ਕਰਕੇ ਉਹਨੇ ਪਾਣੀ ਡੋਲਿਆ ਲੀੜੇ ਧੋਣ ਆਲਾ ਦਾ ਵੇਖ ਲੈ ਮੇਰੇ ਪੈਰ ਤੇ ਪੈ ਗਿਆ ਲੈ ਵੀ ਦੱਸ ਤੇਰੇ ਪੈਰ ਤੇ ਕਾਸਟ ਕੱਟ ਪੈ ਗਿਆ ਜੇ ਤੂੰ ਤੇਰਾ ਪੈਰ ਮੱਚ ਜੂਗਾ ਉਹ ਮਣੀ ਮਣੀ ਗੱਲ ਤੇ ਗੁੱਸਾ ਕਰੀ ਜਾਂਦੇ ਉਹ ਹੀ ਵਧਾਈ ਜਾਂਦੇ ਆਥਨੇ ਆਏ ਘਰੇ ਬੰਦੇ ਨੂੰ ਪਰਦੇ ਨਾਲ ਦੇ ਵੇਖੀ ਮੇਰੇ ਕੰਨੀ ਕਨੱਖਾ ਝਾਕਦੀ ਸੀ ਮੈਨੂੰ ਵੇਖ ਵੇਖ ਕੇ ਬੋਕਰ ਕਸ ਕਸ ਕੇ ਮਾਰੇ ਕਸ ਕਸ ਕੇ ਉਹਨੇ ਥੱਲੇ ਮਾਰੀ ਆ ਤੈਨੂੰ ਤਾਂ ਨਹੀਂ ਉਹਨੇ ਕੋਸ ਆਖਿਆ ਬਹੁਤ ਟੁਕਾ ਕੋਣ ਪਕਾਈ ਜਾਂਦੀਆਂ ਖੀਰ ਤੇ ਉਦੋਂ ਆ ਕੇ ਕੁਝ ਹੁੰਦਗਾ ਮੁੜ ਕੇ ਕਰ ਦਿੰਦੀਆਂ ਫੋਣ ਮੰਮੀ ਮੈਂ ਰੋਟੀ ਆਟੇ ਘਰ ਲਈ ਮੈਨੂੰ ਕੀ ਦੇਕੇ ਜਾਊਂਗਾ ਮਸ਼ੀਨ ਕੇ ਫਰਿੱਜ ਫਿਰ ਤਾਂ ਪੇਕਾ ਤੋਂ ਦੂਰੀ ਅਰਦਾਸ ਫੇਰ ਭਾਲਦੀਆਂ ਇਹ ਆਮ ਜ਼ਿੰਦਗੀ ਦੀਆਂ ਗੱਲਾਂ ਬਾਈ ਦੇ ਗਿਆ ਜਿਹੜੇ ਮੇਰੇ ਤਤ ਕੱਢੇ ਐ ਸਾਡੇ ਪਿੰਡ ਹੀ ਸੀਗੀ ਇੱਕ ਸਾਡੀ ਪਰਜਾਇਆਂ ਦੇ ਥਾਂ ਸੀਗੀ ਉਹ ਪਹਿਲਾਂ ਹੀ ਆਖਿਆ ਕਰੇ ਵਿਆਹ ਨੂੰ ਵਜੇ 6 ਮਹੀਨੇ ਮੈਨੂੰ ਅੱਠ ਰੋਟੀ ਪਕਾਉਣ ਦਾ ਬਹੁਤ ਚਾ ਹੁਣ 9 ਮਹੀਨੇ ਕੰਮ ਚੱਲਣ ਦਿੱਤਾ ਵਾ ਤੋਂ ਮਗਰੋਂ ਮਾ ਦੀਦੀ ਨੇ ਅੱਡ ਪਕਾ ਕੇ ਛੱਡ ਗਣਾ ਇਹ ਪਿੰਡਾਂ ਚ ਹੈਗਾ ਬੁੜੀਆਂ ਐ ਟੀਂ ਸਹੀ ਹੈ ਬੰਦੇ ਭਰਾ ਨਹੀਂ ਕਦੇ ਅੱਡ ਹੋਏ ਭਰਾਵਾਂ ਦਾ ਕੋਈ ਨਹੀਂ ਵੰਡਿਆ ਹੁੰਦਾ ਪਹਿਲਾਂ 20 21 22 ਸਾਲ ਇਕੱਠਿਆਂ ਦੀ ਇੱਕ ਥਾਲੀ ਜੀ ਰੋਟੀ ਖਾਦੀ ਹੁੰਦੀ ਹੈ ਸਹੀ ਹੈ ਜਦੋਂ ਬਗਾਨੀਆਂ ਧੀ ਆ ਜਾਂਦੀਆਂ ਉਦੋਂ ਆ ਕੇ ਸਾਰਾ ਖਖੜੀ ਗਰੀ ਦੇ ਕਰ ਦਿੱਤਾ ਗਾ ਜੇ ਕਿ ਸੇ ਚੰਗੇ ਲਾਣੇ ਦੀਆਂ ਆਂਗੀਆਂ ਖਾਨਦਾਨ ਦੀਆਂ ਇਕੱਠ ਨਿਭ ਗਿਆ ਫਿਰ ਪਿੰਡਾਂ ਚ ਗੱਲਾਂ ਹੋਣ ਲਾ ਦਿੰਦੀਆਂ ਵੀ ਫਲਾਣ ਦੇ ਸਰਦਾਰ ਸਿਆਂ ਦਾ ਇਕੱਠ ਆ ਤੇ ਫਲਾਣੇ ਦਾ ਇਕੱਠ ਆ ਹੈ ਸੂਈ ਇੱਕ ਗੱਲ ਸਾਰੀ ਮੇਨ ਆਦੇ ਤਾਂ ਹੁੰਦੇ ਬੁੜੀ ਸੂਈ ਨਾਲ ਪੱਟ ਤੋਂ ਬੰਦੇ ਤੋਂ ਕਈ ਨਾਲ ਨਹੀਂ ਪੱਟੀ ਹਮ ਬੁੜੀ ਘਰ ਬੱਟਨ ਤੇ ਆਵੇ ਬਈ ਸੂਈ ਨਾਲ ਪੱਟ ਦਿੰਦੀ ਤੇ ਜੇ ਬੰਦਾ ਕੰਗਾ ਮਰੀ ਜਾਵੇ ਦਾਣੀ ਬੱਟੀ ਤੇ ਮੇਨ ਤਾਂ ਕੰਮ ਬੁੜੀ ਤੋਂ ਚੱਲਣਾ ਕਰ ਕਿਉਂ ਬੁੜੀ ਦੀ ਕੁੰਜੀ ਘਰ ਦੀ ਬੁੜੀ ਆ ਜੇ ਨੂੰ ਸਹੀ ਆ ਮਾਦਾ ਦੇ ਨਵਾਂ ਬੀਬੀਆਂ ਪਣਾ ਜਿਹੜੀਆਂ ਹੋਣ ਵਾਲੀ ਟਾਈਮ ਦੀਆਂ ਕੁੜੀਆਂ ਇਹਨਾਂ ਨੂੰ ਇਹ ਹੀ ਮਤ ਦਿੰਨਾ ਵੀ ਕੱਠ ਨਾਲ ਦੀ ਰੀਤ ਨਹੀਂ ਜੇ ਬਾਈ ਆਪਾਂ ਕੱਟੇ ਆ ਇੱਕ ਜਾਨੇ ਤੇ ਕੋਈ ਰਿਸ਼ਤੇਦਾਰੀ ਚ ਮਰਗਸ਼ਰਗ ਹੋ ਗਈ ਜਾਂ ਕੋਈ ਗਮੀ ਸ਼ਾਦੀ ਕਿਵੇਂ ਵੀ ਪ੍ਰੋਗਰਾਮ ਆ ਗਿਆ ਆਪਾਂ ਘਰੇ ਬੇ ਫਿਕਰੇ ਹੋ ਕੇ ਛੱਟ ਜਾਗੇ ਸਹੀ ਆ ਵੀ ਆਪਣੇ ਹੈਗੇ ਸੰਭ ਲੈਣਗੇ ਤੇ ਜੇ ਆਪਾਂ ਟੋਆਟਾ ਤੇ 4 ਵਜੇ ਫਿਕਰ ਹੋ ਜੂਗਾ ਵੀ ਜਾ ਕੇ ਪਸ਼ੂਆਂ ਨੂੰ ਪੱਠੇ ਪਾਉਣੇ ਆ ਪਾਣੀ ਪਿਉਣਾ ਉਧਰੋਂ ਬੁੜੀ ਨੂੰ ਫਿਕਰ ਹੋ ਜੂਗਾ ਵੀ ਰੋਟੀ ਪਕਾਉਣੀ ਆ ਧਰਾਂ ਗੱਡਣੀਆਂ ਹੂੰ ਤੇ ਜੇ ਕੱਠਿਆਂ ਤਾਂ ਆਪਣਾ ਫਿਕਰ ਕੋਈ ਨਹੀਂ ਭਾਵੇਂ ਦੂਰ ਆਤਾਂ ਲਾਇਆ ਸਹੀ ਗੱਲ ਕੱਠ ਨਾਲ ਦੀ ਤਾਂ ਰੀਸ ਨਹੀਂ 10211 ਥਵਾਕ ਬਣਾ ਕੇ ਰੱਖੋ ਥਵਾਕ ਨਾਲ ਦੀ ਰੀਸ ਕੋਈ ਨਹੀਂ ਥਵਾਕ ਨਾਲ ਰੀਸ ਅਰੇ ਇਹ ਗੱਲਾਂ ਵੀ ਆਫਸ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਮਤਲਬ ਇਹ ਹੁਣ ਉਹ ਤੇਰੀ ਵਾਲੀ ਗੱਲ ਬਈ ਉਹੀ ਹੈ ਨਾ ਪਹਿਲਾਂ ਮਤਲਬ ਵਿਆਹ ਘਟ ਹੁੰਦੇ ਸੀ ਤੇ ਬੰਦਾ ਲੜਾਈ ਘਟ ਹੁੰਦੀ ਸੀ ਨਾ ਹਾਂ ਲੜਾਈ ਚੱਲਦੀ ਬੁੜੀਆਂ ਤੇ ਹੁੰਦੀ ਹੈ ਬਈ ਮੇਰੇ ਤਾਂ ਤਤ ਕੱਢੇ ਆ ਭਾਵੇਂ ਬੀਬੀਆਂ ਪਹਿਣਾ ਕਈ ਗੁੱਸਾ ਹੀ ਮੰਨਣਗਾ ਕਈ ਦਾ ਮੇਰੀ ਵੇਖ ਕੇ ਵੀਡੀਓ ਕੱਟ ਜਾਣਗੇ ਕਿੱਥੇ ਮਰੀ ਜਾਂਦਾ ਪਕਾਈ ਸਾਡੇ ਦੇ ਤਵਾ ਬੰਨੀ ਬੈਠਾ। ਇਹੋ ਪਤਾ ਨਹੀਂ ਮਾਤ ਕੋ ਤੀਉ ਕੰਮ ਹੀ ਸਾਰਾ ਤੁਸੀਂ ਖਿਲਾਰ ਦਿੰਿਆ। ਹਾਂ ਜਿੱਥੇ ਪੜੂਣਾ ਦੀ ਬੰਨ ਲੱਕ ਵੀ ਮੇਰੇ ਕਾ ਮਾਮਾਗਾ ਸੀਗਾ ਦੋ ਇੱਕ ਹੌਣ ਗੁਜਰ ਗਈ ਇੱਕ ਹੈਗੀ ਉਹਨਾਂ ਨੇ ਮਾਦਿਆਂ ਧੀਆ ਨੇ ਸਾਰੀ ਉਮਰ ਇਕੱਠੇ ਹੀ ਕੰਮ ਕਰਿਆ ਅਜੇ ਵੀ ਧਵਾ ਕਰ ਉਹਨਾਂ ਦਾ। ਕਾ ਪੋਤਰਿਆਂ ਵਾਲੀਆਂ ਆਉ ਕੇ ਮਾਰਦੀਆਂ। ਇੱਕ ਤਾਂ ਪੋਤਰੇ ਪੜੋਤਿਆਂ ਵਾਲੀਆਂ ਇੱਕ ਤਾਂ ਮਮੀ ਗੁਜਰ ਗਈ ਇੱਕ ਅਜੇ ਹੈਗੀ। ਉਹਨਾਂ ਨੇ ਦੋਵਾਂ ਨੇ ਦਰਾਨੀ ਚਠਾਣੀ ਨੇ ਇਕੱਠੀਆਂ ਨੇ ਰੋਟੀ ਬਗਾਉਣੀ ਇਕੱਠੀਆਂ ਨੇ ਕੱਪੜੇ ਧੋਣੇ ਇਕੱਠੀਆਂ ਨੇ ਕੋਈ ਕੰਮ ਕਰਨਾ ਇਕੱਠੀਆਂ ਨੇ ਉਹ ਸੀਗੇ ਥਵਾਕ ਅੱਗੇ ਬਈ ਲੋਕਾਂ 'ਚ ਮੋਹ ਪਿਆਰ ਸੀਗਾ ਹੁਣ ਮੋਹ ਪਿਆਰ ਨਹੀਂ ਹੁਣ ਤਾਂ ਗੁੱਸਾ ਗੁੱਸਾ ਹੁਣ ਤਾਂ ਆਪਣੇ ਪੰਜਾਬ 'ਚ ਪਛਵੀ ਸਭਿਆਚਾਰ ਚੱਲ ਪਿਆ ਯਾਰ ਪੰਜਾਬ ਤੋਂ ਪੰਜਾਬ ਰਹੀ ਨਹੀਂਗੇ ਅਛਵੀ ਸਭਿਆਚਾਰ ਹਾਂ ਹੁਣ ਤਾਂ ਉਹ ਜਿਹੜਾ ਹਿੰਦੀ ਫਿਲਮਾਂ ਵਾਲਾ ਮੂਵੀ ਵਾਲਾ ਨਾ ਕੁੜਨੋਂ ਨਾ ਉਹੇਕੀ ਉਹੇ ਕਰੀ ਜਾਂਦੀਆਂ ਹਾਂ ਅੱਗੇ ਕਦੇ ਕੋਈ ਪਿੰਡਾਂ ਦੀ ਕੁੜੀ ਜੀਨ ਟੌਪਾਂ ਦੀ ਵੇਖੀ ਸੀ ਹੁਣ ਆਵੀ ਬਾਈ ਫਿਰਦ ਨਹੀਂ ਹਮਮ ਉਹ ਤਾਂ ਮੇਲਾ ਦਾ ਹੋਰ 6 ਮਹੀਨੇ ਸਾਢੇ ਲਾਉਣ ਲੱਗਣਗੇ ਜਿਹੜੇ ਹਿਸਾਬ ਨਾਲ ਕੰਮ ਚੱਲ ਜੀ ਜਾਂਦਾ ਉਹ ਹਿੰਦੀ ਐਕਟਰ ਦੀਆਂ ਸਾਢੇ ਲਾਉਂਦੇ ਮੈਂ ਸਾਢੇ ਇਹ ਲਾਇਆ ਕਰਦਾ ਸਾਢੇ ਤੋਂ ਵੀ ਹਾਂ ਤਾਂ ਗਾ ਕੰਮ ਹੋ ਗਿਆ ਨਾ ਕੱਲ ਤਾਂ ਬਈ ਕੰਮ ਇਹ ਇਹ ਕੱਲਾ ਮੂਰੇ ਆਉਣੀਆਂ ਹੌਲੀ ਹੌਲੀ ਟਾਈਮ ਬੈਠ ਕੇ ਆ ਇੰਸਟਾਗ੍ਰਾਮ ਤੇ ਵੀ ਇਹੋ ਜਿਹਾ ਕਿ ਵੀ ਇੰਸਟਾਗ੍ਰਾਮ ਤੇ ਤਾਂ ਬਈ ਫੇਮ ਸੌਣਦਿਆਂ ਮਾਰੀਆਂ ਕਹੀ ਤਾਂ ਮਾਰੀਆਂ ਤੇ ਇਹ ਕੱਪੜੇ ਜਮਾਦੇ ਪਾਉਂਦੀਆਂ ਫੇਮ ਸੌਣਦਿਆਂ ਮਾਰੀਆਂ ਬਸ ਹੋਰ ਉਹਦੇ ਤੇ ਕੀ ਹੈ ਕੋਈ ਇੰਸਟਾਗ੍ਰਾਮ ਤੋਂ ਕਮਾਈ ਤਾਂ ਨਹੀਂ ਬਸ ਇੱਕ ਅਸੀਂ ਫੇਮ ਸੋ ਜਗੇ ਬਈ ਫੇਂਸ ਦਾ ਚੱਕਰ ਆ ਲੋਕਾਂ ਨੂੰ ਜੇ ਫੇਂਸ ਹੋਣਾ ਤਾਂ ਤੂੰ ਤੈਨੂੰ ਮਹਾਰਾਜ ਨੇ ਕਰਨਾ ਕੋਈ ਤੇਰਾ ਕਾਲਾ ਰਗ ਰੰਗਣੀ ਇਸ ਦੇ ਸ਼ੂਟ ਕਰਦਾ ਕੋਈ ਗੋਰਾ ਨਹੀਂ ਕਰਦਾ ਕੋਈ ਤੂੰ ਉੱਚਾ ਨਹੀਂ ਸ਼ੂਟ ਕਰਦਾ ਕੋਈ ਮਧਰਾ ਨਹੀਂ ਸ਼ੂਟ ਕਰਦਾ ਜੇ ਫੇਂਸ ਹੋਣਾ ਤਾਂ ਤੂੰ ਹੋਈ ਜਾਣਾ ਦੁਗਾਂ ਤੇ ਸਹੀ ਆ ਇਹਦਾ ਮਹਾਰਾਜ ਆ ਜੀ ਦਾ ਬਾਹ ਫੜੇ ਕਿ ਨਹੀਂ ਇੱਥੇ ਫੇਂਸ ਹੋਣ ਦੀਆਂ ਮਾਰੀਆਂ ਮਾਂਦੀਆਂ ਤੀਆਂ ਤੈਨੂੰ ਪਤਾ ਹੀ ਹੈ ਕਿਵੇਂ ਸ਼ਾਰਟ ਕੱਪੜੇ ਪਾਉਂਦੀਆਂ ਇਹ ਗਲਤ ਗੱਲਾਂ ਬਾਈ ਇਹ ਹੁਣ ਤਾਂ ਸ਼ਾਰਟ ਕੱਪੜੇ ਜਵਾਨੀ ਦਾ ਦੌਰ ਆ ਬਾਈ ਜਾਂਦੀਆਂ ਗਾਂਝੇ ਜਿਹੜੀ ਕੇਰਾ ਨੈਟ ਤੇ ਚੀਜ਼ ਪੈ ਗਈ ਉਹ ਡਿਲੀਟ ਤਾਂ ਹੁੰਦੀ ਨਹੀਂ ਨਾ ਉਹਦਾ ਰਿਕਾਰਡ ਹੋਇਆ ਰਿਕਾਰਡ ਹੋ ਜਾਂਦਾ ਗਾਂ ਜਦੋਂ ਉਹਨਾਂ ਦੇ ਕੁੜਗਾਂ ਨੇ ਵੇਖੀਆਂ ਫਿਰ ਉਹ ਉਹਨਾਂ ਨੂੰ ਕੀ ਆਖਣੀਆਂ ਹੂੰ ਇੱਕ ਇੱਕ ਬਈ ਇੱਕ ਬਈ ਇਹ ਵੀ ਬੜਾ ਹੋ ਗਿਆ ਨਾ ਆਯਾਤੀ ਤਾਂ ਹੀ ਬੜਾ ਹੋ ਗਿਆ ਹੁਣ ਰੇਕ ਕਹਦੇ ਵੀ ਮੇਰੀ ਜ਼ਿੰਦਗੀ ਆ ਨਾ ਇਹ ਵੀ ਬਹੁਤ ਹੋ ਗਿਆ ਨਾ ਕੋਈ ਗਲਤ ਆ ਨਾ ਹਾਂ ਅੱਕੇ ਜਿਹੜਾ ਪੁਰਾਣਾ ਸੱਭਿਆਚਾਰ ਸੀਗਾ ਉਹ ਸਾਰਾ ਖਤਮ ਇਸੇ ਕਾਰਨ ਨਹੀਂ ਹੋਇਆ ਨਾ ਪੁਰਾਣੇ ਬੰਦੇ ਹਜੇ ਪੁਰਾਣੀਆਂ ਬੁੜੀਆਂ ਸੌ ਸ਼ਰਮ ਮਾਨਦੀਆਂ 90 ਸਾਲ ਦੀ ਬੁੜੀ ਹੰਦੀ ਹੈ ਜੇ ਉਹਦਾ ਦਿਔਰ ਜੇਠ ਜਾਂਦਾ ਹੋਵੇ ਹਜੇ ਪ੍ਰਾਣੀ ਬੁੜੀ ਐ ਘੁੰਡ ਕਰੂਗੀ ਨਾ ਹੂੰ ਸੋਣ ਵਾਲੀਆਂ ਕਰਦੀਆਂ ਹੀ ਨਹੀਂ ਹੁਣ ਆਲਾ ਤਾਂ ਇੱਕ ਬਾਈ ਸੰਤੂ ਦਾ ਨਹੀਂ ਜਿਹਨਾਂ ਲਾਵਾਦ ਵਾਲੇ ਦਾ ਗੀਤ ਆਦਾ ਸੌਰੇ ਨੇ ਛਕਿਆ ਅੰਮ੍ਰਿਤ ਹੂੰ ਤੇ ਇਹਦਾ ਬਹੂ ਰੱਖਦੀ ਪੋਨੀ ਆ ਹਾਂ ਉਹ ਤਾਂ ਪੋਨੀ ਰੱਖਦੀਆਂ ਬਾਈ ਪੋਨੀ ਦਾ ਹਾ ਦੋ ਕੁ ਸਾਲਾਂ ਨੂੰ ਪੋਨੀ ਵੀ ਰੱਖਣੋ ਹਟ ਜਾਣੀਆਂ ਕਹਿੰਦੇ ਪਟਿਆਂ ਚ ਹੀ ਆਇਆ ਕਰਨੀਆਂ ਇੰਨੀ ਯਾਦੀ ਹੁੰਦੀ ਜਾਂਦੀ ਹੈ ਇੰਨੀ ਯਾਦੀ ਗਲਤ ਹੈ ਗੱਲਾਂ ਸਹੀ ਨਹੀਂ ਸਹੀ ਹੈ ਸ਼ਰਮ ਹਜਾ ਵੀ ਕੋਈ ਗਹਿਣਾ ਨਾਰੀ ਦਾ ਸ਼ਰਮ ਹਜਾਈ ਗਹਿਣਾ ਹਾਂ ਜੇ ਕੋਈ ਮੰਨੇ ਤਾਂ ਜਿਹੜੇ ਅੱਜ ਤੋਂ 20 20 ਸਾਲ ਪਹਿਲਾਂ ਵਿਆਹ ਹੋਇਆ ਉਦੋਂ ਕੁੜੀਆਂਾਂ ਦੇ ਘੁੰਡ ਲਿਆ ਹੁੰਦਾ ਸੀ ਫੇਰ ਵਿਆਹ ਹੁੰਦਾ ਸੀਗਾ ਪਰ ਉਹ ਚ ਤੇ ਹੁਣ ਤਾਂ ਪੈਲ ਸੱਚ ਵਿਆਹ ਹੁੰਦਾ ਤੇ ਸਵਾਰ ਕੇ ਸੁਰਖੀ ਬਿੰਦੀ ਲਾ ਕੇ ਤੇ ਮੂੰਹ ਤੋਂ ਬੱਲਾ ਹਟਾ ਕੇ ਬਹਿ ਜਾਂਦੀਆਂ ਉੱਥੇ ਉਹ ਰਵਾਇਜੀ ਚੱਕ ਤੇ ਲੋਕਾਂ ਨੇ ਬਾਈ ਹੁਣ ਤਾਂ ਵਿਆਹ ਤੋਂ ਪਹਿਲਾਂ ਇੱਕ ਪ੍ਰੀ ਵੈਡਿੰਗ ਵੀ ਹੋ ਜਾਂਦੀ ਹੈ ਹਾਂ ਉਹ ਵਿਆਹ ਤੋਂ ਪਹਿਲਾਂ ਹੀ ਕੰਮ ਆ ਵੀ ਇਹ ਕਦੂਜੇ ਨੂੰ ਪਹਿਲਾਂ ਹੀ ਸਮਝ ਜਦੋਂ ਵੀ ਜੇ ਨਹੀਂ ਕੰਮ ਚੱਲਦਾ ਤਾਂ ਹੁਣੇ ਹੀ ਕੰਮ ਨਿਮੇੜ ਲਾਂਗੇ ਅਜੇ ਤਾਂ ਫੋਟੋ ਹੀ ਆ ਕਰ ਲੈਣ ਹਾਂ ਉਹ ਪ੍ਰੀ ਵੈਡਿੰਗਾਂ ਦਾ ਵੀ ਖਰਚਾ ਵਾਧੂ ਆ ਵਾਧੂ ਆ ਇਹ ਲੋਕਾਂ ਨੇ ਜਿਹੜੇ ਆਪਦੇ ਖਰਚੇ ਆ ਵੀ ਵਧਾਏ ਆ ਹਾਂ ਘਰੇ ਘਰੇ ਛੇ ਛੇ ਫੋਨ ਆ ਹੂੰ ਮੁੜ ਕੇ ਆਂਦੇ ਸਾਡੇ ਪੰਜਾਬ ਤੇ ਗਰੀਬੀ ਆ ਗਈ ਸਾਡੇ ਕਰਜ਼ੇ ਮਾ ਬੋਣ ਹੂੰ ਤੇ ਕਰਜ਼ੇ ਚੱਕੇ ਕੀ ਨਹੀਂ ਆਪਾਂ ਹੀ ਚੱਕੇ ਆ ਹੂੰ ਜੇ ਆਪਾਂ ਸੈਂਪਲ ਰਾਵਾਂਗੇ ਕਈ ਨਾ ਅਜੇ ਭਾਈ ਮੈਂ ਨੋਟ ਕਰਿਆ ਪਿੰਡਾਂ ਚ ਪਰਿਵਾਰ ਆ ਜਿਹੇ ਜਿਨ੍ਹਾਂ ਦੇ ਘਰੇ ਇੱਕ ਹੀ ਫੋਨ ਆ ਵਟਨਾਂ ਵਾਲਾ ਹਾਂ ਅਜੇ ਟੀਵੀ ਉਹਨਾਂ ਦੇ ਘਰੇ ਉਹ ਵੀ ਬਿਨਾ ਪੈਸਿਆਂ ਤੋਂ ਦੂਜਾ ਆਮ ਨਾਰਮਲ ਰਸੀਵਰ ਆ ਠੀਕ ਐ ਕੋਈ ਬਾਤੂ ਖਰਚਾ ਨਹੀਂ ਸ਼ੈਕਲ ਤੇ ਖੇਤ ਜਾਂਦੇ ਆ ਮੋਟਰਸਾਈਕਲ ਵੀ ਕੰਗਾ ਦੇ ਤੰਦਰ ਲਾਏ ਪਏ ਉਹ ਕਾਰ ਦੀ ਥਾਂ ਤੇ ਕੰਮ ਲੈਂਦੇ ਆ ਹੂੰ ਉਹ ਕਾਰਾਂ ਚ ਕਾਮਜਾਬ ਉਹਨਾਂ ਦੇ 20-20 ਲੱਖ ਰੁਪਏ ਜਮ੍ਹਾਂ ਬੈਂਕਾਂ ਚ ਹੂੰ ਤੇ ਜਿਹੜੇ ਸਰਦਾਰ ਸਾਹਿਬਾਂ ਦੇ ਕੁੰਡੀਆਂ ਮੁੱਛਾਂ ਨੱਕਾਂ ਚ ਲਾਗਾ ਚਿੱਟੇ ਵਾਈਟ ਕੱਪੜੇ ਵੱਡੀਆਂ ਘੱਡੀਆਂ ਕੋਟੀਆਂ ਉੱਚੀਆਂ ਉਹਨਾਂ ਦੀ ਲੈਂਟਕੇ ਇਹਦੀ ਜਾ ਕੇ ਵੇਖ ਲਈ ਬੈਂਕ ਚ 55 ਲੱਖ ਤੋਂ ਘੱਟ ਨਹੀਂ ਲਿਗੰਦੀ ਹੂੰ ਇਹ ਆਪਣੇ ਆਪ ਦੇ ਖਰਚੇ ਵਧਾਏ ਆ ਖਰਚੇ ਉਹਦੇ ਟਰੈਕਟਰ ਵੀ ਰਿਸੋਰੀਸ ਵੱਡਾ ਲਈ ਆ ਰਿਸੋਰੀਸ ਹੁਣ ਇੱਕ ਕੋਲੇ ਦਾ ਬਾਈ 50 ਕਿੱਲੇ ਉਹਨੇ ਤਾਂ 4x4 ਲੈਣਾ ਇੱਕ ਮੇਰੇ ਵਰਗਾ 5 ਕਿੱਲੇ ਵਾਲਾ 4x4 ਹੋਈ ਲੈ ਲੈ ਦਸ ਇਹਨੂੰ ਮੋੜੇਗਾ ਕਿਤੋਂ ਹੂੰ ਇਹਦੇ ਸੰਦ ਸਾਰੇ ਪੂਰੇ ਕਰ ਦੇਗਾ ਹੂੰ ਸਰ 45 ਗਿਰਮ 35 ਗਿਰਮ ਨਾਲ ਵੀ ਜਾਊਗਾ ਲੋਕ ਜਿਹਨੇ ਬਾਈ ਕਮਾਈ ਕਰਨੀ ਆ ਨਾ ਟਰੈਕਟਰ ਨਹੀਂ ਵੱਡਾ ਕੋ ਕਰਦਾ ਨਾ ਉਹ ਤਾਂ ਆਸ਼ਿਆ ਨਾਲ ਵੀ ਕਮਾਈ ਕਰੀ ਜਾਂਦੇ ਆ ਹੂੰ ਉਹਦਾ ਆਸ਼ਿਆ ਨਾਲ ਵੀ 25 25 30 30 ਕਿੱਲੇ ਦੀ ਵਾਈ ਕਰੀ ਜਾਂਦੇ ਆ 30 30 ਲੱਖ ਦੀ ਫਸਲ ਕੱਢੀ ਜਾਂਦੇ ਸਾਲ ਦੀ ਹੂੰ ਪੈਨ ਲੋਕ ਜਿਹੜੇ ਟੈਸ ਗਾਰਡ ਨਹੀਂ ਕਰੀ ਜਾਂਦੇ ਗੱਪ ਚੱਲੇ ਤੇ ਬਾਈ ਉਦੋਂ ਸੀ ਵੀ ਸੌਖੇ ਹਾਂ ਕਹਿੰਦਾ ਘਰ ਜਦੋਂ ਕੱਚੇ ਸੀਗੇ ਉਦੋਂ ਲੋਕ ਸੱਚੇ ਸੀਗੇ ਹਮ ਹੁਣ ਘਰ ਪੱਕੇ ਹੋ ਗਏ ਲੋਕ ਵੀ ਝੂਠੇ ਹੋ ਗਏ ਹੁਣ ਗੱਪ ਮਾਰਨਾ ਪੈਂਦਾ ਬਾਈ ਜੋ ਦੇਣ ਲੈਣ ਵਾਲਾ ਬਾਜ਼ਾਰ ਚ ਖੜਾ ਹੁੰਦਾ ਹਾਂ ਉਹ ਆਖ ਦਿੰਦੇ ਜੇ ਜਾ ਕੇ ਆਖਦੇ ਉਹ ਤਾਂ ਬਾਜ਼ਾਰ ਗਿਆ ਲੈ ਐਂਓ ਗੱਪ ਚੱਲਦੇ ਇਹ ਗੱਲ ਤਾਂ ਗੱਲਦਾ ਮਈ ਚੰਗੀਆਂ ਨੇ ਚੰਗੀਆਂ ਨਹੀਂ ਇਹਨਾਂ ਸਮਾਜ ਤੇ ਅਸਰ ਤਾਂ ਮਾੜਾ ਹੀ ਪੈਂਦਾ ਸਮਾਜ ਤੇ ਅਸਰ ਪੈ ਗਿਆ ਮਾੜਾ ਬਈ ਪੌਗੀ ਹਮ ਪੈ ਗਿਆ ਮਾੜਾ ਦੁਨੀਆਦਾਰੀ ਖਤਮ ਹੁੰਦੀ ਜਾਂਦੀ ਨੇ ਲੋਗਾਂ ਨਾ ਬਾਕੀ ਆਪਣੇ ਹੁਣ ਪੰਜਾਬ ਚ ਅਗਲੀ ਜਨਰੇਸ਼ਨ ਹੀ ਨਹੀਂ ਰਹਿਣੀ ਬਾਈ ਸਾਰੇ ਆਈਲੈਂਡਸ ਕਰਕੇ ਬਾਹਰ ਤੁਰੇ ਜਾਂਦੇ ਆ ਹਾਂ ਆਪਣੇ ਤਾਂ ਤੇ ਹੋਰ ਹੀ ਕੰਪਨੀਆਂ ਹੋਣੀਆਂ ਆ ਪਤਾ ਐ ਮੈਂ ਰਹਿ ਜਾਾਂਗੇ ਮਾੜੇ ਮੋਟੇ ਜਿਹੜੇ ਅਣਪੜ੍ਹੇ ਜੀ ਮੇਰੇ ਵਰਗੇ ਸਹੀ ਗੱਲ ਆ ਨਾ ਇਹ ਇਹ ਵੀ ਇੱਕ ਵੱਡੀ ਚੇਤਨਾ ਬੇਸ਼ਾਨ ਘਰਾਂ ਚ ਹੌਲੀ ਹੌਲੀ ਬਜਿੰਦਰੇ ਵਾਚਣਗੇ ਤਵਾ ਪੇਰ ਕੇ ਤਾਂ तकरीबन ਮੈਨੂੰ ਲੱਗਾ ਜਿੰਦਰੇ ਵਜਣ ਤੇ ਹੀ ਕੰਮ ਤੇ ਆਪਣੇ ਵੀ ਲਗਭਗ ਤਿਆਰੀ ਆ ਆਪਣੇ ਵੀ ਨੇੜੇ ਹੀ ਆ ਜਿਹੜਾ ਤੂੰ ਵੇਖ ਲਾ ਹੁਣ ਤਾਰ ਕੇ ਰਹਿ ਰਹੀ ਕਿ ਜਿਹਦੇ ਮਰਜ਼ੀ ਸਟੇਟਸ ਜੇ ਚੈੱਕ ਕਰ ਲਈ ਉਹਦੇ ਲਿਖਿਆ ਪਿਆ ਹੁੰਦਾ ਹੈ ਹੈਵ ਸੇਫ ਟੂ ਜਰਨੀ ਗਿਆ ਇਹਦਾ ਗਿਆ ਬਾਰ ਇਹ ਨਹੀਂ ਮੁੜਦਾ ਜਿਹੜਾ ਇੱਕ ਜਿਆੜੇ ਮੁੜਦਾ ਨਹੀਂ ਆ ਕੀਰਾਂ ਘਰੇ ਨਾਟਕ ਜਿਹਾ ਕਰਦੇ ਜੱਫਗਾਈਆਂ ਪਾ ਕੇ ਰੋਂਦੇ ਮੁੜ ਕੇ ਜਦੋਂ ਬੱਸ 에ਰਪੋਰਟ ਨੂੰ ਕਾਰ ਸਿੱਧੀ ਆ ਜਾਂਦੀ ਆਣਦੇ ਚੱਲੀਆਂ ਵੀ ਨੇ ਵੀ ਨਾਟਕ ਜਿਹਾ ਕਰਦੇ ਚੁੱਪ ਕਰਦੇ ਇਹ ਵੀ ਗੱਲ ਆ ਹੁਣ ਜਦੋਂ ਪਹਿਲਾਂ ਤਾਂ ਇਹ ਨਾ ਪਹਿਲਾਂ ਪੈਪਰ ਟਾਇਰਾਂ ਤੇ ਪਾਣੀ ਐ ਡੋਲਦੀ ਐ ਜਵੇਂ ਕੁੜੀ ਵਿਆਹਣ ਵਾਲੀ ਤੋਰਦੇ ਹੁੰਦੇ ਆ ਪਤਾ ਨਹੀਂ ਉਹ ਕੀ ਰਿਵਾਜ ਚਲਾ ਲੇਦਾ ਜਾਂਦਾ ਤਾਂ ਮੁੰਡਾ ਬਾਹਰ ਕਮਾਈ ਕਰਨ ਸਹੀ ਗਾ ਤੇ ਟੈਰਾਂ ਤੇ ਪਾਣੀ ਪਾਉਣ ਨੂੰ ਕੀ ਠੰਡ ਵਰਤਾਵੇ ਬਈ ਉੱਥੇ ਤਾਂ ਜਾ ਕੇ ਠੰਡ ਨਹੀਂ ਵਰਤਦੀ ਉੱਥੇ ਤਾਂ ਫੈਕਟਰੀਆਂ 'ਚ ਕੰਮ ਲੈਣਗੇ 8 ਘੰਟੇ ਕੰਮ ਲੈਣਗੇ ਲੋਕਾਂ ਨੇ ਨਵੇਂ ਰਿਵਾਜ ਚਲਾ ਲਏ ਯਾਰ ਪਤਾ ਨਹੀਂ ਕਿੱਤਰ ਨੂੰ ਬਜਾਰ ਤੋਂ ਰਹਿ ਜਾਂਦਾ ਮੈਂ ਅੱਗੇ ਅੱਗੇ ਹੁੰਦਾ ਸੀ ਕਿ ਉਹਦਾ ਬਾਹਰ ਜਾਂਦਾ ਸੀ ਬਾਹਰੋਂ ਪੈਸੇ ਭੇਜਦਾ ਇਧਰ ਜ਼ਮੀਨ ਖਰੀਦਦੇ ਸੀ ਹੁਣ ਮੈਂ ਲਾ ਇਧਰ ਲਈ ਵੇਚ ਗਏ ਉਧਰ ਭੇਜੀਆਂ ਦੇ ਵੀ ਤੂੰ ਇੱਥੇ ਰੱਖੀ ਰੱਖੇ ਤੂੰ ਭਾਈ ਜਦੋਂ ਉਧਰ ਜਾ ਕੇ ਕੰਮ ਨਹੀਂ ਮਿਲਦਾ ਮੁੜ ਕੇ ਉੱਥੇ ਚੀਕਾਂ ਵਜਦੀਆਂ ਉਧਰੋਂ ਮੋਬਾਈਲ ਕਿਸ਼ਤਾਂ ਤੇ ਲਿਆ ਹੁੰਦਾ ਉਧਰੋਂ ਮਕਾਨ ਕਰਾਇਆ ਜਾਂ ਕਿਸ਼ਤਾਂ ਤੇ ਲਿਆ ਹੁੰਦਾ ਫਿਰ ਉਹ ਇਧਰ ਲਈ ਭੜਕਾ ਕੇ ਬਾਪੂ ਜਵਾਂ ਕਰਾ ਕੇ ਆਉਂਦਾ ਬੈਂਕ ਚ ਵੀ ਆ ਕੇ ਪੁੱਤ ਹੋਰ ਸਹੀ ਹੈ ਇਹਨੇ ਕਿ ਕਾ ਜਾਣ ਸਾਰਾ ਨਾ ਜਿਵੇਂ ਦੂਜੇ ਬੰਦਿਆਂ ਨੂੰ ਵੀ ਤਾਂ ਖਿੱਚੀ ਪੈਂਦੀ ਫੋਟੋ ਪਾਉਂਦਾ ਜਾ ਗਿਆ ਨਾ ਵੀ ਪੁਰਾਣੀ ਗੱਡੀ ਆ ਦੂਜੇ ਨੂੰ ਆਏ ਹੋ ਜਾਂਦਾ ਸਵੇਰੇ ਸਟੇਟਸ ਮੇਰਾ ਵੀ ਆਈ ਲੋਕਾਂ ਚ ਜ਼ੋਰ ਹੋਏ ਉਹ ਵਾ ਸਟੇਟਸ ਨਹੀਂ ਪੱਟੀ ਆ ਦੁਨੀਆ ਸਟੇਟਸ ਪੱਟੀ ਆ ਜਾਂ ਇੱਕੋ ਕਣੀ ਕਿਹੜੇ ਕਲਾਕਾਰ ਦਾ ਗਾਣਾ ਤਾਂ ਤੀ ਤੀਆਂ ਬਾਤਾਂ ਨੂੰ ਉਹਦਾ ਪਿੰਡ ਦਿਲ ਚੋਂ ਲਿਖ ਲਿਆ ਮੈਂ ਆ ਇੱਕੋ ਗਾੜਾ ਜਿਹਾ ਲਾਉਂਦੇ ਮਾਰੇ 25 25 22 ਲੱਖ ਲਾਈ ਆ। ਅੱਲਾ ਹੀ ਰਾਦਿਆ ਠੀਕ। 25 ਲੱਖ ਦੀ ਦਾ ਬਾਈ ਇੱਥੇ ਜਿਹੜੀ ਮਰਜ਼ੀ ਕੰਮ ਚਲਾ ਲਾ। ਸਹੀ ਆ। ਕੋਈ ਵਪਾਰ ਚਾਲ ਲੈ ਦਾਲੇ ਜਿਹੜਾ ਬੰਦਾ ਇੱਥੇ 25 ਲੱਖ ਲਾ ਕੇ ਕੰਮ ਚਲਾਊਗਾ ਉਹ ਦੋ ਟਾਈਮ ਸੱਜਰੀ ਖਾਊਗਾ ਬੇਈ ਨਹੀਂ ਕਹਾਂਦਾ। ਵੇਂਗਾ ਹਣੇ ਉੱਥੇ ਦਾ ਬਈ ਖਾਣੀਆਂ ਪੈਂਦੀਆਂ ਇੱਕ ਟਾਈਮ ਜਿਹੜੇ ਟਰਾਲੇ ਤੇ ਚੱਲਦੇ ਕੈਲੀਫੋਰਦੀਆਂ ਨੂੰ ਛੀਛੀ ਦੇਣ ਵੇਂਗਾ ਜਾਂਦੇ ਹੂੰ ਬਹੁਤ ਗਾਣੇ ਜਿਹੇ ਨੇ ਪਰ ਪਤਾ ਨਹੀਂ ਕਿਹੜੇ ਕਲਾਕਾਰ ਦਾ ਮੇਰੇ ਤਾਂ ਹਜੇ ਦੇਖੋ ਦੂਜਾ ਵੀ ਹੁੰਦਾ ਤਣ ਚੜਦੇ ਨੂੰ ਪਿੰਡ ਹੋਵਾਂ ਤੜਕੇ ਉੱਠ ਕੈਨੇਡਾ ਤਣ ਚੜਦੇ ਨੂੰ ਬਹੁਤ ਪਿੰਡ ਆ ਜੰਗੇ ਜਦੋਂ 25 ਲੱਖ ਲਾਇਆ ਤੇ ਬੱਪੂ ਨਹੀਂ ਵੜਨ ਦਿੰਦਾ ਉਹ ਆਂਦਾ ਮੇਰੇ ਪੂਰੇ ਘਰ ਮੇਰੇ ਪੂਰੇ ਘਰ ਮੇਰੀ ਤਾਂ ਕਿੱਲੇ ਜੋ ਵੱਟ ਪਛਾਹ ਕਰਤੀ ਇੱਕ ਸਹੀ ਗੱਲ ਹੈ ਵੇਖ ਤੇ ਦਾ ਬਈ ਮਤਲਬ ਆਪਣੇ ਜਿੰਨੇ ਆ ਮਤਲਬ ਆਪਾਂ ਬੈਠੇ ਆ ਆਪਾਂ ਗੱਲਾਂ ਕਰੀ ਜਾਂਦੇ ਆ ਇਹਨਰ ਤਾਂ ਮੋਥੇ ਕੀ ਦੇ ਕੋਲੇ ਆ ਨਾ ਨਾ ਬਾਈ ਉੱਥੇ ਤਾਂ ਯਾਰ ਬੁੜਾ ਭੂਕਨ ਦਾ ਟਾਈਮ ਨਹੀਂ ਕੇ ਕੋਲੇ ਉਹ ਵੀ ਆਦੇ ਫ੍ਰੀਜਰ ਚ ਰੱਖਿਆ ਹੋਇਆ ਐਤਵਾਰ ਨੂੰ ਵੇਖਾਂਗੇ ਬਾਪੂ ਨੂੰ ਕੀ ਗੱਲ ਬੜੀ ਹੈ ਕੀ ਗੱਲ ਹੈ ਸਹੀ ਗੱਲ ਹੈ ਤੇ ਇੱਥੇ ਪੰਡ ਇਕੱਠਾ ਹੋ ਜਾਂਦਾ ਇੱਥੇ ਤਾਂ ਬਾਈ ਵੇਖ ਲੈ 10 ਦੱਸ ਦੇਣਾ ਆਪਾਂ ਬੈਠੇ ਰਹਿੰਦੇ ਆ ਇੱਕ ਦੂਜੇ ਦਾ ਅਫਸੋਸ ਦੁੱਖ ਦਰਦ ਵੰਡਾਉਣੀ ਹੈਗੇ ਉੱਥੇ ਉਹ ਐਨੀ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਸਹੀ ਹੈ ਨਾ ਰੋਂਦੇ ਉਹ ਤੇ ਤਾਂ ਪੈਸੇ ਨਾਲ ਮੋਅ ਵਾ ਯਾਰ ਪੈਸੇ ਨਾਲ ਮੋਅ ਮਸ਼ੀਨ ਬਣ ਜਾਂਦਾ ਬੰਦਾ ਹਣਾ ਬੰਦਾ ਮਸ਼ੀਨ ਬਣ ਜਾਂਦਾ ਆ ਵੀ ਹੁਣ ਆਪਾਂ ਗੱਲਾਂ ਬਾਤਾਂ ਕੀਤੀਆਂ ਜੇ ਕੋਈ ਤੇਲ ਫ ਉਥੇ ਜੀਨੇ ਕੁ ਲੋਕ ਇੱਥੇ ਆਪਾਂ ਫਿਰ ਇਹ ਹੀ ਇਹ ਹੀ ਆਪਣਾ ਪੰਜਾਬੀ ਪਰਾਵਾ ਨਾ ਇੱਕ ਦੂਜੇ ਦਾ ਦੁੱਖ ਦਰਦ ਖੁਸ਼ੀ ਗਮੀ ਚ ਸ਼ਾਮਲ ਹੋਣਾ ਉਥੇ ਕੋਈ ਖੁਸ਼ੀ ਨਹੀਂ ਗਮੀ ਨਹੀਂ ਉਥੇ ਦਾ ਮਿੱਤਰ ਤੇਰਾ ਡਾਲਰਾਂ ਨਾਲ ਵਾ ਜੇ ਕਮਾਏਗਾ ਤਾਂ ਖਾ ਲੇਗਾ ਨਹੀਂ ਸਤਨਾਮ ਨਹੀਂ ਸਤਨਾਮ ਹਜਵੇਂ ਹੁਣ ਹੜਹਾੜ ਆਈ ਦੀ ਦੇਖੋ ਲੋਕ ਆਪਣੇ ਲੋਕ ਕਿੱਥੇ ਕਿੱਥੇ ਲਾਤੇ ਨਾ ਲੰਗਰ ਪੰਜਾਬੀਆਂ ਨੇ ਜਿਹੜੇ ਟਰੈਕਟਰਾਂ ਵਾਲਿਆਂ ਨੂੰ ਮਾਰਾ ਦੇ ਜੀ ਕਿ ਕਦੇ ਟੇਕੀ ਵੀ ਜਾਂਦੇ ਐ ਇਹ ਜਾਂਦੇ ਸੀ ਨਾ ਉਹਨਾਂ 'ਚ ਖਾਲਸੇ ਦੇ ਗੂਂਜ ਦੇ ਗਾਣੇ ਕੋਈ ਚਾਰ ਵਾਲੀਆਂ ਗੱਟਾਂ ਦਾ ਭਰਿਆ ਕੋਈ ਲੰਗਰ ਦਾ ਠੀਕ ਐ ਇਹੀ ਆਪਣਾ ਮੋਹ ਪਰਾ ਪਿਆਰ ਆਣਾ ਇਹ ਇੱਕ ਖਾਲਸੇ ਦੀ ਪਛਾਣ ਆ ਹੂੰ ਤੂੰ ਵੇਗਲਾ 20 ਰੁਪਿਆ ਦਾ ਲੰਗਰ ਚੱਲਿਆ ਤੇ ਅੱਜ ਕਰੋੜਾਂ ਅਰਬਾਂ ਦੇ ਉੱਪਰ ਗਿਆ ਨਾਨਕ ਬਾਬੇ ਦਾ ਲੰਗਰ ਚਲਾਇਆ ਸਹੀ ਆ ਇੱਕ ਕਲਾ ਸਿੱਖ ਸਿੱਖ ਧਰਮ ਜੀ ਆ ਜਿਹੜਾ ਸਿੱਖ ਧਰਮ ਦਾ ਲੰਗਰ ਫ੍ਰੀ ਚੱਲਦਾ ਹੂੰ ਹੋਰ ਕਿਸੇ ਧਰਮ 'ਚ ਮੇਰਾ ਖਿਆਲ ਨਮਕ ਲੰਗਰ ਫ੍ਰੀ ਨਹੀਂ ਚੱਲਦਾ ਉਹਨਾਂ ਨੂੰ ਖਾਸ ਕਰਕੇ ਪੰਜਾਬ ਇਹੋ ਜਿਹਾ ਹਾਂ ਪੰਜਾਬ ਹੈ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਦੇਖੋ ਸਸਤੀਆਂ ਆਉਂਦੀਆਂ ਤੇ ਬਾਹਰ ਕਿਹੜੇ ਹਰੇਕ ਚੀਜ਼ ਆ ਹਾਂ ਪਰ ਯਾਉ ਨੇ ਕਰਤਾ ਨਾ ਉਹੀ ਬੈਸਲਰੀ ਦਾ ਪਾਣੀ ਵਾਧੂ ਜਿੱਥੇ ਹੜਾਏ ਸੀਗੇ ਤੇ ਬਾਹਰ ਆਦੇ ਜਿਹੜਾ ਆ ਜਾਣਾ ਉਹੀ ਬੈਸਲਰੀ ਦਾ ਪਾਣੀ ਡਬਲ ਹੋ ਜਾਂਦਾ ਡਬਲ ਹੋ ਜਾਂਦਾ ਇਹ ਇੱਕ ਪੰਜਾਬੀ ਤਾਂ ਇਹਨੂੰ ਕਹਿੰਦੇ ਪੰਜਾਬ ਹੂੰ ਇਹਦਾ ਪੰਜਾਬ ਮਰਾ ਮਾਰੇ ਸਿਸਟਮ ਨੇ ਹਜੇ ਤਾਂ ਪਾੜਤਾ ਵਿਚਾਲੇ ਇੱਕ ਦੀਵਾਰ ਖਿੱਚੀ ਗਈ ਇਹਦੇ ਸਹੀ ਗੱਲ ਇੱਕ ਲੈਂਦਾ ਬਣ ਗਿਆ ਇੱਕ ਚੜਦਾ ਬਣ ਗਿਆ ਲੈਂਦੇ ਪੰਜਾਬ ਚ ਕਦੇ ਜਾ ਕੇ ਵੇਖੀ ਚੜਦੇ ਪੰਜਾਬ ਨਾਲੋਂ ਆਦੇ ਵੱਡਾ ਵੱਡਾ ਬਹੁਤ ਵੱਡਾ ਬਹੁਤ ਵੱਡਾ ਤੇ ਉੱਥੇ ਜਿਹੜੀਆਂ ਨਸਲਾਂ ਆ ਨਾ ਬੱਕਰੀਆਂ ਕਬੂਤਰਾਂ ਕੋੜੀਆਂ ਦੀਆਂ ਉਹ ਨਸਲਾਂ ਪੰਜਾਬ 'ਚ ਹੈ ਨਹੀਂ ਹੂੰ ਹੂੰ ਬਹੁਤ ਜ਼ਿਆਦੇ ਚੰਗੀ ਲੀਲੀ ਰਵੀ ਦੀ ਮੈਂ ਪਾਕਿਸਤਾਨ ਵਾਲੇ ਪੰਜਾਬ ਦੇ ਹਿੱਸੇ ਆਈ ਹੈ ਆਪਣੇ ਪੰਜਾਬ 'ਚ ਤਾਂ ਕੁਝ ਵੀ ਨਹੀਂ ਨੀਲੀ ਰਵੀ ਜਿਹੜੀ ਉਧਰ ਦੀ ਲੀਲੀ ਰਵੀ ਆ 25 ਪਲੱਸ ਆਵੇਂ ਦੁੱਧ ਦੇ ਜਾਂਦੀਆਂ ਸਹੀ ਹੈ ਜੇ ਕੋੜੀਆਂਆਂ ਆ ਤਾਂ ਉਧਰ ਚੰਗੀਆਂ ਪਾਕਿਸਤਾਨੀ ਨਸਲ ਦੀਆਂ ਅੱਛਾ ਜੀ ਹਾਂ ਕਬੂਤਰ ਤਾਂ ਰੇਗ ਚੀਜ਼ ਉਧਰ ਆਪਣੇ ਨਾਲੋਂ ਬੈਸਟ ਆ ਬੈਸਟ ਹਾਂ ਇਹ ਤਾਂ ਉਦੋਂ ਚਲੋ ਠੀਕ ਆ ਭਾਰਤ ਆਪਣਾ ਗੁਲਾਮ ਸੀਗਾ ਉਦੋਂ ਮਾਰੇ ਸਿਸਟਮ ਨੇ ਦੋ ਚਾਰ ਇੱਕ ਦਵਾਰ ਖਿੱਚਤੀ ਜਿਵੇਂ ਉਹ ਆਦੇ ਹੁੰਦੇ ਆ ਪਾਸੇ ਵਾਲਾ ਉਂਗਲ ਲਾ ਗਿਆ ਤੇ ਦੋ ਭਰਾਵਾਂ ਨੂੰ ਅੱਡ ਕਰਾ ਗਿਆ ਹੂੰ ਆ ਟਕਰਾ ਗਿਆ ਸਹੀ ਹੈ ਨਹੀਂ ਵਿਰਾਦੇ ਤਾਂ ਸੀ ਕਿ ਜੰਝਾ ਜਾਣਦੀਆਂ ਜੀ ਹੁੰਦੀਆਂ ਲਾਹੌਰ ਨੂੰ ਫਿਰ ਚੰਡੀਗੜ੍ਹ ਨਹੀਂ ਰਹਿੰਦੀ ਸੀ ਜਾਂਦਾ ਫਿਰ ਲਾਹੌਰ ਜਾਇਆ ਕਰਦੇ ਪੁਲਟ ਤੇ ਅਰ ਲਾਹੌਰ ਆਇਆ ਕਰਨਾ ਸੀ ਫਿਰ ਲਾਹੌਰ ਜਾਇਆ ਕਰਨਾ ਹੀ ਸਹੀ ਹੈ ਪਿਆ ਪੰਜਾਬੀ ਸੋਨਾ ਸੀ ਬੋ ਬੋਤਾਂ ਨੂੰ ਅਦ ਬਾਈ ਤੁਹਾਡਾ ਵੀ ਬਾਈ ਜੀ ਥੈਂਕ ਯੂ ਸਾਮਾ ਦਿੱਤਾ ਤੁਸੀਂ ਸਾਨੂੰ ਤੁਹਾਡਾ ਵੀ ਧੰਨਵਾਦ ਲਖਮਾ ਦਿੱਤਾ ਖਾਨ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨੇ ਜੋਗ ਸਮਝ ਨਹੀਂ ਨਹੀਂ ਤੁਸੀਂ ਆਏਗੇ ਬਾਈ ਬਈ ਤਾਂ ਹੀ ਉਰ ਆਇਆ ਗਿਆ ਜੇ ਤੁਸੀਂ ਸਮਾਂ ਦਿੱਤਾ ਇੱਕ ਸਾਡੀ ਮੰਗ ਮੰਨੀ ਕਿ ਤੁਸੀਂ ਇੱਥੇ ਆਏ ਨਹੀਂ ਬਾਈ ਕੋਈ ਚੱਕਰ ਹੀ ਨਹੀਂ ਆਪਾ ਥੋੜਾ ਧੰਨਵਾਦ ਤਾਂ ਗੱਲਬਾਤ ਕੀਤੀ ਬਾਈ ਦੇ ਨਾਲ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਤੇ ਬਾਕੀ ਬਾਈ ਦਾ ਆਪਦਾ ਵੀ ਮਤਲਬ ਹੈ ਕਿ ਚੈਨਲ ਸ਼ੁਰੂ ਕਰਨ ਜਾ ਰਹੇ ਹੈ ਤੇ ਉਹਦਾ ਵੀ ਅਸੀਂ ਤੁਹਾਡੇ ਲਿੰਕ ਪਾਵਾਂਗੇ ਨਾਲ ਇਹਦੇ ਤੇ ਉਹਤੇ ਵੀ ਫੋਲੋ ਕਰਿਓ ਤੇ ਬਾਈ ਦੀ ਉੱਥੇ ਵੀ ਤੁਹਾਨੂੰ ਗੱਲਬਾਤ ਆ ਰੋਜ਼ ਵੇਖਣ ਨੂੰ ਦੇਖਣ ਨੂੰ ਮਿਲ ਗਈਆਂ ਬਾਈ ਘੋੜੀਆਂ ਦਾ ਕੰਮ ਕਰਦਾ ਤੇ ਘੋੜੀਆਂ ਬਾਰੇ ਵੀ ਬਾਈ ਨੂੰ ਕਾਫੀ ਗਿਆਨ ਹੈ ਉਹ ਚੈਨਲ ਤੇ ਤੁਸੀਂ ਉਹ ਵੀ ਜ਼ਰੂਰ ਤੇ ਬਾਕੀ ਮੇਰਾ ਨੰਬਰ ਵੀ ਪਾਈਆਂ ਨੂੰ 0 ਮੈਂ ਬਾਈ ਦਾ ਨੰਬਰ ਵੀ ਆਊਗਾ ਤੇ ਬਾਈ ਦੇ ਜਿਹੜਾ ਚੈਨਲ ਸ਼ੁਰੂ ਕੀਤਾ ਉਹਦਾ ਲਿੰਕ ਵੀ ਬਾਈ ਦੇ ਇੰਸਟਾਗ੍ਰam ਦਾ ਲਿੰਕ ਵੀ ਅਸੀਂ ਜ਼ਰੂਰ ਇਹ ਪੌਡਕਾਸਟ ਦੇ ਉੱਤੇ ਸ਼ੇਅਰ ਕਰਾਂਗੇ ਤਾਂ ਕਿ ਲੋਕ ਬਾਤਵਾ ਦੇ ਨਾ ਇਹ ਗੱਲਾਂ ਹੋਰ ਇਸ ਤਰੀਕੇ ਦੀਆਂ ਸੁਣ ਸਕਣ